तन मन धन ना सेवा करके मना रहे हो और महापुरुष संत बाबा दया सिंह जी की मिठी याद विच ये रलवा समागम है। सो
ਪਾਠਾਂ ਸਾਹਿਬਾਂ ਦੇ ਭੋਗ ਪੈ ਕੇ ਹੁਣ ਦੀਵਾਨ ਆਰੰਭ ਹੋਣ ਲੱਗੇ ਹਨ। ਸਭ ਸਿੱਖ ਸੰਗਤਾਂ ਨੂੰ ਅੱਗੇ ਵੀ ਬੇਨਤੀ ਕੀਤੀ ਗਈ ਹੈ ਕਿ ਦੀਵਾਨ ਵਿੱਚ ਆਣ ਕੇ ਦੀਵਾਨ ਦੀਆਂ ਹਾਜ਼ਰੀਆਂ ਪੜਨ। ਸੰਤ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਭਜਨ ਸਿੰਘ ਜੀ ਜੋ ਸਵੇਰੇ ਹੋ ਗਏ ਹਨ ਇੱਥੋਂ, ਉਹਨਾਂ ਨੂੰ ਡੇਰੇ ਵੱਲੋਂ ਨਗਰ ਵੱਲੋਂ ਜੀ ਆਖਿਆ ਜਾਂਦਾ ਹੈ, ਕਿਉਂਕਿ ਆਪਣਾ ਕੀਮਤੀ ਟਾਈਮ ਕੱਢ ਕੇ ਸਿੱਖ ਸੰਗਤਾਂ ਦੇ ਪਿਆਰ ਨੂੰ ਮੁੱਖ ਰੱਖਦਿਆਂ ਉਹ ਇੱਥੇ ਪਧਾਰੇ ਹਨ, ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਇੱਕ ਗੱਲ ਚੇਤੇ ਆ ਗਈ ਬੜੇ ਚਿਰ ਦੀ, ਇੱਕ ਰਾਮ ਮੈਂ ਮਹਾਂਪੁਰਸ਼ਾਂ ਦੇ ਨਾਲ ਵਿਆਹ ਦਾ ਪ੍ਰੋਗਰਾਮ ਸੀ, ਨਾਲ ਗਿਆ। ਬਾਬਾ ਜੀ ਨੇ ਮੈਨੂੰ ਜਿਹੜੀ ਗੱਲ ਦੱਸੀ ਉਹ ਮੈਨੂੰ ਅਜੇ ਚੇਤੇ ਹੈ। ਉਹ ਲੜਕੀ ਦੇ ਹੁਣ ਬੱਚੇ ਜਿਹੜੇ ਉਹ ਜਵਾਨ ਵਿਆਹ ਗਏ ਹਨ, ਬੜੇ ਚਿਰ ਦੀ ਗੱਲ ਹੈ ਕਿ ਬਾਬਾ ਸੋਹਣ ਸਿੰਘ ਹੁਰਾਂ ਦੇ ਨਾਲ ਬਾਬਾ ਨਰੈਣ ਦਾਸ ਜੀ ਦਾ ਬੜਾ ਪਿਆਰ ਸੀ। ਉਹਨਾਂ ਦੇ ਪਿਆਰ ਸਦਕਾ ਹੀ ਪਰਾਂ ਜਿਹੜਾ ਸੜਕ ਦੇ ਉੱਤੇ ਗੁਰਦੁਆਰਾ ਹੈ ਉੱਥੇ ਬਾਬਾ ਨਰੈਣ ਦਾਸ ਜੀ ਜਾਂਦੇ ਰਹੇ, ਔਰ ਉੱਥੋਂ ਵਰ ਦਿੱਤਾ ਕਿ ਛਵੜੀ ਜਿਹੜਾ ਬੱਚੇ ਸੁੱਕੇ ਨਵਾਏਗਾ ਉਹ ਬੱਚੇ ਹਰੇ ਹੋਣਗੇ। ਉਸ ਤੋਂ ਉਪਰੰਤ ਮਹਾਂਪੁਰਸ਼ ਸੰਤ ਬਾਬਾ ਦਇਆ ਸਿੰਘ ਹੁਰਾਂ ਦਾ ਬਾਬਾ ਸੰਤੋਖ ਦਾਸ ਜੀ ਨਾਲ ਉਹਨਾਂ ਹੀ ਪਿਆਰ ਬਣਿਆ ਰਿਹਾ ਜ਼ਿੰਦਗੀ ਭਰ। ਹੁਣ ਬਾਬਾ ਅਵਤਾਰ ਸਿੰਘ ਅਤੇ ਬਾਬਾ ਗੁਰਭਜਨ ਸਿੰਘ ਹੁਰਾਂ ਦਾ ਮੌਜ ਦਾਸ ਨਾਲ ਇੰਨਾ ਪਿਆਰ ਹੈ, ਪਰਮੇਸ਼ੁਰ ਕਿਰਪਾ ਕਰੇ ਇਹ ਜ਼ਿੰਦਗੀ ਭਰ ਜਿਸ ਤਰ੍ਹਾਂ ਪਿੱਛੇ ਨਿਭਦਾ ਆਇਆ ਹੈ ਇੱਦਾਂ ਹੀ ਇਹ ਨਿਭ ਜਾਵੇ ਅਤੇ ਵਡਭਾਗੇ ਹੋਵਾਂਗੇ। ਸੋ ਉਹ ਇਸ ਵੇਲੇ ਦੀਵਾਨ ਵਿੱਚ ਸਜੇ ਹਨ, ਮੈਂ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਕਿ ਉਹ ਸਟੇਜ 'ਤੇ ਆ ਜਾਣ ਅਤੇ ਨਾਲੇ ਗੁਰੂ ਕਾ ਕੀਰਤਨ ਸਰਵਣ ਹੋਣ ਲੱਗਾ ਹੈ। ਹੁਣ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਮਹਾਂਪੁਰਸ਼ ਬਾਬਾ ਦਇਆ ਸਿੰਘ ਹੁਰਾਂ ਦੇ ਨਾਲ ਜੋ ਉਹਨਾਂ ਨੇ ਜੀਵਨ ਬਤੀਤ ਕੀਤਾ ਹੈ, ਕਥਾਕਾਰ ਹਨ, ਕਿਉਂਕਿ ਉਹਨਾਂ ਨੇ ਮਹਾਂਪੁਰਸ਼ਾਂ ਨੇ ਜਾਣਾ ਉਹਨਾਂ ਦੇ ਨਾਲ ਵੀ, ਇਸ ਕਰਕੇ ਉਹਨਾਂ ਨੂੰ ਟਾਈਮ ਮਹਾਂਪੁਰਸ਼ਾਂ ਵੱਲੋਂ ਜਾਣਾ ਕਰਕੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਅੱਧੇ ਘੰਟੇ ਵਾਸਤੇ ਗੁਰੂ ਦੀਆਂ ਕਥਾ ਕਹਾਣੀਆਂ ਦੇ ਨਾਲ ਸਿੱਖ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਨਗੇ। ਸੋ ਆਪ ਆਈ ਬੈਠ ਕੇ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾਹੇ ਸੁਆਉ, ਜਨ ਕਾ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ, ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ, ਦੁਖ ਸਹਾਇ ਸਿਰ ਆਪਣੈ ਸੁਖਦਾਈ ਸਭ ਕੋਏ, ਦੁਖ ਸਹਾਇ ਸਿਰ ਆਪਣੈ ਸੁਖਦਾਈ ਸਭ ਕੋਏ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਖਾਲਸਾ ਸਾਧ ਸੰਗਤ ਜੀ, ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ ਜੋ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਪੂਰਨ ਮਹਾਂਪੁਰਖ ਪਰਉਪਕਾਰੀ ਸੰਤ ਬਾਬਾ ਸੰਤੋਖ ਦਾਸ ਜੀ ਦੀ 11ਵੀਂ ਸਾਲਾਨਾ ਬਰਸੀ ਔਰ ਨਾਲ ਨਾਲ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਨੰਦ ਸੇਵਕ ਬਾਬਾ ਵਿਧੀ ਚੰਦ ਸਾਹਿਬ ਜੀ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭ ਹੈ ਗੁਰ ਘਰ ਸੰਗ ਸੁਖੈਨੀ, ਤੋਰ ਮੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹੇ ਅਬ ਦੋਈ। ਐਸੇ ਵਰਾਂ ਦੀ ਪ੍ਰਾਪਤੀ ਕਰਨ ਵਾਲੇ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਸਤਿਕਾਰਯੋਗ ਤਤ ਬੇਤੇ ਬ੍ਰਹਮ ਗਿਆਨੀ ਸੱਚਖੰਡ ਵਾਸੀ ਜਥੇਦਾਰ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ, ਤਿੰਨਾਂ ਦੀ ਨਾਲ ਨਾਲ ਮਿੱਠੀ ਪਿਆਰੀ ਯਾਦ
ਬਾਬਾ ਮੌਜਦਾਸ ਜੀ ਵੱਲੋਂ ਸੰਗਤਾਂ ਦੇ ਸੰਯੋਗ ਦੇ ਨਾਲ ਮਨਾਈ ਜਾ ਰਹੀ ਹੈ। ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੋਈ ਹੈ, ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਤਖਤਾਂ 'ਤੇ ਸੱਜ ਕੇ ਦਰਸ਼ਨ ਦੀਦਾਰੇ ਬਖਸ਼ੇ ਨੇ। ਉਪਰੰਤ ਰਾਗੀ ਜਥੇ ਨੇ ਆਪ ਜੀ ਨੂੰ ਸ਼ਬਦ ਕੀਰਤਨ ਨਾਲ ਜੋੜਨ ਦਾ ਯਤਨ ਕੀਤਾ ਹੈ। ਆਪ ਜੀ ਨੇ ਸੁਖਮਣੀ ਸਾਹਿਬ ਜੀ ਦੀ ਪਵਿੱਤਰ ਅਸ਼ਟਪਦੀ ਦੇ ਵਿੱਚੋਂ ਜੋ ਸੱਚੇ ਪਾਤਸ਼ਾਹ ਜੀ ਨੇ ਅਸ਼ਟਪਦੀ ਵਿੱਚ ਬ੍ਰਹਮ ਗਿਆਨੀਆਂ ਦੇ ਚਿੰਨ੍ਹ ਨਿਸ਼ਾਨੀਆਂ ਦੱਸੀਆਂ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖਾ ਏਕ ਸਿਵਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਜਿਨ੍ਹਾਂ ਦੇ ਮਨ ਦੇ ਵਿੱਚ ਵੀ ਸੱਚ ਹੈ, ਮੁੱਖ ਦੇ ਵਿੱਚ ਵੀ ਸੱਚ ਵਾਹਿਗੁਰੂ ਦਾ ਨਾਮ ਹੈ, ਇੱਕ ਪਰਮੇਸ਼ਰ ਤੋਂ ਬਿਨਾਂ ਜਿਨ੍ਹਾਂ ਨੂੰ ਦੂਸਰਾ ਨਜ਼ਰੀ ਨਹੀਂ ਆਉਂਦਾ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰਸਾਈ, ਐਸੀ ਬਿਰਤੀ ਦੇ ਮਾਲਕ ਜੋ ਬ੍ਰਹਮ ਗਿਆਨੀ ਨੇ, ਉਹਨਾਂ ਦੇ ਪ੍ਰਤੀ ਗੁਰੂ ਅਰਜਨ ਸਾਹਿਬ ਜੀ ਨੇ ਇਹ ਅਸ਼ਟਪਦੀ ਉਚਾਰੀ ਹੈ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖਾ ਏਕ ਸਿਵਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦੇ ਲੱਛਣ ਨੇ, ਚਿੰਨ੍ਹ ਨੇ, ਨਿਸ਼ਾਨੀਆਂ ਨੇ ਰੱਬ ਦੇ ਪਿਆਰੇ ਦੀਆਂ। ਔਰ ਰਾਗੀ ਜਥਾ ਆਪ ਜੀ ਦੇ ਸਾਹਮਣੇ ਇਸ ਟੇਕ ਨੂੰ ਰੱਖ ਕੇ ਗਾ ਰਿਹਾ ਸੀ ਕਿ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਦੁਨੀਆਂ ਦੇ ਲੋਕ ਜੰਮਦੇ ਨੇ, ਮਰਦੇ ਨੇ, ਦੁਨੀਆਂ ਵਿੱਚ ਆਪਣੀ ਕੀਤੀ ਦਾ ਫਲ ਭੋਗਣ ਦੇ ਵਾਸਤੇ ਆਉਂਦੇ ਨੇ, ਫਲ ਭੋਗ ਕੇ ਦੁਨੀਆਂ ਤੋਂ ਚਲੇ ਜਾਂਦੇ ਨੇ। ਪਰ ਰੱਬ ਦੇ ਪਿਆਰੇ ਸੁਤੰਤਰ ਆਉਂਦੇ ਨੇ, ਕਿਸੇ ਬੰਧਨ ਦੇ ਵਿੱਚ ਨਹੀਂ। ਵੈਸੇ ਅਸੀਂ ਦੁਨੀਆਂ ਦੇ ਲੋਕ ਵੇਖ ਕੇ ਕਹਿ ਦਿੰਦੇ ਹਾਂ ਵੀ ਸ਼ਾਇਦ ਇਹ ਵੀ ਆਪਣੇ ਕਰਮਾਂ ਦਾ ਲੇਖਾ ਦੇਣ ਵਾਸਤੇ ਆਏ ਨੇ, ਆਪਣੇ ਕਰਮ ਭੋਗਣ ਦੇ ਵਾਸਤੇ ਆਏ ਨੇ। ਪਰ ਸੱਚ ਤਾਂ ਇਹ ਹੈ ਕਿ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਰੱਬ ਦੇ ਪਿਆਰੇ ਸਦਾ ਰਹਿੰਦੇ ਨੇ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਹੇ ਨੇ, ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬਹੂੰ ਵਿਆਪੈ। ਕਿਉਂਕਿ ਰੱਬ ਦੇ ਪਿਆਰਿਆਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਉਹਨਾਂ ਦੀ ਇਤਨੀ ਵਡਿਆਈ ਦੁਨੀਆਂ ਦੇ ਵਿੱਚ ਹੋ ਗਈ ਹੈ ਕਿ ਉਹਨਾਂ ਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ। ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ, ਕੋਈ ਨਾ ਮੇਟਣ ਹਾਰਾ। ਰੱਬ ਦੇ ਪਿਆਰਿਆਂ ਦੇ ਅੱਜ ਆਪਾਂ ਗੀਤ ਗਾ ਰਹੇ ਹਾਂ, ਉਹਨਾਂ ਦੇ ਯਾਦ ਵਿੱਚ ਜੁੜ ਬੈਠੇ ਹਾਂ, ਕਿਉਂਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਪਰਉਪਕਾਰ ਦੇ ਵਾਸਤੇ ਲਾਇਆ ਹੈ, ਸੇਵਾ ਦੇ ਵਾਸਤੇ ਲਾਇਆ ਹੈ। ਸੋ ਬਾਬਾ ਸੰਤੋਖ ਦਾਸ ਸਾਹਿਬ ਜੀ, ਜਿਨ੍ਹਾਂ ਨੇ ਸਰੀਰਕ ਦੁੱਖ ਵੀ ਦੂਰ ਕੀਤੇ ਨੇ, ਦੂਰ ਦੂਰ ਤੋਂ ਪ੍ਰੇਮੀ ਸਰੀਰ ਦੀ ਤੰਦਰੁਸਤੀ ਦੇ ਵਾਸਤੇ ਦਵਾਈ ਲੈਣ ਆਉਂਦੇ ਸੀ, ਔਰ ਮਹਾਂਪੁਰਖਾਂ ਨੇ ਨਿਰਇੱਛਕ ਸੇਵਾ ਕੀਤੀ ਹੈ। ਕੋਈ ਕਿਸੇ ਤੋਂ ਕਦੀ ਮਾਇਆ ਨਹੀਂ ਮੰਗੀ, ਕੋਈ 10 ਰੁਪਈਏ ਮੱਥਾ ਟੇਕ ਜਾਵੇ, ਕੋਈ 100 ਟੇਕ ਜਾਵੇ, ਹਰ ਇੱਕ ਨੂੰ ਦਵਾਈ ਮਹਾਂਪੁਰਖ ਜਿਹੜੇ ਨੇ। ਸੋ ਬਾਬਾ ਸੰਤੋਖ ਦਾਸ ਜੀ ਬਣਦੇ ਰਹੇ, ਜਿੱਥੇ ਉਹਨਾਂ ਨੇ ਸਰੀਰਕ ਰੋਗ ਦੂਰ ਕੀਤੇ ਨੇ, ਉੱਥੇ ਨਾਲ ਨਾਲ ਮਹਾਂਪੁਰਖਾਂ ਦਾ ਇੱਕ ਹੋਰ ਬਹੁਤ ਵੱਡਾ ਉਪਰਾਲਾ ਸੀ ਕਿ ਭੋਗਾਂ 'ਤੇ ਜਾਂਦੇ ਸੀ ਅਤੇ ਆਹ ਬੜੀ ਸੁੰਦਰ ਕਥਾ ਕਰਦੇ ਸੀ ਮਹਾਂਪੁਰਖ, ਬੜੇ ਸੁੰਦਰ ਬੁਲਾਰੇ ਸੀ ਅਤੇ ਸ਼ਬਦ ਦੇ ਨਾਲ ਜੋੜਦੇ ਸੀ, ਸ਼ਬਦ ਦੇ ਨਾਲ ਆਪਣੇ ਨਾਲ ਉਹਨਾਂ ਕਦੀ ਕਿਸੇ ਨੂੰ ਨਹੀਂ ਜੋੜਿਆ। ਕਿਉਂਕਿ ਇਹ ਪਾਵਨ ਗੱਦੀ ਜੋ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਚੱਲਦੀ ਹੈ, ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਉਦਾਸੀਆਂ ਦੀ ਸਮਾਪਤੀ ਕੀਤੀ ਹੈ ਤਾਂ ਉਸ ਵੇਲੇ ਭੇਖ ਉਤਾਰਿਆ ਸੀ ਅਤੇ ਆਪਣੇ ਸਪੁੱਤਰ ਨੂੰ ਦੇ ਦਿੱਤਾ ਸੀ। ਸੋ 3 ਧਰਾਵਾਂ ਚੱਲੀਆਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ। ਇੱਕ ਤਾਂ ਬਾਬਾ ਲਖਮੀ ਦਾਸ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਿੱਖੀ ਪ੍ਰਚਾਰ ਦੇ ਵਾਸਤੇ ਸੰਸਾਰ ਦੇ ਵਿੱਚ ਉਪਦੇਸ਼ ਦਿੱਤਾ ਕਿ ਉਪਦੇਸ਼ ਦੇਣਾ ਹੈ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ। ਔਰ ਇੱਕ ਬੇਦੀਆਂ ਦੀ ਬੰਸ ਚੱਲੀ, ਤੀਸਰੀ ਗੁਰਤਾ ਗੱਦੀ ਜੋ ਗੁਰੂ ਗ੍ਰੰਥ ਸਾਹਿਬ ਜੀ 'ਤੇ ਆ ਕੇ ਸਥਾਪਿਤ ਹੋਈ। ਇਹ 3 ਧਰਾਵਾਂ ਗੁਰੂ ਨਾਨਕ ਸਾਹਿਬ ਤੋਂ ਚੱਲੀਆਂ ਨੇ।
अज भी बाबा श्री चंद साहब जी दे टहकती हुई फलवाड़ी जो पंथ चलता है उदासी महात्मा का सिखी का प्रचार करते हैं। और जदों खालसा घोड़िया दिया टा सौ काठिया ते रहा है जंगलों में विचरदा रहा है सौ साल के करीब तकरीबन संपर्दा ने गुरु ग्रंथ साहब जी की सेवा करके सिखी का प्रचार करके टुटिया सुरतों प्रभु नाल जोड़िया है उस मिशन नू जारी रखदिया होया ही सो संत बाबा संतोखदास जी महापुरख तिन्हां ने सिखी का प्रचार किया और खंडे बाट के अमर छकण की प्रेरणा दे के बेअंत ही प्राणियों नू केसा धारी करके गुरु दे लड़ लाउण दा यतन किया। सो ऐसे महापुरख जिहड़े ने वो दुनिया ते आउंदे ने परपकार दे वास्ते। अज नाल नाल बाबा बिधी चंद साहब जी की अंश बन सत्कारयोग जथेदार संत बाबा दया सिंह साहब जी महापुरखों की मिठी प्यारी याद सो बाबा मौजदास जी संगतां दे संजोग नाल मना रहे ने। आपस विच महापुरखों का बड़ा गाढ़ा प्यार सी गाढ़ा प्यार छोटे हुंदिया तो वेंदे रहे हैं सलाने जोड़ मेले सुर सिंह आउंदे सी और बाबा संतोखदास साहब जी ने जाना और महापुरखों ने कोल आसन लवा लेना और जिन्ना चिर छुट्टी नहीं ना बाबा जी ने देनी भी जाओ उन्ना चिर आना नहीं तो छुट्टी मंगनी भी नहीं। बहुता प्यार बहुता स्नेह सी महापुरखों के नाल कोई भी कार्य करते तो बाबा जी ने पुछ के करते इन्ना प्यार सी इतों तक कि आ जदों दीवान हाल में जिथे आप सजे हाँ इहदा पहला लेंटर पैना सी बाबा जी ने बेनती करके आए बाबा जी के दर्शन दिओ कृपा करो प्रोग्रामा ते गए काफ़ी लेट हो गए 3 बजे डेरे पहुँचे। दास ने बेनती की बाबा जी माड़ी वाले महापुरखों ने आप जी ने याद किया लेंटर पैना सी कह लगे जाओ हाजरी लवा के आओ। जदों दास आया लेंटर पै चुका सी महापुरख बाहर पलंगा डा के बैठे सी ते पखे चल रहे गर्मी बड़ी सी। जदों दास आया आके फतेह बुलाई बेनती की भी बाबा जी कहिंदे सी हाजरी लवा के आओ कहन लगे सानू पता सी बाबा जी निगाह दे नाल ही लेंटर पिया है कि उन्हां ही सारी कृपा की है वो साडे कोल सदा हाजिर ने उन्हां दीआं सारीआं बख्शिशां ने। पिता जी आंदे हुंदे सी पिता जी बाबा मौजदास जी बैठे ने जदों बाबा जी ढिले होए भिखीवण दाखल सी बाबा जी मिलन आए ते दो वरा दास ही मिलन वास्ते कल्ला भी आया ते बाबा जी मैनूं पुछदे भी संगरांद किदण है। उदों संगरांदा दो लोग मनाउंदे सी जादियां एक पुरातन मर्यादा ते एक नानकशाही कैलेंडर दे नाल। मैं बेनती की जी बाबा जी ने नानकशाही कैलेंडर के हिसाब के नाल मनाउणी है। बाबा मौजदास जी कोल खलोते सी ते बाबा जी पुछदे मौजदास पाठ आरंभ हो गए आ कहन लगे हाँ बाबा जी संगरांद के पाठ आरंभ हो गए आ। मैनू कहन लगे जी अज हो सुर सिंह पाठ आरंभ मैं कहा नहीं जी कल होने आ कहन लगे इन्हां बाबा जी नूं बाबा संतोखदास जी के कल फिर पाठ आरंभ कर दिओ जिहड़ी पिता जी मनाउणगे संगरांद उह ही संगरांद मनाउणी है। बहुत ज़्यादा स्नेह सी बहुत ज़्यादा प्यार सी जदों कठिया होना उदों विछण नूं जी ना करना बाबा संतोखदास जी का इन्ना प्यार करते सी एड्डी वड्डी बख्शिश सी। बाबा संतोखदास साहब जी कोई छोटी रूह नहीं सी बड़ी सतगुरां की बख्शिश सी बड़ी मेहर सी तदे तो इन्नी दुनिया नूं गुरमत नाल जोड़िया और जिहड़े शरीरक दुख सी उन्होंने उन्होंने दूर किए ने। सो गरीब नवाज सतगुरां ने बाणी विच जो शब्द रागी सिंह पढ़ रहे सी ब्रह्म ज्ञानी सद जीव है नहीं मरता रब दे प्यारे सदा जींदे ने कि उन्हां के उन्हां दे उपदेश उन्हां दीआं सिख्यावां उन्हां दे आ जिहड़े जोड़ मेले मना रहे हैं ये सदा ही महापुरख जीवंदे ने। मनमुख जिहड़े ने मरदे ने मरना विगाड़ के मरदे ने मनमुख मरे मर मरण विगाड़े पर रब दे प्यारे जिहड़े ने वह सदा जींदे ने। फिर रब दे प्यारियां विच भेद कोई नहीं हुंदा चाहे उदासी महात्मा होवे चाहे कोई निहंग सिंह होवे किसी भी रूप विच होवे। सो प्रिंसीपल लाहौर दे होए ने जिन्हां उर्दू दे विच जपजी साहिब दा टीका कीता है ते नाल सुखमणी साहिब दा कीता है उन्हां बड़े सुंदर बोल लिखे ने संतां दे प्रति तो कहिंदे ने
दस छमे हो एक महफल में वो जोत झलक तो एक ही है। एक सभा सजी होवे, एक दीवान लगा होवे, एक बहुत बड़ा इकट्ठ होवे, दस उहदे विच छमा जगदियां होण ते उहनां दी जोत इक्को हुंदी है, चानण इक्को जिहा हुंदा है। ऐं कह लो छमा दा अजकल लोकां नूं पता नहीं, अजकल ट्यूबां ने बल्ब ने, ऐं कह लो कि इक 100 वाट दे बल्ब जां 40 वाट दीआं टूपां 10 जगदियां होण ते उहनां दा चानण इक्को जिहा हुंदा है। ते पहला प्रमाण उस मुसलमान विद्वान ने दिता है, दस छमे हो एक महफल में वो जोत झलक तो एक ही है, दस गुंचे रंग बिरंग खिले आवाज़ चटक तो एक ही है। दस तरह के फुल खिड़े होण, दस फुल जड़े ने वह ऐ टहक रहे होण, कुछ फुल सूरज नूं वेख के खड़दे खिड़दे ने, कोई चंद्रमा नूं वेख के खिड़दे ने, कमियां दे फुल हुंदे ने, कोई सदाबहार फुल हुंदे ने, जिहड़े सूरज नूं वेख के खिड़दे ने, चंद्रमा नूं वेख के खिड़दे ने, कदे उहनां दे लागे खलो के वेख्यो, जदों सूरज की पहली किरण निकलती है सूरज दे पैंदी है, सूरज खुलना शुरू हुंदा है, ते जदों पूरा फुल खुड़दा चटक दी आवाज़ आउंदी है, लागे खलो के वेख्यो, तदे उह विद्वान कहिंदा है कि दस गुंचे रंग बिरंग खिले, गुंचे फा सो उर्दू विच कहिंदे ने फुल्लां नूं, दस गुंचे रंग बिरंग खिले आवाज़ चटक तो एक ही है, उहनां दी आवाज़ एक ही है, चटक करके खुलदे ने, भावें 10 तरह दे फुल होण। दस गौहर हो इक माला में गौहर की दमक तो एक ही है, एक माला दे विच 10 मणके परो दिओ, इक्को जे होण, इक्को दी धात दे बणे होण, उहनां दा प्रकाश इक्को जिहा हुंदा, कोई फर्क नहीं हुंदा। इन्ने प्रमाण दे के उह कहिंदा है, दस संत मिले 10 रूपों में सीने की फटक तो एक ही है। रब दे प्यारे 10 भेखां दे इकट्ठे हो जाण, उहनां दे भेख बेशक वक्खो वक्खरे होणगे, कोई उदासी महात्मा होवेगा, कोई निर्मला होवेगा, कोई निहंग सिंह होवेगा, किसी भी धर्म दे विच होवे, पर प्यारिओ उहनां दी सीने की फटक तो एक ही है, सीने की आवाज़ एक है, वह किहड़ी है, तू दी। रब दे प्यारे विच मैं नहीं हुंदी, क्योंकि जब लग मेरी मेरी कराए तब लग काज एक नहीं सराए, जब मेरी मेरी मिट जाए तब प्रभ का सवारे आए। रब दे प्यारे हउमे नहीं करदे, मैं नहीं कहिंदे, उहनां दे अंदरों तू दी आवाज़ निकलदी है, कबीर तू, तू करता तू हुआ, मुझ में रहा न हूँ, जब आपा परका मिट गया जत देखो तत तू। तो विद्वान कहिंदा है कि 10 छमां जगदियां होण ते इक्को जिहा प्रकाश है, 10 फुल खिड़न तां आवाज़ इक्को जी है 10 तरह दे फुल्लां दी, 10 माला विच गौहर मोती होण ते उहनां दी दमक चमक इक्को जी है, ते 10 रूपां विच संत मिल जाण ते उहनां दे हिरदे दी आवाज़ इक हुंदी है, इक विचार हुंदी है, इक सलाह हुंदी है, इक आवाज़ निकलदी है तू दी। दस संत मिले 10 रूपो में सीने की फटक तो एक है, हर रंग मिलने वाले को मिल जाते नानक शाहे गुरु, अरदास कर अर शीस नवा अर मुखते बोलो वाहेगुरु। रब दे प्यारे जड़े ने उन्हां दे अंदरों एक आवाज़ निकली दी है, वो परमात्मा दी प्राप्ति दी। रब दे प्यारे जड़े ने वो दुनिया तो जांदे ने, शरीर दा ओला करदे ने, उतरा उन्हां दे उपदेश, उन्हां दीआं सिखावां जे कोई धारण करन दे समर्थ होवे तां वो सदा ही जिउंदे ने, उन्हां दीआं विचारां मार्गदर्शन बन के मनुख जदों दुनिया विच विचरदा है तो उहनूं बहुत वड्डी सेध मिलदी है, बहुत वड्डी कामयाबी दुनिया दे विच प्राप्त हुंदी है, क्योंकि ज्यों जल में जल आए खटाना त्यों ज्योति संग ज्योत समाना, मिट गए गमन पाए विश्राम, नानक प्रभ कै सद कुरबान। वो प्रभु दे विच मिल गए ने, प्रभु विच अभेद हो जाते हैं, जिस तरह जल विच जल मिल जाता है, इस तरह उन्हां दी जोत परमात्मा दे विच अभेद हो जाती है, जिस तरह नाले और नदियां जड़ियां समुद्र में जाके एक रूप हो जाती ने, उन्हां दा रूप अपना खत्म हो जाता है,
ਉਹ ਸਮੁੰਦਰ ਰੂਪ ਹੋ ਜਾਂਦੀਆਂ ਨੇ, ਰੱਬ ਦੇ ਪਿਆਰੇ ਬ੍ਰਹਮ ਸਰੂਪ ਹੋ ਜਾਂਦੇ ਨੇ, ਬ੍ਰਹਮ ਵਿੱਚ ਲਏ ਹੋ ਜਾਂਦੇ ਨੇ, ਬ੍ਰਹਮ ਤੋਂ ਪੈਦਾ ਹੁੰਦੇ ਨੇ, ਬ੍ਰਹਮ ਪਰਮਾਤਮਾ ਵਿੱਚ ਜਾ ਕੇ ਮਿਲ ਜਾਂਦੇ ਨੇ। ਤਦੇ ਕਹਿ ਦਿੱਤਾ ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਰੱਬ ਦੇ ਪਿਆਰੇ ਵਿੱਚ ਔਰ ਸੰਤ ਮਹਾਤਮਾ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਬੜੇ ਗੁਰੂ ਅਰਜਨ ਸਾਹਿਬ ਨੇ ਪ੍ਰਮਾਣ ਦਿੱਤੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੰਤ ਕੀ ਧੂੜ ਮਿਟੇ ਅੱਗ ਕੋਟ, ਰੱਬ ਦੇ ਪਿਆਰੇ ਦੀ ਚਰਨ ਧੂੜੀ ਜੇ ਮਸਤਕ ਨੂੰ ਲਾਉਣ ਵਾਸਤੇ ਪ੍ਰਾਪਤ ਹੋ ਜਾਵੇ ਤਾਂ ਕਰੋੜਾਂ ਪਾਪ ਜੀਵ ਦੇ ਕੀਤੇ ਜਿਹੜੇ ਉਹ ਨਾਸ ਹੋ ਜਾਂਦੇ ਨੇ। ਜਿਸ ਤਰ੍ਹਾਂ ਗਣਕਾ ਪਾਪਣ ਸੀ, ਕਿੰਨੇ ਉਸਨੇ ਪਾਪ ਕੀਤੇ ਸੀ, ਪਰ ਜਦੋਂ ਮਹਾਂਪੁਰਖ ਦੇ ਦਰਸ਼ਨ ਕੀਤੇ, ਉਪਦੇਸ਼ ਮਿਲਿਆ ਤਾਂ ਉਹਦੇ ਸਾਰੇ ਪਾਪ ਜਿਹੜੇ ਧੁੱਪ ਕੇ ਉਹ ਪਵਿੱਤਰ ਹੋ ਗਈ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਤਦੇ ਕਿਹਾ ਹੈ ਗਣਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਲਿਵ ਲੱਗੀ ਤੇ ਸਤੋਤਿਓ, ਨਿਤ ਪੜ੍ਹਾਏ ਕਰੇ ਅਸ਼ੋਤਾ, ਗਈ ਬੈਕੁੰਠ ਬਬਾਨ ਚੜ੍ਹ, ਨਰਕੇ ਵਿੱਚ ਨਾ ਖਾਧੋ ਸਗੋਤਾ, ਗੁਰਮੁਖ ਪਾਪ ਕਲੇਵਰ ਧੋਤਾ। ਰੱਬ ਦੇ ਪਿਆਰੇ ਦੀ ਚਰਨ ਧੂੜੀ ਦਾ ਐਡਾ ਵੱਡਾ ਮਹਾਤਮ ਹੈ। ਤਦੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਗੰਗਾ ਜਮਨਾ ਗੋਦਾਵਰੀ ਸ੍ਰਸਤੀ ਤੇ ਉੱਦਮ ਕਰੇ ਧੂਰ ਸਾਧੂ ਕੀ ਤਾਈ। ਅੱਜ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਪਰਸਣ ਦੇ ਵਾਸਤੇ ਤੁਸੀਂ ਇੱਥੇ ਆਏ ਹੋ, ਕਿਉਂਕਿ ਇਸ ਚਰਨ ਧੂੜੀ ਨੂੰ ਗੰਗਾ ਜਮਨਾ ਗੋਦਾਵਰੀ ਅਤੇ ਸ੍ਰਸਤੀ ਵਰਗੀਆਂ ਪਵਿੱਤਰ ਨਦੀਆਂ ਵੀ ਲੋਚਦੀਆਂ ਨੇ। ਸਾਨੂੰ ਚਰਨ ਧੂੜ ਮਿਲੇ, ਅਸੀਂ ਪਵਿੱਤਰ ਹੋ ਜਾਈਏ, ਉੱਦਮ ਕਰੇ ਧੂਰ ਸਾਧੂ ਕੀ ਤਾਈ। ਇਹ ਉੱਦਮ ਕਿਹੜਾ ਕਰਦੀਆਂ ਨੇ, ਮਹਾਂਪੁਰਖ ਦੱਸਦੇ ਸੀ ਜਿਹੜੀਆਂ ਵਗਦੀਆਂ ਨੇ ਨਾ, ਦਿਨ ਰਾਤ ਪਾਣੀ ਵਗਦਾ ਹੈ, ਇਹ ਉੱਦਮ ਕਰ ਰਿਹਾ ਹੈ, ਨਦੀਆਂ ਉੱਦਮ ਕਰ ਰਹੀਆਂ ਨੇ ਵੀ ਇਸ ਘਾਟ 'ਤੇ ਰੱਬ ਦਾ ਪਿਆਰਾ ਨਹੀਂ ਮਿਲਿਆ, ਅਗਲੇ ਘਾਟ 'ਤੇ ਰੱਬ ਦਾ ਪਿਆਰਾ ਮੇਰੇ ਵਿੱਚ ਚਰਨ ਪਾ ਦੇਵੇਗਾ ਅਤੇ ਮੈਂ ਪਵਿੱਤਰ ਹੋ ਜਾਵਾਂਗੀ। ਕਿਉਂਕਿ ਕਿਲਵਖ ਮੈਲ ਪਰੇ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਨਦੀਆਂ ਕਹਿੰਦੀਆਂ ਨੇ ਕਿ ਦੁਨੀਆਂ ਦੇ ਲੋਕ ਸਾਡੇ ਵਿੱਚ ਇਸ਼ਨਾਨ ਕਰਕੇ ਆਪਣੇ ਪਾਪਾਂ ਦੀ ਮੈਲ ਲਾਹ ਕੇ ਚਲੇ ਜਾਂਦੇ ਨੇ। ਜਦੋਂ ਅਸੀਂ ਪਾਪਾਂ ਦੀ ਮੈਲ ਨਾਲ ਲੱਥ ਪੱਥ ਹੋ ਜਾਂਦੀਆਂ, ਲਿਬੜ ਜਾਂਦੀਆਂ ਹੈ, ਫਿਰ ਅਸੀਂ ਰੱਬ ਦੇ ਪਿਆਰੇ ਨੂੰ ਉਡੀਕਦੀਆਂ ਹੈ ਕਿ ਰੱਬ ਦਾ ਪਿਆਰਾ ਕਿਤੇ ਆ ਕੇ ਸਾਡੇ ਵਿੱਚ ਚਰਨ ਪਾਵੇ। ਜਦੋਂ ਰੱਬ ਦਾ ਪਿਆਰਾ ਆ ਕੇ ਚਰਨ ਪਾਉਂਦਾ ਹੈ ਤਾਂ ਸਾਨੂੰ ਜਿਹੜੀ ਮੈਲ ਲੱਗੀ ਹੈ ਇਹ ਉਤਰਦੀ ਹੈ, ਨਹੀਂ ਤਾਂ ਉਤਰਦੀ ਨਹੀਂ ਹੈ। ਗੁਰੂ ਅਰਜਨ ਸਾਹਿਬ ਜੀ ਨੇ ਮੰਗਿਆ ਪਾਵੋ ਦਾਨ, ਢੀਠ ਹੋਏ ਮੰਗੋਂ ਮੁੱਖ ਲੱਗੇ ਸੰਤ ਰੇ ਨਾਰੇ। ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖਾ ਇਤਰਾ ਮੰਗ, ਹੇ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਪਾਵੋ ਦਾਨ, ਮੈਂ ਦਾਨ ਮੰਗਦਾ ਹਾਂ। ਕਾਹਦਾ ਦਾਨ ਮੰਗਦਾ ਹੈ, ਜੇ ਤੈਨੂੰ ਪਰਮੇਸ਼ਰ ਪੁੱਛੇ ਤਾਂ ਆਖੀ ਪਾਵੋ ਦਾਨ, ਢੀਠ ਹੋਏ ਮੰਗੋ, ਸੱਚੇ ਪਾਤਸ਼ਾਹ ਤੇਰੇ ਦਰ ਤੋਂ ਮੈਂ ਜਾਣਾ ਨਹੀਂ। ਢੀਠ ਮੰਗਤਾ ਜਦੋਂ ਆਉਂਦਾ ਨਾ, ਇੱਕ ਮੰਗਤਾ ਆਉਂਦਾ ਆਮ, ਉਹਨੂੰ ਨਾ ਮਿਲੇ ਤਾਂ ਉਹ ਛੱਡ ਕੇ ਚਲਿਆ ਜਾਂਦਾ ਹੈ। ਢੀਠ ਮੰਗਤਾ ਬੂਹੇ ਤੋਂ ਜਾਂਦਾ ਹੀ ਨਹੀਂ, ਭਾਵੇਂ ਮਾਲਕ 100 ਵਾਰਾਂ ਝਿੜਕੇ ਕਵੇ ਤੈਨੂੰ ਕੱਖ ਨਹੀਂ ਦੇਣਾ, ਪਰ ਉਹ ਦਰਵਾਜ਼ਾ ਛੱਡ ਕੇ ਜਾਂਦਾ ਨਹੀਂ, ਮੰਗੀ ਜਾਂਦਾ ਹੈ, ਮੰਗੀ ਜਾਂਦਾ ਹੈ। ਹਾਰ ਕੇ ਮਾਲਕ ਕਹਿੰਦਾ ਇਹਨੂੰ ਲਾਓ ਗਲੋ, ਇਹਨੂੰ ਕੋਈ ਨਾ ਕੋਈ ਦਿਓ ਅਤੇ ਫਿਰ ਸੂਤਰ ਆਉਣਾ ਹੈ, ਉਹ ਲੈ ਕੇ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਸਿੱਖਾ ਤੁਸੀਂ ਢੀਠ ਮੰਗਤਾ ਬਣ ਜਾ, ਪਰਮੇਸ਼ੁਰ ਦਾ ਦਰ ਨਾ ਛੱਡੀ, ਆਖ ਪਾਵੋ ਦਾਨ, ਢੀਠ ਹੋਏ ਮੰਗੋ, ਮੰਗਿਆ ਕੀ ਹੈ ਮੁੱਖ ਲਾਗੇ ਸੰਤ ਰੇ ਨਾਰੇ। ਮੇਰੇ ਮੁੱਖ 'ਤੇ ਮੇਰੇ ਮੱਥੇ 'ਤੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਲੱਗ ਜਾਵੇ, ਮੈਂ ਤੇਰੇ ਮੰਗ ਦਰ ਤੋਂ ਇਹ ਮੰਗਦਾ। ਭਾਈ ਮਤੀ ਦਾਨ ਦੀਵਾਨ ਸਾਹਿਬ ਨੇ ਵੀ ਬੜਾ ਸੁੰਦਰ ਫਾਰਸੀ ਵਿੱਚ ਆਖਿਆ, ਉਹ ਕਹਿੰਦੇ ਨੇ ਕਿ ਦੁਨੀਆਂ ਵਿੱਚ ਕੋਈ ਮਮੀਰਾ ਨਹੀਂ, ਕਿਉਂਕਿ ਮਮੀਰਾ ਮਲ ਪਾ ਲਈ ਅੱਖਾਂ ਦੇ ਵਿੱਚ ਤਾਂ ਅੱਖ ਦਾ ਫੋਲਾ ਜਿਹੜਾ ਪਿਆ ਨਾ ਉਹ ਖਤਮ ਹੋ ਜਾਂਦਾ ਹੈ, ਪਰ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਜੇ ਕਿਤੇ ਮੱਥੇ ਨੂੰ ਲੱਗ ਲਾ ਜਾਵੇ ਤਾਂ ਭਰਮ ਦਾ ਫੋਲਾ ਦਿਲ ਰੂਪੀ ਅੱਖ ਵਿੱਚ ਜਿਹੜਾ ਪਿਆ ਭਰਮ ਦੇ ਪਰਦੇ ਪਾਟ ਜਾਂਦੇ ਨੇ। ਐਡੀ ਵੱਡੀ ਕਿਰਪਾ ਹੋ ਜਾਂਦੀ ਹੈ, ਇਤਨੀ ਵੱਡੀ ਬਖਸ਼ਿਸ਼ ਹੋ ਜਾਂਦੀ ਹੈ ਕਿ ਰੱਬ ਦੇ ਪਿਆਰੇ ਮਿਹਰ ਕਰ ਦਿੰਦੇ ਨੇ। ਦੁਨੀਆਂ ਵਿੱਚ ਕੋਈ ਦਾਰੂ ਨਹੀਂ ਜਿਹੜਾ ਮੱਥੇ 'ਤੇ ਲਾਈਏ ਅਤੇ ਅੱਖ ਵਿੱਚ ਚਾਨਣ ਹੋ ਜਾਵੇ, ਪਰ ਸਾਹਿਬ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਮੱਥੇ ਨੂੰ ਲਾ ਲਈਏ ਅਤੇ ਦਿਲ ਦੀ ਅੱਖ ਜਗ ਪੈਂਦੀ ਹੈ, ਦਿਲ ਦੇ ਵਿੱਚ ਚਾਨਣ ਹੋ ਜਾਂਦਾ ਹੈ। ਕਿਉਂਕਿ ਰੱਬ ਦੇ ਪਿਆਰੇ ਵੀ ਦਿਲ ਦੇ ਭਾਰ ਚੱਲਣ ਵਾਲੇ ਨੇ, ਰੱਬ ਦੇ ਪਿਆਰੇ ਦਿਮਾਗ ਦੇ ਭਾਰ ਨਹੀਂ ਚੱਲਦੇ। ਦੁਨੀਆਂ ਦੇ ਲੋਕ ਦਿਮਾਗ ਦੇ ਭਾਰ ਚੱਲਦੇ ਨੇ, ਦਿਮਾਗ ਵੀ ਸ਼ੈਤਾਨੀ ਹੈ, ਦਿਲ ਵਿੱਚ ਪਿਆਰ ਹੈ, ਜੇ ਦਿਲੋਂ ਕੰਮ ਕਰੀਏ ਤਾਂ ਉਹ ਭਲਾ ਹੁੰਦਾ ਹੈ।
ਡਾਕਟਰਾਂ ਨੂੰ ਪੁੱਛੋ ਦਿਲ ਦੇ ਬਾਰੇ ਤਾਂ ਕਹਿਣਗੇ, ਹਿਰਦੇ ਦੀ ਗੱਲ ਕਰੋ ਤਾਂ ਮੁਨਕਰ ਹੋ ਜਾਣਗੇ। ਉਹ ਕਹਿਣਗੇ ਬੜੀ ਵਾਰਾ ਬੰਦਾ ਚੀਰ ਕੇ ਵੇਖਿਆ, ਆਪਣੀ ਮੇਜ਼ 'ਤੇ ਦਿਲ ਕੱਢ ਕੇ ਰੱਖਿਆ ਹੈ, ਪਰ ਹਿਰਦੇ ਜੈਸੀ ਕੋਈ ਚੀਜ਼ ਨਹੀਂ ਹੈ। ਪਰ ਉਹਨਾਂ ਨੂੰ ਪਤਾ ਨਹੀਂ ਵੀ ਹਿਰਦਾ ਜਿਹੜਾ ਹੈ ਉਹ ਸਾਖਤ ਰੂਪ ਵਿੱਚ ਪ੍ਰਕਥਕ ਦਿਸ ਨਹੀਂ ਸਕਦਾ, ਉਹ ਇੱਕ ਪ੍ਰੇਮ ਦੀ ਅਵਸਥਾ ਹੈ। ਅਤੇ ਰੱਬ ਦੇ ਪਿਆਰਿਆਂ ਦੀ ਜਦੋਂ ਚਰਨ ਧੂੜ ਲਾ ਲਈਏ ਮੱਥੇ ਨੂੰ, ਤਾਂ ਦਿਲ ਦੇ ਅੰਦਰ, ਦਿਲ ਦੀ ਅੱਖ ਵਿੱਚ ਚਾਨਣ ਹੋ ਜਾਂਦਾ, ਦਿਲ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਸਾਰੀ ਦੁਨੀਆ ਵਿੱਚ ਕੀ ਵਰਤ ਰਿਹਾ, ਕੀ ਵਰਤਣਾ ਹੈ, ਇਹ ਪਤਾ ਲੱਗ ਜਾਂਦਾ ਹੈ। ਸੋ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਦੀ ਸੰਤ ਕੀ ਧੂਰ ਮਿਟੇ ਅੱਗ ਕੋਟ, ਕਰੋੜਾਂ ਪਾਪ ਮਿਟ ਜਾਂਦੇ ਨੇ ਜੇ ਰੱਬ ਦੇ ਪਿਆਰੇ ਦੀ ਚਰਨ ਭੂੜ ਮਿਲ ਜਾਵੇ। ਸੰਤ ਪ੍ਰਸਾਦ ਜਨਮ ਮਰਨ 'ਤੇ ਛੋਟ, ਰੱਬ ਦੇ ਪਿਆਰੇ ਦਾ ਸੰਗ ਕਰਕੇ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ। ਬੜੇ ਪ੍ਰਮਾਣ ਸਤਿਗੁਰਾਂ ਦੇ ਕੇ ਅੰਤ ਨੂੰ ਕਹਿ ਦਿੱਤਾ ਹੈ, ਕਹੋ ਨਾਨਕ ਜਾਂਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ। ਜਿਹਦੇ ਪੂਰਬਲੇ ਚੰਗੇ ਕਰਮ ਹੋਣ, ਜੀ ਪਰਮੇਸ਼ੁਰ ਦਾ ਅਨੁਗ੍ਰਹ ਹੋ ਜਾਵੇ, ਉਹ ਸਾਧੂਆਂ ਦੇ ਚਰਨਾਂ ਨੂੰ ਭੇਟਦਾ, ਚਰਨਾਂ ਨਾਲ ਜੁੜਦਾ, ਚਰਨਾਂ ਨਾਲ ਮਿਲਦਾ ਹੈ, ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿ ਜਾਂਦੀ। ਆਹ ਗੱਲ ਕਹਿ ਕੇ ਮੈਂ ਸਮਾਪਤ ਕਰਾਂਗਾ। ਰੱਬ ਦੇ ਪਿਆਰਿਆਂ ਦਾ ਬਹੁਤ ਵੱਡਾ ਮਹੱਤਵ ਹੈ। ਤਰਵੇਣੀ ਵਿੱਚ ਲੋਕ ਇਸ਼ਨਾਨ ਕਰਨ ਜਾਂਦੇ ਨੇ, ਪਤਾ ਨਹੀਂ ਉਹ ਕਿਸੇ ਦੇ ਸਰੀਰ ਦੀ ਮੈਲ ਲਾਉਂਦੀ ਹੈ ਕਿ ਨਹੀਂ ਲਾਉਂਦੀ, ਪਰ ਗੁਰੂ ਨੇ ਸਾਨੂੰ ਤਰਵੇਣੀ ਬਖਸ਼ੀ ਹੈ। ਗੁਰੂ ਗ੍ਰੰਥ ਸਾਹਿਬ, ਰੱਬ ਦੇ ਪਿਆਰੇ ਅਤੇ ਸਤ ਸੰਗਤ, ਜਿਹੜਾ ਭਾਈ ਇਸ ਤਰਵੇਣੀ ਵਿੱਚ ਇਸ਼ਨਾਨ ਕਰ ਲਵੇ ਉਹਦੇ ਮਨ ਦੀ ਮੈਲ ਉੱਤਰ ਜਾਂਦੀ ਹੈ। ਜਿੱਥੇ ਗੁਰੂ ਦੇ ਚਰਨ ਪੈਂਦੇ ਨੇ ਉਹ ਘਰ ਮੁਬਾਰਕ ਹੈ, ਪਰ ਜਿੱਥੇ ਪਿਆਰਿਓ ਰੱਬ ਦੇ ਪਿਆਰੇ ਦੇ ਚਰਨ ਨਹੀਂ ਨਾ ਪੈਂਦੇ, ਉਹ ਕਾਰਜ ਨਹੀਂ ਜੇ ਸੰਪੂਰਨ ਹੁੰਦੇ, ਇਹ ਨਿਸ਼ਚਾ ਕਰ ਲਓ। ਇਤਿਹਾਸ ਵਿੱਚ ਸਾਖੀ ਆਉਂਦੀ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਬੁੱਧੂ ਘੁਮਿਆਰ ਸਿੱਖ ਚੱਲ ਕੇ ਆਇਆ ਸੀ, ਸੱਚੇ ਪਾਤਸ਼ਾਹ ਕਰਜ਼ਾ ਚੁੱਕਿਆ ਅਤੇ ਆਵਾ ਚੜ੍ਹਾਉਣ ਲੱਗਾ ਹੈ, ਕਿਰਪਾ ਕਰਿਓ ਆਵਾ ਪੱਕਾ ਨਿਕਲੇ, ਕਰਜ਼ਾ ਵੀ ਲੱਥ ਜਾਵੇ ਅਤੇ ਨਫਾ ਵੀ ਹੋ ਜਾਵੇ, ਮਾਇਆ ਖੁੱਲ੍ਹੀ ਮਿਲ ਜਾਵੇ। ਸਤਿਗੁਰਾਂ ਕਿਹਾ ਭਾਈ ਘਰ ਦੇ ਵਿੱਚ ਸੰਗਤਾਂ ਦੇ ਚਰਨ ਪਵਾਵੀ, ਰੱਬ ਦੇ ਪਿਆਰਿਆਂ ਦੇ ਚਰਨ ਪਵਾਵੀ, ਬਾਣੀ ਦਾ ਜਾਪ ਕਰਾਈ, ਗੁਰੂ ਨਾਨਕ ਸਾਹਿਬ ਤੇਰੇ ਕਾਰਜ ਕਰਨਗੇ। ਵਾਪਸ ਆ ਗਿਆ ਹੈ, ਆ ਕੇ ਇੱਟਾਂ ਜਿਹੜੀਆਂ ਸੀ ਉਹ ਕੱਚੀਆਂ ਪੱਥ ਦਿੱਤੀਆਂ ਨੇ, ਤਿਆਰ ਹੋ ਗਈਆਂ ਨੇ, ਜਦੋਂ ਹਵਾ ਲੱਗ ਗਈ ਸੁੱਕ ਗਈਆਂ, ਆਵੇ ਵਿੱਚ ਰੱਖ ਦਿੱਤੀਆਂ ਨੇ, ਆਵੇ ਨੂੰ ਅੱਗ ਦੇ ਦਿੱਤੀ ਹੈ। ਗੁਰੂ ਦਾ ਬਚਨ ਚੇਤੇ ਆਇਆ ਹੈ, ਘਰ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਹੈ, ਸੰਗਤ ਨੂੰ ਘਰ ਦੇ ਵਿੱਚ ਸੱਦਿਆ ਹੈ। ਗੁਰੂ ਨੇ ਇੱਕ ਗੱਲ ਕਹੀ ਸੀ, ਕਿਸੇ ਨੂੰ ਭੁੱਖਾ ਨਾ ਮੋੜੀ, ਪ੍ਰਸ਼ਾਦਾ ਜ਼ਰੂਰ ਛਕਾਵੀਂ, ਸੱਤ ਬਚਨ ਕਹਿ ਕੇ ਚਲੇ ਗਿਆ ਸੀ। ਤਾਂ ਘਰ ਦੇ ਵਿੱਚ ਜਦੋਂ ਸਮਾਪਤੀ ਹੋਈ, ਲੰਗਰ ਵਰਤਣ ਲੱਗਾ, ਭਾਈ ਲੱਖੂ ਜੀ ਆਪਣੇ ਲਾਗੇ ਦੀ ਮਨਾਵੇਂ ਪਿੰਡ ਦੇ ਹੋਏ ਨੇ, ਭਾਈ ਗੁਰਦਾਸ ਸਾਹਿਬ ਨੇ ਆਪਣੇ ਵਾਰਾਂ ਵਿੱਚ ਉਹਨਾਂ ਦਾ ਨਾਂ ਲਿਖਿਆ, ਬੁੱਧੂ ਮਹਿਤਾ ਜਾਣੀਐ ਕੁੱਲ ਘੁਮਿਆਰ ਭਗਤ ਨਿਰੰਕਾਰੀ, ਲੱਖੂ ਵਿੱਚ ਪਟੋਲੀਆ ਭਾਈ ਲੱਦਾ ਪਰ ਉਪਕਾਰੀ। ਇਹ ਸਾਰੇ ਪਟੋਲੀਆਂ ਦੇ ਬਾਜ਼ਾਰ ਵਿੱਚ ਰਹਿੰਦੇ ਸੀ, ਔਰ ਭਾਈ ਲੱਖੂ ਜੀ ਦੀ ਡਿਊਟੀ ਲੱਗੀ ਸੀ ਲਾਹੌਰ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਪਹਿਲਾਂ ਰਾਹ ਮਾਰਦੇ ਹੁੰਦੇ ਸੀ, ਅਤੇ ਜਦੋਂ ਭਾਈ ਪ੍ਰਾਣਾ ਜੀ ਲੱਕੜਾਂ ਇਕੱਠੀਆਂ ਕਰਕੇ ਬੈਠੇ ਸੀ, ਚੌਂਕੜਾ ਮਾਰ ਕੇ ਲੰਗਰ ਦੀਆਂ ਲੱਕੜਾਂ ਇਕੱਠੀਆਂ ਕਰਕੇ ਖੇਮ ਕਰਦੇ ਇਲਾਕੇ ਵਿੱਚ, ਇਹਨੇ ਆਖਿਆ ਬਾਬਾ ਤੇਰੇ ਸੁੱਖਣਾ ਸੁੱਖਦਾ ਹੈ, ਜ਼ਿਆਦਾ ਮੈਨੂੰ ਡਾਕੇ ਦਾ ਮਾਲ ਮਿਲੇ ਮੈਂ ਤੈਨੂੰ ਦਸਵੰਧ ਦੇਊਂਗਾ। ਮਾਈਆਂ ਮੇਲ ਬਣ ਕੇ ਜਾਂਦੀਆਂ ਸੀ, ਸਾਰਾ ਗਹਿਣਾ ਸੋਨਾ ਉਹਨਾਂ ਦਾ ਲੁੱਟ ਲਿਆ, ਪੰਡ ਬਣ ਕੇ ਕੱਪੜਿਆਂ ਦੀ ਅੱਗੇ ਸੁੱਟ ਦਿੱਤੀ। ਕਹਿਣ ਲੱਗੇ ਬਾਬਾ ਦਸਵੰਧ ਨਹੀਂ ਅੱਧ ਲੈ। ਭਾਈ ਪ੍ਰਾਣਾ ਜੀ ਕਹਿੰਦੇ ਕੀ ਹੈ? ਕਹਿੰਦਾ ਮੈਂ ਤੁਹਾਡੇ ਸੁੱਖਣਾ ਸੋਕੇ ਗਿਆ ਸਾ, ਚੰਗਾ ਕੰਮ ਬਣੇ, ਮੈਂ ਡਾਕਾ ਮਾਰ ਕੇ ਲਿਆ, ਦਸਵੰਧ ਨਹੀਂ ਅੱਧ ਲਓ। ਉਹਨੇ ਕਿਹਾ ਦੁਸ਼ਟਾ, ਜੇ ਸਾਡੇ ਕੋਲ ਅਰਦਾਸ ਕੀਤਿਆ ਤੈਨੂੰ ਨਫਾ ਹੋ ਸਕਦਾ, ਸ਼ਰਾਬ ਦੇ ਕੇ ਤੈਨੂੰ ਨਾਸ਼ ਵੀ ਕਰਾਂਗੇ। ਉਹਨੇ ਹੱਥ ਜੋੜੇ, ਬਾਬਾ ਇਸ ਤਰ੍ਹਾਂ ਨਾ ਕਰੀ, ਮੈਨੂੰ ਮਾਫ਼ੀ ਦੇ। ਉਹਨੇ ਕਿਹਾ ਵਾਪਸ ਕਰਕੇ ਆ ਮਾਲ ਸਾਰਾ, ਮਾਈਆਂ ਦਾ ਗਹਿਣਾ ਸੋਹਣਾ ਕੱਪੜੇ ਵਾਪਸ ਕਰਕੇ ਆਇਆ। ਫਿਰ ਕਹਿਣ ਲੱਗਾ ਸਿੱਖੀ ਦੇ ਮੈਨੂੰ। ਹੁਣ ਭਾਈ ਪ੍ਰਾਣਾ ਕਹਿੰਦੇ ਮੈਂ ਕੌਣ ਹਾਂ ਸਿੱਖੀ ਦੇਣ ਵਾਲਾ, ਚੱਲ ਤੈਨੂੰ ਦੀਨ ਦੁਨੀਆ ਦੇ ਮਾਲਕ ਕੋਲ ਲੈ ਚੱਲਾਂ। ਸਤਿਗੁਰਾਂ ਕੋਲ ਲਿਆ ਕੇ ਚਰਨਾਂ 'ਤੇ ਪਵਾਇਆ, ਸਤਿਗੁਰਾਂ ਨੇ ਸਿੱਖੀ ਦਿੱਤੀ, ਚੋਰੀ ਦਾ ਮਾਲ ਵਾਪਸ ਕਰਾਇਆ, ਜਿੰਨੀਆਂ ਵੀ ਚੋਰੀਆਂ ਡਾਕੇ ਮਾਰੇ ਸੀ, ਔਰ ਚਰਨ ਪੌਲ ਦੇ ਕੇ ਸਿੱਖ ਸਜਾ ਕੇ 21 ਜਪਜੀ ਸਾਹਿਬ ਦੇ ਪਾਠ ਲਿਬ ਬਿਰਤੀ ਨਾਲ ਕਰਦੇ ਰਹੇ। ਲਾਹੌਰ ਵਿੱਚ ਡਿਊਟੀ ਲੱਗੀ ਹੈ, ਹੁਣ ਲੰਗਰ ਵਰਤ ਰਿਹਾ ਭਾਈ ਬੁੱਧੂ ਦੇ ਘਰ, ਇਹ ਵੀ ਆ ਕੇ ਪਹੁੰਚੇ, ਕਹਿਣ ਲੱਗੇ ਮੈਨੂੰ ਪ੍ਰਸ਼ਾਦਾ ਦਿਓ। ਉਹ ਕਹਿਣ ਲੱਗੇ ਲੰਗਰ ਤਾਂ ਵਰਤ ਗਿਆ, ਤੂੰ ਲੇਟ ਆਇਆ, ਹੁਣ ਨਹੀਂ ਮਿਲਣਾ। ਉਹਨੇ ਕਿਹਾ ਵੀ ਮੈਂ ਲੋੜਵੰਦ ਆ, ਮੈਨੂੰ ਭੁੱਖ ਲੱਗੀ ਹੈ, ਇਸ ਕਰਕੇ ਜ਼ਰੂਰ ਦਿਓ। ਕਹਿੰਦੇ ਨਹੀਂ, ਹੁਣ ਅਰਦਾਸ ਹੋਣੀ, ਨਹੀਂ ਦੇਣਾ।
ਜਦੋਂ ਅਰਦਾਸ ਜੀ ਨੇ ਅਰਦਾਸ ਕੀਤੀ ਦਾ ਸੋ ਜਲ ਪਾਣੀ ਗੁਰੂ ਕਾ ਟਹਿਲ ਪਾਣੀ ਭਾਈ ਬੁੱਧੂ ਦੇ ਪਰਿਵਾਰ ਦੀ ਲੇਖੇ ਲਾਇਓ ਆਵਾ ਪੱਕਾ ਨਿਕਲੇ ਤਾਂ ਲੱਖੂ ਜੀ ਨੇ ਕਿਹਾ ਸੀ ਕੱਚਾ ਨਿਕਲੇਗਾ ਕੱਚਾ ਰਹੇਗਾ ਕੱਚਾ ਰਹੇਗਾ ਤਿੰਨ ਵਾਰਾਂ ਬਚਨ ਕੀਤਾ ਬੁੱਧੂ ਕਹਿ ਲੱਗਾ ਤੂੰ ਕੌਣ ਹੈ ਗੁਰੂ ਅਰਜਨ ਸਾਹਿਬ ਦਾ ਬਚਨ ਬੋਲਣ ਵਾਲਾ ਗੁਰੂ ਅਰਜਨ ਸਾਹਿਬ ਨੇ ਕਿਹਾ ਆਵਾ ਪੱਕਾ ਨਿਕਲੇਗਾ ਲੱਖੂ ਕਹਿੰਦਾ ਮੈਂ ਵੀ ਨਿਮਾਣਾ ਜਿਹਾ ਗੁਰੂ ਘਰ ਦਾ ਕੂਕਰਿਆਂ ਗੁਰੂ ਅਰਜਨ ਸਾਹਿਬ ਮੇਰੀ ਵੀ ਨਹੀਂ ਮੋੜਦੇ ਆਵਾ ਨਹੀਂ ਉਹ ਤੇਰਾ ਪੱਕਾ ਨਿਕਲ ਸਕਦਾ ਆ ਕੇ ਚਲੇ ਗਏ ਅਗਲੇ ਦਿਨ ਜਾ ਕੇ ਮੋਹਰੀ ਖੋਲ੍ਹੀ ਪਿੱਟਾਂ ਕੱਢੀਆਂ ਪਿੱਲੀਆਂ ਨੇ ਹੋਰ ਕੱਢੀਆਂ ਪਿੱਲੀਆਂ ਸਾਰਾ ਆਵਾ ਹੀ ਪਿੱਲਾ ਹੈ ਧਾਹਾਂ ਨਿਕਲ ਗਈਆਂ ਅੰਮ੍ਰਿਤਸਰ ਆ ਕੇ ਮੱਥਾ ਟੇਕ ਕੇ ਰੋ ਪਿਆ ਮਹਾਰਾਜ ਮੈਂ ਲੁੱਟਿਆ ਗਿਆ ਜੇ ਮੈਨੂੰ ਨਫ਼ਾ ਤਾਂ ਕੀ ਹੋਣਾ ਮੈਂ ਕਰਜ਼ਾ ਚੁੱਕਿਆ ਮੇਰਾ ਲੈਣਾ ਹੀ ਨਹੀਂ ਸਾਰੀ ਉਮਰ ਮਹਾਰਾਜ ਕਹਿੰਦੇ ਕੀ ਹੋਇਆ ਕਹਿੰਦੇ ਤੁਸੀਂ ਬਚਨ ਕੀਤਾ ਸੀ ਆਵਾ ਪੱਕਾ ਨਿਕਲੇਗਾ ਪਰ ਕੱਚਾ ਨਿਕਲਿਆ ਗੁਰੂ ਕਹਿੰਦੇ ਗੁਰੂ ਨੂੰ ਦੋਸ਼ ਬੜੀ ਛੇਤੀ ਦਿੰਦੇ ਹੋ ਬਚਨ ਮੰਨਿਆ ਹੀ ਕਹਿੰਦਾ ਜੀ ਮੰਨਿਆ ਕਹਿੰਦੇ ਜੀ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋਇਆ ਕੀਰਤਨ ਹੋਇਆ ਕਥਾ ਹੋਈ ਲੰਗਰ ਵਰਤਿਆ ਗੁਰੂ ਕਹਿੰਦੇ ਕਿਸੇ ਨੂੰ ਭੁੱਖਾ ਤਾਂ ਨਹੀਂ ਮੋੜਿਆ ਕਹਿੰਦੇ ਕਿਸੇ ਨੂੰ ਭੁੱਖਾ ਨਹੀਂ ਮੋੜਿਆ ਸਾਰਿਆਂ ਛਕਿਆ ਇੱਕ ਕੰਗਾਲ ਜਿਹਾ ਸਿੱਖ ਆਇਆ ਸੀ ਗਰੀਬ ਜਿਹਾ ਬਸਤਰ ਪਾਟੇ ਸੀ ਉਹ ਮੰਗਤੇ ਨੂੰ ਨਹੀਂ ਦਿੱਤਾ ਗੁਰੂ ਸਾਹਿਬ ਦੇ ਨੇਤਰਾਂ ਵਿੱਚ ਹੰਝੂ ਆ ਗਏ ਸਤਿਗੁਰ ਆਖਿਆ ਤੇਰਾ ਭਲਾ ਹੋ ਜੇ ਤੂੰ ਬ੍ਰਹਮ ਗਿਆਨੀ ਨੂੰ ਮੰਗਤਾ ਆਖੇ ਤੂੰ ਬ੍ਰਹਮ ਗਿਆਨੀ ਨੂੰ ਭੁੱਖਾ ਆਖੇ ਤੂੰ ਬ੍ਰਹਮ ਗਿਆਨੀ ਨੂੰ ਕੱਪੜੇ ਬਸਤਰ ਪਾਟਿਆਂ ਵਾਲਾ ਆਖੇ ਅਤੇ ਤੇਰਾ ਕੰਮ ਕਿੱਥੋਂ ਸੌਰਨਾ ਸੀ ਇਹ ਆਵਾ ਨਹੀਂ ਪੱਕਣਾ ਕਹਿੰਦੇ ਮਹਾਰਾਜ ਕਿਰਪਾ ਕਰੋ ਕਹਿੰਦੇ ਮੇਰੇ ਵਿੱਚ ਤਾਕਤ ਨਹੀਂ ਮੈਂ ਬ੍ਰਹਮ ਗਿਆਨੀ ਦਾ ਬਚਨ ਮੋੜ ਦੇਵਾਂ ਮੇਰੀ ਬਾਂਧੀ ਭਗਤ ਛਡਾਵਾ ਹੈ ਬਾਂਧੀ ਭਗਤ ਨਾ ਛੂਟਾ ਮੋਹ ਹੈ ਇੱਕ ਸਮੇਂ ਮੋਕੋ ਗਏ ਬਾਂਧੇ ਤੋਫਨ ਮੋਪੇ ਜਵਾਬ ਨਾ ਹੋਵੇ ਮੇਰੇ ਕੋਲ ਨਹੀਂ ਇਹ ਕੰਮ ਹੋ ਸਕਦਾ ਗੁਰੂ ਸਾਹਿਬ ਕਹਿੰਦੇ ਉਹਦੇ ਭਗਤਾਂ ਦੀ ਬੱਧੀ ਮੇਰੇ ਤੋਂ ਨਹੀਂ ਛੁੱਟਦੀ ਮੇਰੀ ਬੱਧੀ ਛਡਾ ਦਿੰਦੇ ਨੇ ਕਿਉਂਕਿ ਜਾਉ ਹਮ ਬਾਂਧੇ ਮੋਹ ਫਾਂਸ ਹਮ ਪ੍ਰੇਮ ਬੰਧਣ ਤੋਂ ਬਾਂਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੋਂ ਮੈਂ ਆਰਾਧੇ ਸੋ ਉਸ ਵੇਲੇ ਕਿਹਾ ਮਹਾਰਾਜ ਕਿਰਪਾ ਕਰੋ ਸਤਿਗੁਰਾਂ ਕਿਹਾ ਪਿਆਰਿਆ ਬ੍ਰਹਮ ਗਿਆਨੀ ਦਾ ਬਚਨ ਤੇ ਰਹੂਗਾ ਉਤਰਾ ਹੀ ਆਵਾ ਨਹੀਂ ਉਹ ਪੱਕਣਾ ਪਰ ਤੂੰ ਗੁਰੂ ਨਾਨਕ ਦੇ ਘਰ ਆਇਆ ਜਾ ਤੇਰਾ ਪਿੱਲਾ ਹੀ ਪੱਕਿਆਂ ਦੇ ਭਾਅ ਵਿਕ ਜਾਊਗਾ ਚਲੇ ਗਿਆ ਟਾਈਮ ਪੈਣ ਤੋਂ ਸੰਮਨ ਬੁਰਜ ਦੀ ਕੰਧ ਢੱਠੀ ਸ਼ਾਹੀ ਪ੍ਰਬੰਧ ਵਾਲਿਆਂ ਨੂੰ ਇੱਟਾਂ ਨਾ ਮਿਲੀਆਂ ਉਹਨਾਂ ਨੇ ਪਿੱਲੀਆਂ ਪੱਕੇ ਦੇ ਭਾਅ ਲੈ ਕੇ ਵਰਤੀਆਂ ਸੀ ਅਤੇ ਬ੍ਰਹਮ ਗਿਆਨੀ ਦਾ ਬਚਨ ਨਹੀਂ ਸੀ ਮੋੜਿਆ ਜਿੱਥੇ ਰੱਬ ਦੇ ਪਿਆਰੇ ਦੇ ਚਰਨ ਨਹੀਂ ਪੈਂਦੇ ਕਬੀਰ ਜਹੇ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਖੇ ਭੂਤ ਬਸੇ ਤਨ ਮਾਹੇ ਉਹ ਜੀ ਭੂਤਾਂ ਦੇ ਸਮਾਰ ਹੋ ਜਾਂਦੇ ਨੇ ਜਿੱਥੇ ਰੱਬ ਦੇ ਪਿਆਰਿਆਂ ਦਾ ਸਤਿਕਾਰ ਨਹੀਂ ਰੱਬ ਦੇ ਪਿਆਰਿਆਂ ਦੀ ਪੂਜਾ ਨਹੀਂ ਸੋ ਐਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਅੱਜ ਦਿਨ ਮਨਾ ਰਹੇ ਹਾਂ ਦੋ ਮਹਾਂਪੁਰਖਾਂ ਦੇ ਜਿਨ੍ਹਾਂ ਦਾ ਆਪਣਾ ਦਿਲੀ ਪਿਆਰ ਸੀ ਔਰ ਸਾਰੀ ਉਮਰ ਜ਼ਿੰਦਗੀ ਸਿੱਖੀ ਦਾ ਪ੍ਰਚਾਰ ਧੰਨ ਬਾਬਾ ਬਿਧੀ ਚੰਦ ਸਾਹਿਬ ਜੰਸ ਬੰਸ ਬਾਬਾ ਦਇਆ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬੁਢੇਪੇ ਤੱਕ ਸਰੀਰ ਭਾਵੇਂ ਥੱਕ ਜਾਂਦਾ ਸੀ ਬੁਢੇਪਾ ਸੀ ਵਹਿੰਦੇ ਰਹੇ ਹਾਂ ਦਿਹਾੜੀ ਦੇ ਚਾਰ ਚਾਰ ਪ੍ਰੋਗਰਾਮਾਂ ਤੋਂ ਵੀ ਹੋ ਆਉਂਦੇ ਸੀ ਮਹਾਂਪੁਰਖ ਕਹਿੰਦੇ ਸੀ ਜੇ ਸਾਡੇ ਗਿਆਨ ਕੋਈ ਸਿੱਖੀ ਰੱਖ ਲਵੇ ਕੋਈ ਕੇਸ ਰੱਖ ਲਵੇ ਕੋਈ ਗੁਰੂ ਨਾਲ ਜੁੜ ਜਾਵੇ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਡੇਰੇ ਵਿੱਚ ਆ ਕੇ ਕਹਿੰਦੇ ਅੱਜ ਸਾਰੀ ਦਿਹਾੜੀ ਸਫਲ ਹੋ ਗਈ ਹੈ ਉਹਨਾਂ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਮਨਾ ਰਹੇ ਹਾਂ ਔਰ ਬਾਬਾ ਸੰਤੋਖ ਦਾਸ ਸਾਹਿਬ ਜੀ ਜਿਨ੍ਹਾਂ ਨੇ ਇਸ ਅਸਥਾਨ 'ਤੇ ਰਹਿ ਕੇ ਮਹਾਨ ਸੇਵਾ ਕੀਤੀ ਮਹਾਨ ਸੁੰਦਰ ਡੇਰਾ ਬਣਾਇਆ ਔਰ ਮਹਾਨ ਮਨੁੱਖਤਾ ਦੀ ਸੇਵਾ ਕੀਤੀ ਹੈ ਇਹੋ ਜਿਹੇ ਬਿਮਾਰ ਵੀ ਆਏ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਸੀ ਉਹਨਾਂ ਨੇ ਗੁਰੂ ਦਾ ਆਸਰਾ ਲੈ ਕੇ ਦਵਾਈ ਦੇ ਕੇ ਕਿਹਾ ਭਾਈ ਦਵਾਈ ਤਾਂ ਇੱਕ ਬਹਾਨਾ ਹੈ ਕਿਰਪਾ ਗੁਰੂ ਨੇ ਕਰਨੀ ਹੈ ਜਾ ਕੇ ਮੱਥਾ ਟੇਕ ਅਤੇ ਦਵਾਈ ਖਾ ਐਸੇ ਤਰੀਕੇ ਦੇ ਨਾਲ ਗੁਰਸਿੱਖੀ ਦੇ ਨਾਲ ਉਹ ਜੋੜਦੇ ਰਹੇ ਨੇ ਉਹਨਾਂ ਦੋ ਮਹਾਂਪੁਰਖਾਂ ਦੀ ਅੱਜ ਮਿੱਠੀ ਪਿਆਰੀ ਯਾਦ ਮਨਾਉਣ ਵਾਸਤੇ ਸਾਰੇ ਇਕੱਤਰ ਹੋਏ ਹਾਂ ਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ ਜਿੰਨੇ ਇੱਥੇ ਆਏ ਆ ਮਹਾਂਪੁਰਖਾਂ ਦਾ ਦਿਨ ਮਨਾਏ ਸਫਲੇ ਹੋਣਗੇ ਜੇ ਉਹਨਾਂ ਦੇ ਬਚਨਾਂ 'ਤੇ ਚੱਲ ਕੇ ਜਿਹੜੇ ਨਸ਼ੇ ਕਰਦੇ ਨੇ ਨਸ਼ਿਆਂ ਦਾ ਤਿਆਗ ਕਰੀਏ ਜਿਹਨਾਂ ਕੇਸ ਦਾੜੇ ਨਹੀਂ ਰੱਖੇ ਕੇਸ ਦਾੜੇ ਰੱਖੋ ਜਿਹਨਾਂ ਕੇਸ ਦਾੜੇ ਰੱਖੇ ਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਵਾਲੇ ਬਣੀਏ ਅਤੇ ਮਹਾਂਪੁਰਖਾਂ ਦੇ ਦਿਨ ਮਨਾਏ ਸਾਡੇ ਜਿਹੜੇ ਨੇ ਇਹ ਸਫਲੇ ਹੋ ਜਾਣਗੇ ਸੋ ਬਾਬਾ ਮੌਜ ਦਾਸ ਜੀ ਵੱਲੋਂ ਇਹ ਸਾਰਾ ਪ੍ਰਬੰਧ ਕੀਤਾ ਗਿਆ ਹੈ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਹਾਜ਼ਰੀ ਲਾਉਣ ਵਾਸਤੇ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਸੁਬਾਹ ਹਾਜ਼ਰੀ ਲਾ ਗਏ ਨੇ ਹੋਰ ਵੀ ਬੜੇ ਪ੍ਰੋਗਰਾਮ ਸੀ ਬਾਬਾ ਜੀ ਨੇ ਕਿਹਾ ਆਪਾਂ ਦੀਵਾਨ 'ਚ ਵੀ ਹਾਜ਼ਰੀ ਭਰਨੀ ਹੈ ਕਿਉਂਕਿ ਅਨੰਦਪੁਰ ਸਾਹਿਬ ਵੀ ਜਾਣਾ ਹੈ ਉੱਥੇ ਦਸਮ ਪਾਤਸ਼ਾਹ ਬਾਣੀ ਦਾ ਪਾਠ ਬੋਧ ਚੱਲ ਰਿਹਾ ਹੈ ਕੱਲ੍ਹ ਪਾਠ ਦੀ ਸਮਾਪਤੀ ਹੋਣੀ ਹੈ ਬਹੁਤ ਵੱਡਾ ਉੱਥੇ ਇਕੱਠ ਹੋ ਰਿਹਾ ਹੈ ਜਿਨ੍ਹਾਂ ਸੰਗਤਾਂ ਕੋਲ ਟਾਈਮ ਹੋਵੇ ਭਾਈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਸ਼ਹੀਦੀ ਬਾਗ ਜਿਹੜਾ ਹੈ ਗੁਰੂ ਕਾ ਬਾਗ ਉੱਥੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਨੇ ਉੱਥੇ ਦਸਮ ਪਾਤਸ਼ਾਹ ਬਾਣੀ ਦਾ ਪਾਠ ਦਾ ਬੋਧ ਜੋ ਹੋ ਰਿਹਾ ਹੈ
ਉਹਦੀ ਸਮਾਪਤੀ ਹੋਣੀ ਹੈ ਕੱਲ੍ਹ। ਉੱਥੇ ਬਾਬਾ ਜੀ ਨੇ ਸ਼ਾਮ ਨੂੰ ਪਹੁੰਚਣਾ ਹੈ, ਦਰ ਪੰਥ ਵਿੱਚ ਵੀ ਹਾਜ਼ਰੀ ਲਾਉਣੀ ਹੈ, ਕੁਝ ਸਮਾਂ ਬਾਬਾ ਜੀ ਹੋਰ ਤੁਹਾਡੇ ਕੋਲ ਹਾਜ਼ਰੀ ਲਾਉਣਗੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਸਮਾਪਤੀ ਵਿੱਚ ਫਿਰ ਇਹੋ ਕਹਾਂਗਾ ਭਈ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗੋ, ਫਿਰ ਮਹਾਂਪੁਰਖਾਂ ਦੇ ਦਿਨ ਮਨਾਏ ਸਾਡੇ ਸਫਲੇ ਹੋਣਗੇ, ਗੁਰੂ ਰਹਿਮਤਾਂ ਕਰਨ ਬਖਸ਼ਿਸ਼ ਕਰਨ। ਸੋ ਕਥਾ ਕਰਦਿਆਂ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ, ਸੱਚੇ ਪਾਤਸ਼ਾਹੀ ਬਖਸ਼ ਲੈਣ, ਕੋਈ 5-7 ਮਿੰਟ ਉੱਤੇ ਵੀ ਲੱਗ ਗਏ ਨੇ। ਸੋ ਮਾਫ਼ੀ ਮੰਗਦਾ ਇਸ ਗੱਲ ਦੀ ਕਿਉਂਕਿ ਬੁਲਾਰੇ ਬਹੁਤ ਆਉਂਦੇ ਨੇ, ਸਾਰਿਆਂ ਨੂੰ ਤਾਂਗ ਹੁੰਦੀ ਹੈ ਕਿ ਅਸੀਂ ਆਪਣਾ ਟਾਈਮ ਲਾਈਏ। ਸੋ ਭੁੱਲਾਂ ਚੁੱਕਾਂ ਦੀ ਮਾਫ਼ੀ, ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਬਾਬਾ ਮੌਜਦਾਸ ਜੀ ਦਾ ਦੁਬਾਰਾ ਫਿਰ ਪਠਾਨਕੋਟ ਧੰਨਵਾਦ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਮਨਾਉਣਾ ਕੀਤੀ ਹੈ, ਬੜਾ ਉਪਰਾਲਾ ਕੀਤਾ ਹੈ, ਬੜਾ ਪ੍ਰਬੰਧ ਕੀਤਾ, ਕਿਉਂਕਿ ਬਾਬਾ ਜੀ ਮਨ ਵਿੱਚ ਚਾਅ ਆਇਆ ਸੀ। ਦਾਸ ਨਾਲ ਇੰਨਾ ਸਲਾਹ ਕੀਤੀ ਕਿ ਬਾਬਾ ਜੀ ਬਰਸੀ ਦੇ ਨਾਲ ਆਪਾਂ ਬਾਬਾ ਜੀ ਦੀ ਯਾਦ ਮਨਾ ਲਈਏ, ਸਾਰਿਆਂ ਡੇਰਿਆਂ ਵਿੱਚ ਮਨਾਈ ਹੈ ਅਤੇ ਆਪਾਂ ਪਛੜ ਗਏ ਹੈ। ਮੈਂ ਕਿਹਾ ਬਾਬਾ ਜਿਸ ਤਰ੍ਹਾਂ ਤੁਹਾਡਾ ਖੁਸ਼ਾ ਹੈ, ਫਿਰ ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਕਹਿੰਦੇ ਠੀਕ ਹੈ, ਜਿਸ ਤਰ੍ਹਾਂ ਬਾਬਾ ਜੀ ਦਾ ਖੁਸ਼ਾ ਉਸ ਤਰ੍ਹਾਂ ਕਰ ਲੈਣ। ਸੋ ਬਹੁਤ ਸੋਹਣਾ ਉਪਰਾਲਾ ਇਹਨਾਂ ਨੇ ਕੀਤਾ ਹੈ, ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਮਨਾਈ ਹੈ, ਬਾਬਾ ਜੀ ਦਾ ਵੀ, ਬਾਬਾ ਵਿਧੀ ਚੰਦ ਸਾਹਿਬ ਸੰਪਰਦਾ ਵੱਲੋਂ, ਬਾਬਾ ਅਵਤਾਰ ਸਿੰਘ ਵੱਲੋਂ ਪਠਾਨਕੋਟ ਧੰਨਵਾਦ। ਮੈਂ ਬਾਬਾ ਜੀ ਵੱਲੋਂ ਹਾਜ਼ਰੀ ਲਵਾਵਾਂਗਾ, ਕੋਈ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਮਾਨਾ, ਜੋ ਕਿ ਆਪਾਂ ਟੀਵੀ PTC ਪੰਜਾਬੀ ਦੇ ਤਕਰੀਬਨ ਇਹਨਾਂ ਦੇ ਦਰਸ਼ਨ ਕਰਦੇ ਹਾਂ, ਇਹਨਾਂ ਦੇ ਪ੍ਰਵਚਨ ਸੁਣ ਕੇ ਆਪਾਂ ਨਿਹਾਲ ਹੋਣਾ ਵਾ। ਤੋ ਇਹਨਾਂ ਵਾਸਤੇ ਜਿੰਨਾ ਇਹ ਚਾਹੁੰਦੇ ਉਨਾ ਹੀ ਟਾਈਮ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲੀ ਕਰੇ ਤੇਰੀ ਸ਼ਰਨ ਸਾਗਰ ਮੇਰੇ ਗੁਰੂ ਗੋਪਾਲ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਬ੍ਰਹਮ ਦੀ ਸੈ ਬ੍ਰਹਮ ਸੁਣਿਆ ਏਕ ਏਕ ਵਖਾਣੀਆ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹਿ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇ ਜਾਣੈ ਜਿਨੀ ਹਰ ਰਸ ਪੀਆ ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੀ ਸਤਸੰਗ ਜਿਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਿੱਖ ਧਰਮ ਨੂੰ ਪੜ੍ਹਿਆ ਹੈ, ਕਿਉਂਕਿ ਸਿੱਖਾਂ ਦੇ ਘਰ ਜਨਮ ਹੋਇਆ, ਗੁਰੂ ਦੇ ਲੜ ਲੱਗੇ, ਅਤੇ ਮੈਨੂੰ ਧਿਆਨ ਆਇਆ ਕਿ ਬਾਕੀ ਧਰਮਾਂ ਬਾਰੇ ਵੀ ਪੜ੍ਹਨਾ ਚਾਹੀਦਾ। ਇਹ ਕੀ ਕਰਦੇ ਨੇ, ਇਹਨਾਂ ਦੀ ਸਾਧਨਾ ਕੀ ਹੈ? ਮੁਸਲਮਾਨ ਇਸਲਾਮ ਨੂੰ ਪੜ੍ਹਿਆ, ਕੋਈ ਵੀ ਔਰਤ ਮਸੀਤੇ ਨਹੀਂ ਜਾ ਸਕਦੀ। ਤੁਸੀਂ TV 'ਤੇ ਹੁਣ ਕਈ ਵਾਰ ਵੇਖਦੇ ਹੋ, ਹਜ਼ਾਰਾਂ ਮੁਸਲਮਾਨ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਨੇ, ਵਿੱਚ ਔਰਤ ਕੋਈ ਨਹੀਂ ਹੁੰਦੀ, ਕੇਵਲ ਬੰਦੇ ਹੁੰਦੇ ਨੇ। ਘਰ ਨਮਾਜ਼ ਪੜ੍ਹ ਸਕਦੀ ਹੈ, ਮਸੀਤੇ ਨਹੀਂ ਜਾ। ਕੋਈ ਔਰਤ ਮੱਕੇ ਦਾ ਹੱਜ ਕਰਨ ਵਾਸਤੇ ਨਹੀਂ ਜਾ ਸਕਦੀ, ਉਹ ਘਰੇ ਬੈਠ ਕੇ ਕੁਰਾਨ ਪੜ੍ਹ ਲਵੇ। ਔਰ ਮਹਾਤਮਾ ਬੁੱਧ ਨੂੰ ਕਿਹਾ ਗਿਆ ਇਸਤਰੀਆਂ ਸ਼ਾਮਿਲ ਕਰੀਏ, ਕਹਿਣ ਲੱਗਾ ਬਿਲਕੁਲ ਨਹੀਂ, ਇਸਤਰੀ ਸੰਗ 'ਚ ਕੋਈ ਸ਼ਾਮਿਲ ਨਹੀਂ ਹੋਏਗੀ। ਬੜੀ ਦੇਰ ਬਾਅਦ ਕੀਤੀ, ਰਾਜੇ ਜਨਕ ਦੇ ਦਰਬਾਰ ਵਿੱਚ ਵਿਵਾਦ ਵਿੱਚ ਰਿਸ਼ੀ ਯਗਿਆਵਲਕ ਨੂੰ ਗਾਰਗੀ ਨੇ ਹਰਾ ਦਿੱਤਾ। ਐਸੇ ਐਸੇ ਪ੍ਰਸ਼ਨ ਉਹਨੇ ਕੀਤੇ, ਉਹ ਸ਼ਾਸਤਰੀ ਪ੍ਰਸ਼ਨ ਨਹੀਂ ਸਨ,
ਉਹਨੂੰ ਜਵਾਬ ਕੋਈ ਨਾ ਆਵੇ। ਇੱਕ ਮੰਡਨ ਮਿਸ਼ਰ ਹੋਏ ਨੇ, ਬੜਾ ਤਰਕਵਾਦੀ ਸੀ, ਉਸ ਨੂੰ ਉਹ ਤਾਂ ਹਾਰ ਗਿਆ ਸ਼ੰਕਰਾਚਾਰੀਆ ਕੋਲੋਂ, ਪਰ ਔਰਤ ਕਹਿਣ ਲੱਗੇ ਅੱਧਾ ਹਾਰਿਆ ਮਰਦੰਗਣੀ ਆ, ਮੇਰੇ ਪ੍ਰਸ਼ਨਾਂ ਦਾ ਉੱਤਰ ਦੇ। ਕੋਈ ਉੱਤਰ ਨਾ ਆਇਆ, ਉਹ ਹਾਰ ਗਿਆ, ਕਿਉਂਕਿ ਪ੍ਰਸ਼ਨ ਹੀ ਐਸੇ ਸਨ। ਉਸ ਦਿਨ ਤੋਂ ਔਰਤਾਂ ਦਾ ਪੜ੍ਹਨਾ ਬੰਦ ਕਰ ਦਿੱਤਾ ਗਿਆ। ਮਹਾਤਮਾ ਬੁੱਧ ਨੇ ਕਿਹਾ ਮੇਰਾ ਧਰਮ 5000 ਸਾਲ ਚੱਲਦਾ, 500 ਸਾਲ ਚੱਲੇਗਾ, ਕਿਉਂਕਿ ਔਰਤਾਂ ਸ਼ਾਮਿਲ ਹੋ ਗਈਆਂ। ਕਾਰਨ ਕੀ ਹੈ? ਮੈਂ ਇਸ ਲਈ ਇਹ ਬੇਨਤੀ ਕੀਤੀ ਹੈ ਕਿ ਜਦੋਂ ਮੈਂ ਅੰਦਰ ਆਇਆ ਨਾ, ਬੀਬੀਆਂ ਦਾ ਜੋ ਕੁਰਲਾਹਟ ਮਚਿਆ ਪਿਆ ਸੀ। ਮੈਂ ਉਸ ਵੇਲੇ ਆਖਿਆ ਸ਼ਾਇਦ ਤਾਂ ਹੀ ਨਹੀਂ ਸਨ ਸ਼ਾਮਿਲ ਕਰਦੇ ਵੀ ਨਾ ਇਹਨਾਂ ਕੋਈ ਸੁਣਨਾ ਅਤੇ ਨਾ ਸਾਨੂੰ ਸੁਣਨ ਦੇਣਾ। ਇਸੇ ਲਈ ਮਸੀਤੇ ਨਹੀਂ ਵੜਨ ਦਿੱਤਾ। ਗੁਰੂ ਕੀ ਉਹ ਬਚਿਓ, ਇੱਕ ਗੱਲ ਧਿਆਨ ਨਾਲ ਸੁਣੋ। ਮੈਂ ਚਾਹੁੰਦਾ ਇਹ ਵਸਤੂ ਨਾਮ ਦੀ ਪਾਉਣੀ ਹੈ, ਥੋੜ੍ਹਾ ਭਾਂਡਾ ਸਾਫ਼ ਪਹਿਲੇ ਕਰ ਲਈਏ ਤਾਂ ਹੀ ਟਿਕੇਗੀ ਨਾ। ਇੱਕ ਬਾਦਸ਼ਾਹ ਨੂੰ ਖਿਆਲ ਆਇਆ, ਕਹਿਣ ਲੱਗਾ ਵਜ਼ੀਰ ਉਹ ਬੰਦਾ ਲੱਭ ਜਿਹੜਾ ਵਹੁਟੀ ਕੋਲੋਂ ਨਾ ਡਰਦਾ। ਉਹ ਲੱਭ, ਉਹ ਕਹਿਣ ਲੱਗਾ ਜੀ ਤੁਸੀਂ। ਕਹਿਣ ਲੱਗਾ ਮੈਂ ਤਾਂ ਡਰਨਾ, ਕਮਜ਼ੋਰੀ ਮੰਨਣਾ। ਕਹਿਣ ਲੱਗਾ ਮੈਂ ਵੀ ਡਰਨਾ। ਸਾਧੂਆਂ ਦਾ ਘੱਟੋ ਘੱਟ 5000 ਸਾਧੂ ਸਨ। ਮੈਂ ਇੱਕ ਵਾਰੀ ਇਹ ਕਥਾ ਕੀਤੀ ਅਤੇ ਘੁੱਟ ਕੇ ਖਲੋ ਗਏ। ਕਹਿਣ ਲੱਗੇ ਜੀ ਵਹੁਟੀਆਂ ਤੋਂ ਡਰਦੇ ਹੀ ਸਾਧੂ ਬਣੇ ਹਾਂ ਅਸੀਂ ਵੀ। ਫਿਰ ਜ਼ਿਆਦਾ ਡਰੋ ਨਾ, ਰੱਬ ਨੇ ਵੀ ਵਿਆਹ ਨਹੀਂ ਕਰਾਇਆ ਵਹੁਟੀ ਤੋਂ ਡਰਦੇ ਹੀ, ਇਕੱਲਾ ਹੀ ਹੈ। ਉਹ ਕਹਿਣ ਲੱਗਾ ਜਾ ਦੋ ਘੋੜੇ ਲੈ ਜਾ, ਇੱਕ ਚਿੱਟਾ ਘੋੜਾ ਇੱਕ ਕਾਲਾ ਘੋੜਾ, ਅਤੇ ਜਿਹੜਾ ਵਹੁਟੀ ਤੋਂ ਨਾ ਡਰਦਾ ਹੋਵੇ ਉਹਨੂੰ ਦੇ ਆ। ਅਤੇ ਕਹਿਣ ਲੱਗਾ ਜੀ ਜਿਹੜਾ ਡਰਦਾ ਹੋਵੇ। ਕਹਿਣ ਲੱਗਾ ਮੁਰਗੀਆਂ ਲੈ ਜਾ, ਉਹਨਾਂ ਨੂੰ ਇੱਕ ਇੱਕ ਮੁਰਗੀ ਦੇ ਦੇਣੀ। ਉਹ ਗਿਆ, ਜਿਹਨੂੰ ਪੁੱਛੇ ਬੰਦਾ ਨਾ ਲੱਭੇ, ਪਹਿਲਵਾਂ ਖਰੂਬ ਡੰਡ ਬੈਠਕਾਂ ਕੱਢੇ ਪਿਆ। ਕਹਿਣ ਲੱਗਾ ਵਹੁਟੀ ਤੋਂ ਡਰਨਾ? ਕਹਿਣ ਲੱਗਾ ਮੈਂ ਕਿਸੇ ਕੋਲੋਂ ਨਹੀਂ ਡਰਦਾ। ਕਹਿਣ ਲੱਗਾ ਫਿਰ ਲੈ ਲੈ ਘੋੜਾ ਜਿਹੜਾ ਲੈਣਾ। ਕਹਿਣ ਲੱਗਾ ਚਿੱਟਾ ਦੇ ਤੇ। ਚਿੱਟਾ ਲਿਆ, ਅੰਦਰ ਗਿਆ ਅਤੇ ਉਹ ਕਰਦੀ ਕਹਿਣ ਲੱਗੀ ਇਹ ਕੀ ਲੈ ਆਇਆ? ਇਹ ਬਸ ਕਿੱਲੇ ਬੱਧਾ ਹੀ ਸੌਦਾ, ਮੈਨੂੰ ਪਤਾ ਲੱਗਾ ਉਹ ਕਾਲਾ ਜ਼ਿਆਦਾ ਦੌੜਦਾ ਹੀ ਹੈ। ਨਹੀਂ ਠੀਕ, ਵਾਪਸ ਗਿਆ। ਕਹਿਣ ਲੱਗਾ ਜੀ ਦੂਜਾ ਦੇ ਦਿਓ। ਕਹਿਣ ਲੱਗੇ ਕਿਉਂ? ਕਹਿਣ ਲੱਗਾ ਮੇਰੀ ਵਹੁਟੀ ਕਹਿੰਦੀ ਕਾਲਾ ਲੈਣਾ। ਕਹਿਣ ਲੱਗਾ ਮੁਰਗੀ ਲੈ ਲੈ, ਤੈਨੂੰ ਘੋੜਾ ਨਹੀਂ ਮਿਲਣਾ, ਡਰਨਾ ਤੇ ਤੂੰ ਵੀ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਕਿਤੇ ਐਸਾ ਨਾ ਹੋਵੇ ਕਿ ਰੱਬ ਵੀ ਡਰਨ ਲੱਗ ਪਏ। ਗੁਰੂ ਕੀ ਉਹ ਬਚਿਓ, ਸੁਣੋ, ਜੇ ਤੇ ਆ ਕੇ ਸਤਿਗੁਰੂ ਦੇ ਦਰ 'ਤੇ ਆਪਣੀਆਂ ਗੱਲਾਂ ਕੀਤੀਆਂ ਤਾਂ ਰੌਲਾ ਗੌਲਾ, ਅਤੇ ਜੇ ਗੁਰੂ ਦੀ ਗੱਲ ਸੁਣੀ ਤਾਂ ਫਿਰ ਸਤਸੰਗ। ਸਤਸੰਗ ਤਾਂ ਹੈ ਚੁੱਪ ਕਰ ਜਾਈਏ। ਅਸੀਂ ਤਾਂ ਜ਼ੁਬਾਨ ਤੋਂ ਵੀ ਚੁੱਪ ਨਹੀਂ ਕਰਦੇ। ਵੈਸੇ ਜਿਹੜਾ ਸਤਸੰਗੀ ਹੈ ਗੁਰਮੁਖ, ਉਸਦਾ ਤਾਂ ਮਨ ਵੀ ਚੁੱਪ ਕਰ ਜਾਂਦਾ। ਮਨ ਚੁੱਪ ਕਰਾਉਣਾ ਤਾਂ ਬਹੁਤ ਮੁਸ਼ਕਲ ਹੈ ਕਿ ਮਨ ਚੁੱਪ ਕਰ ਜਾਏ। ਸਾਹਿਬਾਂ ਨੇ ਕਿਹਾ ਮੌਨ ਧਾਰਨ ਜਿੰਨਾ ਸਾਧੂਆਂ ਕਰ ਲਿਆ, ਬੜੇ ਧਿਆਨ ਨਾਲ ਵੇਖਣਾ, ਮੌਨ ਧਾਰਨ ਕਰ ਲਿਆ। ਸਾਹਿਬ ਕਹਿੰਦੇ ਨੇ ਤੂੰ ਵੀ ਅਜੇ ਸਤਸੰਗੀ ਨਹੀਂ, ਤੇਰਾ ਤਾਂ ਮਨ ਕਲਪ ਰਿਹਾ। ਬੋਲੇ ਨਾਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਬਵਾਈਆਂ ਜੋਨੀ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਚੁੱਪ ਕਰਕੇ ਜਦੋਂ ਇੱਥੇ ਆ ਜਾਓ ਨਾ ਸੱਚੇ ਜੇ, ਉਹ ਬੰਦਾ ਕੈਸਾ ਬਾਵਰਾ ਹੋਵੇਗਾ ਜਿਹੜਾ ਹੀਰੇ ਹੀ ਗਵਾ ਬੈਠੇ। ਵੈਸੇ ਤਾਂ ਕੋਈ ਕੌਡੀਆਂ ਨਹੀਂ ਗਵਾਉਂਦਾ, ਇਹ ਜਿਹੜੇ ਸਵਾਸ ਇੱਥੇ ਲੈ ਰਹੇ ਹੋ ਤੁਹਾਡੇ ਹੀਰੇ ਨੇ, ਗੁਰੂ ਦਰੋਂ ਹੀਰੇ ਵਰਸ ਰਹੇ ਨੇ, ਇਹਨਾਂ ਨੂੰ ਗਵਾਓ ਨਾ। ਜੇ ਤੁਸੀਂ ਇਹ ਹੀਰੇ ਲੈ ਗਏ ਤੁਹਾਡਾ ਵੀ ਭਲਾ, ਤੁਹਾਡੇ ਬਾਲ ਬੱਚੇ ਦਾ ਵੀ ਭਲਾ, ਤੁਹਾਡੇ ਪਰਿਵਾਰ ਦਾ ਵੀ ਭਲਾ, ਘਰ ਵਿੱਚ ਸੁੱਖ ਵਸੇਗਾ। ਸਾਹਿਬਾਂ ਨੇ ਗਰੰਟੀ ਦਿੱਤੀ ਹੈ ਕਿ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਪਰ ਕਦੋਂ? ਉਠਤ ਸੁਖੀਆ, ਭਾਵੇਂ ਤੁਹਾਡਾ ਬੱਚਿਆ ਹੋਵੇ, ਧੀ ਹੋਵੇ, ਪਤੀ ਹੋਵੇ, ਪਤਨੀ ਹੋਵੇ, ਭੈਣ ਭਰਾ, ਸੱਸ ਸਹੁਰੇ, ਮਾਂ ਬਾਪ, ਉਠਤ ਸੁਖੀਆ, ਉੱਠਦਿਆਂ ਵੀ ਉਹ ਸੁਖੀ, ਬੈਠਤ ਸੁਖੀਆ,
ਭਉ ਨਹੀਂ ਲਾਗੈ ਜਾਂ ਐਸਾ ਬੁਝਿਆ, ਬੁਝਣਾ ਕੀ ਹੈ, ਰੱਖ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ। ਜਿਸ ਗੱਲ ਲਈ ਇੱਥੇ ਆਏ ਹੋ ਉਹ ਖਰੀਦੋ, ਜਾਂ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੱਜ ਇੱਕ ਸਤ ਪੁਰਸ਼ ਮਹਾਂਪੁਰਖ ਜਿਹਨਾਂ ਦਾ ਨਾਮ ਸੀ ਸੰਤੋਖ ਦਾਸ, ਬਾਬਾ ਸੰਤੋਖ ਦਾਸ, ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਹੈ, ਉਹਨਾਂ ਨੂੰ ਸਮਰਪਿਤ। ਵਾਕਿਆ ਹੀ ਨਾਮ ਸਫਲ ਆ, ਹਰ ਇੱਕ ਨਾਮ ਸਫਲ ਨਹੀਂ ਹੁੰਦਾ। ਸੰਤੋਖ ਦੇ ਅੱਖਰੀ ਅਰਥ ਕੀ ਨੇ? ਕੋਸ਼ਾਂ ਨੂੰ ਵੇਖਿਆਂ, ਵਿਚਾਰਿਆਂ, ਬਾਣੀ ਨੂੰ ਪੜ੍ਹਿਆਂ, ਜੋ ਅਰਥ ਧਿਆਨ ਵਿੱਚ ਆਏ ਨੇ ਉਹ ਨੇ ਹੈ ਸੰਤੋਖ ਦਾ ਅਰਥ ਹੈ ਤ੍ਰਿਪਤੀ, ਰਜੇਮਾ, ਰਜ ਜਾਣ। ਅੰਦਰੋਂ ਬਾਹਰੋਂ ਇੰਨਾ ਰਜ ਜਾਣਾ, ਤ੍ਰਿਪਤ ਹੋ ਜਾਣਾ ਕਿ ਰੱਬ ਵੀ ਆਖੇ ਹੋਰ ਕੀ ਚਾਹੁੰਦਾ, ਅਤੇ ਉਹ ਆਖੇ ਤੂੰ ਤ੍ਰਿਪਤ ਕਰ ਦਿੱਤਾ, ਤੇਰਾ ਧੰਨਵਾਦ। ਮੈਂ ਸੰਗਤ ਵਿੱਚ ਕੁਛ ਮੰਗਣ ਵਾਸਤੇ ਨਹੀਂ ਆਇਆ, ਕੇਵਲ ਤੇਰਾ ਸ਼ੁਕਰਾਨਾ ਕਰਨ ਵਾਸਤੇ ਆਇਆ ਕਿ ਤੂੰ ਬਹੁਤ ਦਿੱਤਾ। ਮੇਰੀ ਝੋਲੀ ਛੋਟੀ ਸੀ, ਤੂੰ ਇੰਨੀ ਭਰ ਦਿੱਤੀ ਕਿ ਸਾਂਭਣਾ ਮੁਸ਼ਕਲ ਹੋ ਗਿਆ। ਕਾਸਾ ਛੋਟਾ ਸੀ, ਖੈਰ ਬਹੁਤ ਜ਼ਿਆਦਾ ਪਾ ਦਿੱਤੀ, ਤੇਰਾ ਧੰਨਵਾਦ। ਉਹ ਮਹਾਂਪੁਰਖ ਨੇ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ ਜੋਤੀ ਜੋਤ ਸਮਾਏ, ਦੁਨੀਆ ਨਿੱਤ ਜਨਮਦੀ ਹੈ, ਨਿੱਤ ਮਰਦੀ ਹੈ, ਲੇਕਿਨ ਜੋਤੀ ਜੋਤ 'ਤੇ ਕੋਈ ਮੁੱਦਤ ਬਾਅਦ ਸਮਾਉਂਦਾ। ਪਹਿਲੀ ਗੱਲ, ਜੋਤ ਦਾ ਪਤਾ ਲੱਗ ਜਾਏ ਜੋਤ ਹੈ ਕੀ। ਜੋਤ ਉਹ ਹੈ ਜਿਸ ਦੇ ਆਸਰੇ ਹੱਥ ਹਿੱਲ ਰਿਹਾ, ਜਿਸ ਦਿਨ ਜੋਤ ਨਾ ਰਹੇ ਹੱਥ ਨਹੀਂ ਹਿੱਲੇਗਾ, ਜਿਸ ਦਿਨ ਜੋਤ ਨਾ ਰਹੀ ਹੈ ਜ਼ੁਬਾਨ ਤੋਂ ਨਹੀਂ ਬੋਲਿਆ ਜਾਣਾ, ਜੋਤ ਨਾ ਰਹੀ ਅੱਖਾਂ ਖੁੱਲੀਆਂ ਅਤੇ ਖੁੱਲੀਆਂ ਰਹਿ ਗਈਆਂ, ਬੰਦ ਵੀ ਦੂਸਰੇ ਕਰਦੇ ਨੇ। ਦੇਖਿਆ ਨਾ ਮਰਦੇ ਬੰਦੇ ਨੂੰ, ਅੱਖਾਂ ਖੁੱਲੀਆਂ ਨੇ ਉੱਥੇ ਹੀ, ਉਹ ਬੰਦ ਕਰਨ ਦੀ ਵੀ ਹਿੰਮਤ ਨਹੀਂ, ਬੰਦ ਵੀ ਦੂਸਰੇ ਕਰਦੇ ਨੇ, ਉਹਨੂੰ ਕਹਿੰਦੇ ਆ ਜੋਤ। ਵੇਖੋ ਇੱਕ ਉਦਾਹਰਨ ਹੋਰ ਦੇ ਦਿਆਂ, ਛੋਟੇ ਬੱਚੇ ਤੋਂ ਲੈ ਕੇ ਅਖੀਰ ਤੱਕ ਇੱਕ ਫਿਕਰ ਹੁੰਦਾ, ਇਹਨੂੰ ਕਿਤੇ ਸੇਕ ਨਾ ਲੱਗ ਜਾਏ। ਮਾਂ ਬਚਾਉਂਦੀ ਹੈ, ਕਿਉਂਕਿ ਬੱਚਿਆਂ ਦਾ ਅਨੁਭਵ ਨਹੀਂ, ਕਿਤੇ ਤਵੇ 'ਤੇ ਹੱਥ ਨਾ ਰੱਖ ਦੇਵੇ, ਅੱਗ ਦੇ ਨੇੜੇ ਨਾ ਚਲਾ ਜਾਏ। ਸਾਰੀ ਉਮਰ ਬਚਾਉਂਦੇ ਰਹਿੰਦੇ ਹਾਂ ਜਿਸ ਨੂੰ ਸੇਕ ਤੋਂ, ਆਖਰ ਉਸੇ ਨੂੰ ਹੀ ਅੱਗ ਦੇ ਵਿੱਚ ਰੱਖ ਆਉਂਦੇ ਹਾਂ, ਚਿਖਾ ਚਿਣ ਕੇ ਆਪ ਅੱਗ ਦੇ ਦਿੰਦੇ ਹਾਂ। ਹੋਇਆ ਕਿ ਜ਼ਿੰਦਗੀ ਭਰ ਬਚਾਉਂਦੇ ਰਹੇ, ਅੱਜ ਕਿਉਂ ਚਿਖਾ 'ਤੇ ਰੱਖ ਦਿੱਤਾ? ਜੋਤ ਕੋਈ ਨਹੀਂ, ਜੋਤ ਚਲੀ ਗਈ। ਹੁਣ ਸਾਨੂੰ ਸਰੀਰਾਂ ਦਾ ਤਾਂ ਪਤਾ, ਮੈਂ ਬੇਨਤੀ ਕਰਾਂ, ਸਵੇਰ ਤੋਂ ਉੱਠ ਕੇ ਕੀ ਕਰਦੇ ਹੋ? ਸਰੀਰ ਹੀ ਤਾਂ ਭਾਲਦੇ ਹੋ। ਜੋਤ ਦਾ ਕੋਈ ਧਿਆਨ ਧਰਨੇ ਆ ਕਿ ਸਵੇਰੇ ਉੱਠ ਕੇ ਮੈਂ ਵੇਖਾਂ? ਇਹ ਤਾਂ ਵੇਖਣੇ ਆ ਹੱਥ ਪੈਰ ਹਿੱਲਦੇ ਨੇ, ਇਹ ਵੇਖਦੇ ਹਾਂ ਸਰੀਰ, ਮੋਢੇ ਗੋਡੇ ਠੀਕ ਨੇ, ਪਰ ਕਦੀ ਇਹ ਵੀ ਵੇਖੇ ਆ ਜੋ ਚਲਾ ਰਹੀ ਹੈ, ਜਿਸ ਨੂੰ ਜੋਤ ਕਹਿੰਦੇ ਆ, ਉਹ ਕੀ ਹੈ, ਉਹ ਕਿੱਥੇ ਹੈ? ਸਾਹਿਬ ਕਹਿੰਦੇ ਨੇ ਇਹ ਸਰੀਰ ਮੇਰਿਆ, ਹਰ ਤੁਮ ਮੈਂ ਜੋਤ ਰੱਖੇ ਤਾਂ ਤੂੰ ਜੱਗ ਮੈਂ ਆਇਆ। ਹੱਥ ਪੈਰ ਕਈ ਵਾਰੀ ਸਾਬਤ ਹੁੰਦੇ ਨੇ, ਡਾਕਟਰ ਕਹਿੰਦਾ ਮੁਰਦਾ, ਇਸ ਦੇ ਵਿੱਚ ਜਾਨ ਕੋਈ ਨਹੀਂ, ਉਹ ਜੀਵਨ ਜੋਤ ਹੈ, ਜੋਤ ਵਿੱਚ ਜੋਤ ਸਮਾ ਜਾਏ। ਹੁਣ ਇੱਥੇ ਆ ਕੇ ਇੱਕ ਕੰਮ ਕਰਨਾ, ਯਾਦ ਰੱਖਣਾ, ਕੁਛ ਚੀਜ਼ਾਂ ਐਸੀਆਂ ਨੇ ਜੋ ਗਿਆਨ ਨਾਲ ਨਹੀਂ ਚੱਲਦੀਆਂ, ਧਰਮ ਨਾਲ ਚੱਲਦੀਆਂ ਨੇ, ਸੁਰਤ ਕਰਕੇ ਯਾਤਰਾ ਨਾਲ ਨਾਲ ਕਰਨੀ। ਜੇ ਜ਼ਰਾ ਵੀ ਤੁਹਾਡਾ ਧਿਆਨ ਉਖੜ ਗਿਆ ਨਾ, ਇੱਧਰ ਉੱਧਰ ਤੁਰ ਗਿਆ, ਤਾਂ ਗੱਲ ਤੁਰ ਚਲੀ ਜਾਏਗੀ, ਪਕੜ ਵਿੱਚ ਨਹੀਂ ਆਉਣੀ। ਇਹ ਹਵਾ ਜਿਹੜੀ ਚੱਲਦੀ ਹੈ ਗਿਆਨ ਨਾਲ ਨਹੀਂ ਚੱਲਦੀ, ਕਿਉਂਕਿ ਹਵਾ ਨਾ ਕਿਸੇ ਸਕੂਲੇ ਗਈ, ਨਾ ਕੋਈ ਕਿਤਾਬ ਪੜ੍ਹੀ, ਪਰ ਚੱਲਦੀ ਪਈ ਹੈ। ਇਹ ਸੂਰਜ ਜਿਹੜਾ ਕਿਸੇ ਗਿਆਨ ਨਾਲ ਨਹੀਂ ਚੜ੍ਹਦਾ, ਨਾ ਡੁੱਬਦਾ ਨਾ ਚੱਲਦਾ। ਚੰਦਰਮਾ ਕਿਸੇ ਗਿਆਨ ਦੇ ਆਸਰੇ ਨਹੀਂ ਚੱਲਦਾ ਕਿ ਕਿਤੇ ਪੜ੍ਹਿਆ ਹੋਵੇ। ਧਰਤੀ ਗਿਆਨ ਦੇ ਆਸਰੇ ਨਹੀਂ ਚੱਲਦੀ, ਇਹ ਕਿਸ ਦੇ ਆਸਰੇ ਚੱਲਦੀ ਆ? ਸਾਰੀ ਕਾਇਨਾਤ ਚੱਲ ਰਹੀ ਹੈ ਧਰਮ ਦੇ ਆਸਰੇ। ਤੁਹਾਨੂੰ ਇੱਕ ਬੇਨਤੀ ਕਰਾਂ, ਜੇ ਦੁਨੀਆਂ 'ਚ ਕਿਤਾਬਾਂ ਨਾਮ ਹੀ ਰਹਿਣ,
ना कोई स्कूल रहे, ना कोई पढ़न वाला रहे, ना पढ़ाउन वाला रहे, घट्टो घट धरती ते तां वी रहेगी, रुख ते रहणगे, पशु पंखी रहणगे, इह सृष्टि चलदी रहेगी। सृष्टि चलदी पई है धर्म नाल, बंदा ही है जिहड़ा अपना धर्म छड जांदा। कई बार जानकारी भी इसके कम नहीं आती, धर्म अपना गवा बैठता और हुंदा की है, कहत कबीर किश गुण बेचार, चले जवारी दोए हाथ चार। इत्थे बैठ के करना की है, गुरु की ओ धीओ मेरे वास्ते ते तुसी सारियां बीबी नानकियां हो, मेरे वास्ते ते मैं समझदा सतगुरु दियां बचियां, इन्हां दा जिन्ना सत्कार होवे सन्मान होवे थोड़ा, पर तुसी एक गल ध्यान च लै लो, सब तो उत्तम जे सृष्टि का कोई थम है वह है मां। मां ना होवे सृष्टि नहीं चलदी, ते मां कैसी होवे, मां ऐसी होवे जिसने बच्चे नू जन्म देना है, वह बच्चे नू धर्म सिखाया जाए। असी विद्या का प्रबंध जरूर करते हाँ, लेकिन धर्म का नहीं। धर्म का प्रबंध करना है, बच्चे नू सिखाया जाए बेटा तेरा धर्म की है। मैं एक उदाहरण आप जी के सामने रखा, उस राही जरा असी समझण दा यतन करिए, सुरत नू एकागर करो। वैसे संगत विच इंज आओ, मैनू इह वार वार दोहराना पै रहा, मेरे कारण ना किसी की सुरत टुटे, ना कोई किसी का ध्यान उखड़े। ये ध्यान रखो कि सुरत जुड़ते जाए, हर सिख ध्यान रखे मेरे कारण किसी की सुरत जुड़ जाए, कोई संगत विच बैठ जाए, संगत विच्चों टुटे ना, किसी की सुरत ना टुटे। खैर अर्ज कर रहे सां, जो तुसी हुण सुनदे पए हो, दास तो पहले कथा सुनी, कीर्तन सुनिया, जो भी सुनिया, ये तुहाडा अपना ज्ञान अपना विचार बन जाए, बगाना ना रह जाए। ये ना होवे मैं जो कह रहा कि कोई ज्ञानी कह गया सी, ये गल नहीं, ज्ञानी दी गल ना रह जाए, वो तुहाडी अपनी हो जाए। एक उदाहरण इत्थे दे मैं, सौतखा पकड़ विच आ जाए, लंगर विच बैठ के तुसी भोजन पानी जो छकिया, जे ते तुहाडा अपना हो गया, तुहानू पच गया, उसने तुहाडा खून बनना, तुहाडे जीवन बन जाएगा, बगाना नहीं रह गए। भोजन जो छकिया तुहाडा जीवन बन गया, तुहाडा खून बन गया, ते जे ना पचया ते उल्टी हो जाएगी, वक हो जाएगा। जिहड़ा ज्ञान सुनया, ज्ञान जे पच जाए, गुरु नानक देव दा ज्ञान सुनया जे पच गया, फिर गुरु नानक देव वर्गे कर्म बन जाणगे, जीवन प्राप्त होवेगा। ज्योति जोत उस दिन बंदे दी रलेगी जिस दिन इसते कर्मां विच ज्ञान आ जाए। हुण मुश्किल इह बनदी है, बंदा है तिन्ना टुकड़ियां विच, मेरा ख्याल है दो टुकड़े ही कर देते जान, सिर ही उतार दिता जाए तो बंदा मुरदा, बाहरों शरीर तो जिंदा है, अंदरों तीन टुकड़े ने केड़े, मन करके सोचता कुछ होर है, पर जो बोलन लगता वो होर हो जाता, जो करन लगता बिल्कुल उल्ट हो जाता। जो मन विच सोचिया से वो बोलिया जाए, जो बोलिया वह किया जाए। बड़ा सुंदर बचन औरंगजेब ने सतगुरु गुरु गोबिंद सिंह साहब का पढ़िया, तो पढ़ के कहते ने बेहोश हो गया, गश पै गया, कहन लगा ये गल अज तक मैं किसी आखी नहीं, किसी दसे नहीं, गुरु तो बिना कौन आखे, गुरु तो बिना कौन दसे। कि आखिया सी, कहन लगे हमू मर्द बायद, जफरनामा पढ़ो, हमू मर्द बायद शबद सुखन वर, न शिकमे दिगर दर्द हाने दिगर। औरंगजेब मरद ते हुंदा, मेरा केस दाड़ी नाल मर्द नहीं, मनुखा शरीर मर्द मिल गया, मर्द नहीं, मर्द के अंदर तो एक दिल मर्दा वाला,
मन मरदा वाला है कि बचन का पूरा है कि नहीं, जिहड़ा जो जबान तो कहिंदा है वह कर देंदा है, ते तू ते अज कहिंदा कुछ होर है कल मुकर जाना, अज कुछ होर कहना कल कुछ होर कर दे, तू सारी जिंदगी धोखा किया। मैं इत्थे विचार अपने नाल सांझे करा, साडा सब दा गिला है कि गुरु तेग बहादुर साहब नू उस जालम ने शहीद किया, बच्चे जिन्हें कुर्बान किए गुरु गोबिंद सिंह साहब का पिता गुरु तेग बहादुर साहब औरंगजेब ने शहीद किया। हैरान हो गए सुन के, उन्हें गुरु तेग बहादुर साहब ही शहीद नहीं किया, अपने बाप नू भी पानी तो प्यासा मारिया, वो ना अपने बाप का तख्या लिहाज करता ना किसी के बाप का लिहाज करता, उसने अनेक भैन के भरा मारे पर अपने भरा भी कतल किए और धोखे नाल। एडा जालम बंदा हुण आउंदा ना कोई दिन दिहार, रवाज है पुराना चले आ रहा रिश्तेदारों मठियाई भेजने, ईद का दिन मुसलमाना वास्ते बड़ा मुबारक दिन है, इन्हें एक थाली रेशमी रुमाल नाल कज के भेजी बाप वास्ते, कह लगा जालम ते पानी भी नहीं मैनू देंदा, जापद मन द्रव गया अज ध्यान आया होना ईद का दिन है ते बाप वास्ते मठियाई भेजा। जदों उसने थाली तो रुमाल लाया उहदी आह निकल गई वड्डे पुत्तर दा सिर से, दारा शकोह दा सिर कट के बाप नू ईद वाले दिन भेजे आ। साहब जी कहिंदे ने तेरा मन होर बचन होर कर्म होर, हुण सच है अगे ये नहीं विचारिया जाना तेरा जन्म कित्थे होया, मक्के होया कांशी होया अमृतसर होया या किहड़े शहर विच होया, ये भी नहीं पुछया जाना कि किहड़ी जात विच तेरा जन्म होया, तेरा अमीरां दे घर जन्म होया कि गरीबां दे घर जन्म होया, कुली विच होया महल विच होया, नहीं एक गल पुछी जानी है तेरे कर्म की ने, कर्मी कर्मी होए विचार सच्चा आप सच्चा दरबार, उथे ते कच पकाई उथे पाए नानक गया जापै जा, जे ते गुरु नाल प्यार है साडा, वैसे गुरु नाल नाता जेड़ा ना सिख दा, हैरान हो जाओगे सुन के धन सनों लिखण वाले, वो कहिंदे ने पंज प्रकार दा नाता तो एक प्रकार का ही चाहिए, गुरु गुरु होवे तो सिख सिख होवे, पंज प्रकार का वो केड़ा, कहिंदा कुछ तो ऐसे ने जिहड़े सिर्फ इसे लई आए मत्था टेक आईए कम कार चंगा चल पवे, तो जे इथों ना चलिया फिर नवा बाबा कोई होर लब्भांगे, फिर होर गुरु लब्भांगे, उथों ना चलिया होर कोई लब्भांगे, कम का उन्हां नूं ना कोई नाम कोलों लैना ना गुरु कोलों लैना, कम कार के कम कार चल जाए धंधे दी सिखे। दूसरा वेखा वेखे दी कम भी ठीक चल रहा सब कुछ, भी वेखिए जाके इन्ने लोग जा रहे ने उत्थे की हुंदा, बस मेला गेला तुर फिर आए, उन्हां नूं कहिंदे ने देखा देखी। तीसरे ने हिरसे लोभ लालच वास्ते कि ये गया ये घर पुत्र हो गया, ये गया दी बीमारी हट गई, ना हटी उन्हें तो फिर नहीं आना, वो भी इसे वास्ते सिखी को उन्हें भी नहीं कुछ लेना देना। हाँ चौथी सिखी है सिदक दे, भाई भावें दुख आवे सुख आवे मैं गुरु दा हाँ ते मैं जाना ही जाना। तन सने वो सिख जिन्हां नूं कहा गुरु का पला छड़ दियो ते वधिया हवेली देवांगे चंगे घरां दे रिश्ते देंगे, ये आफर होई सी, जे गुरु का पला छड़ दियो चंगे रुतबे देंगे, ते कहन लगे ना छड़िए कहन लगे आरे नाल चीर देंगे। भाई मतीदास ने एक गल कही दिल हिला देन वाली, कहन लगा सरदेपुर दे घर दा बच्चा सुख मैं सारे वेखे, तुसी कहिंदे हो चंगा घर घर चंगा ही है, रोटी खाने आ सब कुछ है घाट कोई नहीं, पर मैं आरा नहीं अज तक वेख्या, मैं सुख ते वेख ते जे तुसी आरे नाल एक चीर जरा पा दिओ मैं फैसला ते करां
कि सुख लैने ने कि आरा ठीक है। उन्हें कहन लगे आरा नहीं वेख्या, पाओ चीर। जदों चीर पाया ना कहन लगे आनंद आ गया, इहो जिहा आनंद किते नहीं वेख्या। चीर दिओ, गुरु दा पल्ला नहीं छड़ना, मैं गुरु का सिख हाँ। दो उंगलां सीस विच आरे पाया चीर, मती दास ता बोल दे सुन काजी थर थेर। आरा प्यारा लगत है कारा करो बनाए, सिर जाए ते जाए मेरा सिखे सिदक ना जाए। ये लोग वो ने जिन्ना ने सिदक दी सिखी जीवी अगे है भाव दे। कहीं आप ते बड़े सिख ने सिदकी ने, लेकिन दूसरे नू समझा नहीं सकते। अनेकां मातावां बड़े प्यार वालियां ते कहंदियां ज्ञानी जी बच्चियां दे प्रश्न दे उत्तर नहीं दे सकते, सानू समझ नहीं। सिक्खी कमा रहे हैं पर भाव का पता नहीं। भाव का भी पता होवे, जिहड़ा सिख इस ढंग नाल आया ऐसा कर्म करा कि गुरु प्रवान कर लवे। वैसे आए हैं इस वास्ते कि शो मिल जाए। संगत का अर्थ मैं बैठना नहीं करता, संगत का अर्थ मैं इंज करना कि जिवें दीवा जग रहा है, बुझिया दीवा आए नाल शो जाए तो जग जाओ। असी हाँ बुझे दीवे तो गुरु है जगदा दीवा। जड़ा आके शो गया वह तो गुरु का रूप हो गया, पाई लैना शो गया। ये सतपुरश जिन्होंने कहने महापुरख, ये सारे जगदे दीवे ने। केड़े दीवे तो जगे ने, उस दीवे का जिक्र श्री गुरु ग्रंथ साहब विच है। वो सवैया मैं तुहानू सुनावा। प्रभ दातो दा तार परियो जा चक इक शरणा, मिले दान संत रेण जिहे लग भव जल तरना। बिनत करो अरदास सुनो जे ठाकुर भावै, देहो दर्श मन चाओ भगते मन ठहराव। बलियो चिराग अंधेर मैं, गुरु नानक देव की बन के आए चिराग बन के। हनेरा सी कलयुग दा चिराग आ गए। बलियो चिराग अंधेर मैं सब कल उदरी एक नाम धर्म, प्रगट सगल हर भवन मैं जन नानक गुर पार बम। ये चिराग कैसा से डोले वाओ ना वड्डा होए, हवा च डोलदा नहीं, ये बुझदा नहीं। एक कथा याद आई, एक माता दा एक इकलौता बच्चा, बड़ा प्यारा बच्चा, वह चढ़ाई कर गए। हुण सवेरे उठ के रोना शुरू कर दे, बच्चे नाल बड़ा प्यार से, शामा पै जान रोंदी रोंदी थक जाए। अच नींदर आ गई तो एक सुपना आया, सुपना बड़ा कमाल। एक लाइन विच लोकी जा रहे ने, उन्हां दे हत्थां ते दीवे ने, ते उहदा बच्चा जिहड़ा उहदे हत्थ भी दीवा, पर उहदा दीवा बुझ जांदा। ਉਹ ਗਿਰਦਾ, ਚੋਟ ਲੱਗਦੀ ਹੈ ਅਤੇ ਮਾਂ ਪੁੱਛਦੀ ਹੈ ਬੇਟਾ ਬਾਕੀ ਦਿਆਂ ਦੇ ਦੀਵੇ ਜਗਦੇ ਨੇ, ਤੇਰਾ ਕਿਉਂ ਬੁੱਝ ਜਾਂਦਾ ਹੈ? ਅਤੇ ਤੂੰ ਡਿੱਗਣਾ ਗਿਰਨਾ, ਚੋਟ ਲੱਗਦੀ ਹੈ। ਕਹਿਣ ਲੱਗਾ ਮਾਂ ਤੂੰ ਜਿਹੜਾ ਰੋਨੀ ਹੈ ਉਹ ਅੱਥਰੂ ਮੇਰੇ ਦੀਵੇ 'ਤੇ ਗਿਰਦੇ ਨੇ ਅਤੇ ਮੇਰਾ ਦੀਵਾ ਬੁੱਝ ਜਾਂਦਾ। ਤੂੰ ਰੋਨੀ ਹੈ, ਅੱਥਰੂ ਗਿਰਦੇ ਨੇ, ਮੇਰਾ ਦੀਵਾ ਬੁੱਝ ਜਾਂਦਾ। ਕਹਿਣ ਲੱਗੀ ਅੱਜ ਤੋਂ ਬਾਅਦ ਨਹੀਂ ਰੋਵਾਂਗੇ। ਗੁਰੂ ਨੇ ਤਾਂ ਪਹਿਲੇ ਰੋਕ ਦਿੱਤਾ ਸੀ, ਮਤ ਮੈਂ ਪਿੱਛੇ ਕੋਈ ਰੋਵ ਸੇ ਸੋ ਮੈਂ ਮੂਲ ਨਾ ਪਾਇਆ। ਪਰ ਗੁਰੂ ਨਾਨਕ ਦੇਵ ਨੇ ਤੁਹਾਡੇ ਹੱਥ ਵਿੱਚ ਉਹ ਦੀਵਾ ਦਿੱਤਾ ਜਿਹੜਾ ਕਿਸੇ ਤਰ੍ਹਾਂ ਵੀ ਨਾ ਬੁਝੇਗਾ। ਉਹ ਦੀਵਾ ਕਿਹੜਾ? ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਦੀਵੇ ਵਿੱਚ ਤੇਲ ਪਾਉਂਦੇ ਹੋ, ਸਰਸੋਂ ਦਾ ਸਰੋਂ ਦਾ ਪਾ ਦਿੱਤਾ, ਕੋਈ ਘਿਓ ਕਿਸੇ ਪਾ ਦਿੱਤਾ, ਉਹਦੇ ਨਾਲ ਬਲਦਾ। ਪਰ ਜਿਹੜਾ ਨਾਮ ਦਾ ਦੀਵਾ, ਇਸ ਵਿੱਚ ਇਹ ਤੇਲ ਨਹੀਂ ਪੈਂਦੇ, ਇਹਦੇ ਵਿੱਚ ਪੈਂਦਾ ਦੁੱਖਾਂ ਦਾ ਤੇਲ। ਜਿਉਂ ਜਿਉਂ ਨਾਮ ਜਪੋਗੇ, ਜਿਵੇਂ ਦੀਵਾ ਬਲਦਾ ਅਤੇ ਤੇਲ ਮੁੱਕਦਾ ਜਾਂਦਾ, ਸੜਦਾ ਜਾਂਦਾ, ਸਾਡੇ ਦੁੱਖ ਸੜ ਜਾਣਗੇ, ਦੁੱਖਾਂ ਦਾ ਤੇਲ ਮੁੱਕ ਜਾਏਗਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਹੁਣ ਚਾਨਣ ਨੂੰ ਸੁੱਖ ਆ ਚੂਕਾ ਜਮ ਸਿਉਂ ਮੇਲ, ਮੇਰਾ ਜਮਾਂ ਨਾਲ ਮੇਲ ਨਹੀਂ ਹੋਣਾ। ਇਹ ਜਿਹੜੇ ਸੰਤ ਮਹਾਂਪੁਰਸ਼ ਨੇ ਨਾ, ਮੌਤ ਨੇ ਤਾਂ ਆਉਣਾ ਹੈ, ਹਰ ਇੱਕ ਕੋਲ ਆਉਣਾ ਹੈ, ਅਤੇ ਇੱਕ ਫਰਕ ਹੈ ਆਉਂਦੀ ਕਿਵੇਂ ਹੈ। ਜਿਹੜੇ ਬੰਦੇ ਪਾਪ ਕਰਦੇ ਨੇ, ਗੁਰੂ ਦੀ ਗੱਲ ਨਹੀਂ ਮੰਨਦੇ, ਮਨ ਮਤ ਕਰਦੇ ਨੇ, ਅਪਰਾਧ ਕਰਦੇ ਨੇ, ਦੂਸਰਿਆਂ ਨੂੰ ਦੁੱਖ ਦਿੰਦੇ ਨੇ, ਫਰੇਬ ਕਰਦੇ ਨੇ,
ਉਹਨਾਂ ਕੋਲ ਇੰਝ ਆਉਂਦੀ ਹੈ ਜਿਵੇਂ ਚੂਹੇ ਕੋਲ ਬਿੱਲੀ ਆਏ। ਗੁਰਬਲਾਸ ਦੇ ਪ੍ਰਮਾਣ ਬੜਾ ਕਮਾਲ ਦਿੱਤਾ। ਕਬੀਰ ਸਾਹਿਬ ਨੇ ਵੀ ਲਿਖਿਆ, ਮਾਨਸ ਵਪਰਾ ਮੂਸਾ ਕਿਨੋ, ਵਿਚਾਰਾ ਮਨੁੱਖ ਬਣਾਇਆ ਚੂਹਾ ਅਤੇ ਮੌਤ ਕੀ ਹੈ ਬਿੱਲੀ। ਮਾਨਸ ਵਪਰਾ ਮੂਸਾ ਕਿਨੋ, ਮੀਚ ਬਲਈਆ ਖਾਈ ਹੈ ਰੇ, ਮੌਤ ਰੂਪੀ ਬਿੱਲੀ ਖਾ ਜਾਂਦੀ ਹੈ। ਤਨਵੰਤਾ ਨਿਰਧਨ ਮਨੀ, ਤਾਂਕੀ ਕਛੂ ਨ ਕਾਨੀ ਰੇ, ਰਾਜਾ ਪ੍ਰਜਾ ਸਮ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਮੂਸੇ ਗਹਿ ਦੰਤ ਕੇ ਸਾਥਾ, ਮਨਮੁੱਖਾਂ ਨੂੰ ਫੜਦੀ ਹੈ ਜਿਵੇਂ ਚੂਹੇ ਨੇ ਬਿੱਲੀ ਨੇ, ਬਿੱਲੀ ਨੇ ਚੂਹੇ ਨੂੰ ਫੜਿਆ, ਨੋਚ ਨੋਚ ਕੇ ਉਹਦਾ ਮਾਸ ਖਾਧਾ, ਦੁਖੀ ਕੀਤਾ ਉਹਨੂੰ। ਕਹਿੰਦੇ ਨੇ ਮੌਤ ਮਨਮੁੱਖਾਂ ਨੂੰ ਇੰਝ ਫੜਦੀ ਹੈ, ਪਰ ਜਦੋਂ ਸੰਤਾਂ ਕੋਲ ਆਉਂਦੀ ਹੈ, ਗੁਰਮੁਖਾਂ ਕੋਲ ਆਉਂਦੀ ਹੈ, ਉਸ ਵੇਲੇ ਵੇਖਿਆ ਹੋਵੇਗਾ ਬਿੱਲੀ ਦੇ ਪੰਜ ਛੇ ਚਾਰ ਬੱਚੇ ਹੁੰਦੇ ਨੇ, ਅਤੇ ਕਈ ਵਾਰੀ ਇੱਕ ਘਰ 'ਚੋਂ ਦੂਸਰੇ ਘਰ 'ਚ ਲੈ ਜਾਂਦੀ ਹੈ। ਕਿਵੇਂ? ਮੂੰਹ ਨਾਲ ਫੜ ਕੇ। ਕਮਾਲ ਹੈ, ਉਹੀ ਦੰਦ ਨੇ ਹੁਣ ਜਿਨ੍ਹਾਂ ਨਾਲ ਚੂਹਾ ਖਾਧਾ ਸੀ, ਉਹ ਮੂੰਹ ਹੈ। ਆਪਣਾ ਬੱਚਾ ਚੁੱਕਦੀ ਹੈ ਇੰਨੇ ਪਿਆਰ ਨਾਲ, ਉਸ ਬੱਚੇ ਨੂੰ ਝਰੀਟ ਨਹੀਂ ਆਉਣ ਦਿੰਦੀ। ਕਹਿੰਦੇ ਨੇ ਮੌਤ ਇੰਝ ਖਾਂਦੀ ਹੈ, ਇੰਝ ਮਾਰਦੀ ਹੈ ਜਿਵੇਂ ਚੂਹੇ ਨੂੰ ਬਿੱਲੀ, ਪਰ ਜਦੋਂ ਗੁਰਮੁਖਾਂ ਸੰਤਾਂ ਕੋਲ ਆਉਂਦੀ ਹੈ ਜਿਵੇਂ ਬਲੂੰਗੜਿਆਂ ਕੋਲ ਬਿੱਲੀ, ਇੱਧਰੋਂ ਚੁੱਕਦੀ ਹੈ, ਪਰਮਾਤਮਾ ਦੇ ਚਰਨਾਂ 'ਚ ਰੱਖ ਦਿੰਦੀ ਹੈ। ਮਾਂ ਬਣ ਕੇ ਆਉਂਦੀ, ਸੇਵਾਦਾਰ ਬਣ ਕੇ ਆਉਂਦੀ। ਮੂਸੇ ਗਹੇ ਦੰਤ ਕੇ ਸਾਥਾ, ਖਾਤ ਕਸ਼ਟ ਤਨ ਦੇਤ ਬਿਲਾਸਾ, ਪੁੰਨ ਨਿਜ ਬਾਰ ਕੋ ਰਦ, ਰਦ ਹੁੰਦੇ ਨੇ ਦੰਦ, ਰਦ ਸੰਗਾ, ਤਾਂ ਤੈ ਏਕ ਰੋਮ ਨੇ ਪੰਗਾ, ਯਾ ਬਿਦ ਕਾਲ ਜਗਤ ਦੁੱਖ ਦੇਈ, ਸੰਤਨ ਰਚ ਕਰੇ ਨਿਜ ਸੇ। ਇਹ ਤੇ ਸੰਤਾਂ ਦੀ ਰੱਛਿਆ ਕਰਦੀ ਹੈ, ਸਰੀਰ ਦਾ ਤਾਂ ਵਿਛੋੜਾ ਪੈਣਾ, ਲੇਕਿਨ ਇਹਨਾਂ ਨੂੰ ਦੁੱਖ ਕੋਈ ਨਹੀਂ, ਇਹ ਤੇ ਦੁੱਖ ਕੱਟਣ ਵਾਸਤੇ ਆਉਂਦੇ ਨੇ। ਹੁਣ ਇੱਕ ਉਦਾਹਰਨ ਹੋਰ ਇੱਥੇ ਦਿਆਂ, ਮੈਂ ਚਾਹੁੰਦਾ ਸੁਰਤ ਕਰਕੇ ਐਸੇ ਚੱਲਦੇ ਜਾਈਏ, ਰੱਬ ਦੇ ਨੇੜੇ ਹੁੰਦੇ ਜਾਈਏ। ਆਏ ਸਾਂ ਜੈਸੇ, ਗੁਰੂ ਕਿਰਪਾ ਕਰੇ ਉਹੋ ਜੇ ਵਾਪਸ ਨਹੀਂ ਜਾਣਾ। ਜਾਣ ਲੱਗਿਆ ਸਾਡੀ ਜੋਤ ਵਿੱਚ ਜੋਤ ਰਲੀ ਹੋਵੇ, ਕਿਤੇ ਭੁਲੇਖਾ ਨਾ ਖਾਣਾ ਕਿ ਮਰ ਕੇ ਹੀ ਜੋਤ ਰਲਦੀ ਹੈ, ਨਹੀਂ, ਜਿਉਂਦਿਆਂ ਦੀ ਰਲਦੀ ਹੈ। ਸਿੱਖ ਧਰਮ ਬਰਿਆਂ ਦਾ ਧਰਮ ਨਹੀਂ, ਮੁਰਦਿਆਂ ਦਾ ਧਰਮ ਨਹੀਂ, ਜਿਉਂਦਿਆਂ ਜਾਗਦਿਆਂ ਦਾ ਧਰਮ ਹੈ। ਇੱਥੇ ਕਿਹਾ, ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਜੀਵਨ ਮੁਕਤ ਕਿਵੇਂ ਹੈ, ਜਿਉਂਦਿਆਂ ਜੋਤੀ ਜੋਤ ਕਿਵੇਂ ਸਮਾਉਣਾ। ਇੱਕ ਪਦਾ ਸੁਣੋ ਸੁਖਮਨੀ ਸਾਹਿਬ ਦਾ, ਪ੍ਰਭ ਕੀ ਆਗਿਆ ਆਤਮ ਹਿਤਾਵਾ, ਜੀਵਨ ਮੁਕਤ ਸੋ ਕਹਾਵਾ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਜੋਤ ਵਿੱਚ ਜੋਤ ਕਿਵੇਂ ਰਲੇ, ਇੱਕ ਤਜਰਬਾ ਕਰਕੇ ਵੇਖ ਲੈਣ, ਵੈਸੇ ਲੋੜ ਨਹੀਂ, ਸਮਝ 'ਚ ਆ ਜਾਏਗਾ। ਇੱਕ ਬੋਤਲ ਲਈ, ਅੱਧੀ ਪਾਣੀ ਦੀ ਭਰ ਲਓ ਅਤੇ ਅੱਧਾ ਤੇਲ ਪਾ ਲਓ, ਅਤੇ ਸਾਰੀ ਦਿਹਾੜੀ ਹਿਲਾਈ ਜਾਓ, ਮਿਕਸ ਕਰੀ ਜਾਓ, ਸ਼ਾਮਾਂ ਨੂੰ ਵੇਖੋ ਤੇਲ ਵੱਖਰਾ ਪਾਣੀ ਵੱਖਰਾ, ਕੋਈ ਨਹੀਂ ਮਿਕਸ ਹੋਇਆ। ਪਰ ਜੇ ਅੱਧੀ ਬੋਤਲ ਪਾਣੀ ਦੀ ਹੈ ਅਤੇ ਪਾਣੀ 'ਚ ਪਾਣੀ ਹੋਰ ਪਾ ਦਿਓ, ਇੱਕ ਵਾਰੀ ਵੀ ਹਿਲਾਉਣ ਦੀ ਲੋੜ ਨਹੀਂ, ਉਹ ਪਾਣੀ 'ਚ ਪਾਣੀ ਰਲ ਜਾਏਗਾ, ਕਿਉਂਕਿ ਹੈ ਪਾਣੀ। ਹੁਣ ਚਾਹੁੰਦੇ ਤਾਂ ਹਾਂ ਰੱਬ ਦੇ ਨਾਲ ਰਲਣਾ, ਚਾਹੁੰਦੇ ਹਾਂ ਪਰਮਾਤਮਾ 'ਚ ਜਾਣਾ, ਖਿਮਾ ਕਰਨਾ, ਪਰ ਜੋ ਕੁਝ ਹੈ ਸਭ ਕੁਝ ਨਾਲ ਹੀ ਲੈ ਕੇ ਜਾਣਾ। ਬੰਦਾ ਤਾਂ ਚਾਹੁੰਦਾ ਬਾਥਰੂਮ ਵੀ ਨਾਲ ਹੀ ਲੈ ਜਾਵਾਂ, ਬੜੇ ਸੋਹਣੇ ਬਣਾਏ, ਇੰਨੀਆਂ ਟਾਈਲਾਂ ਲੱਗੀਆਂ, ਘਰ ਵੀ ਨਾਲ ਹੀ ਲੈ ਜਾਵਾਂ, ਮਾਝਾਂ ਮਾਝਾਂ ਗਾਵਾਂ ਵੀ ਨਾਲ ਹੀ। ਸੱਚਖੰਡ ਨੂੰ ਉਹ ਕਹਾਣੀ ਪੜ੍ਹਨੇ ਆ ਨਾ, ਜਦੋਂ ਭਾਈ ਹਰੀਚੰਦ ਜਦੋਂ ਜਾਣ ਲੱਗਾ ਨਾ, ਪਰਮਾਤਮਾ ਨੇ ਕਿਹਾ ਚੱਲ ਬੈਕੁੰਠ ਨੂੰ, ਕਹਿਣ ਲੱਗਾ ਜੀ ਇਕੱਲੇ ਨਹੀਂ ਜਾਣਾ, ਸਭ ਕੁਝ ਨਾਲ ਹੀ ਲੈ ਜਾਣਾ। ਹਰੀਚੰਦ ਦੀ ਨਹੀਂ ਇਹ ਸਾਡੀ ਕਥਾ, ਅਤੇ ਸਭ ਕੁਝ ਦਾ ਅਰਥ ਕੇ ਸੀ, ਹਰੀਚੰਦ ਦੀ ਨਗਰੀ ਗਏ, ਗਧੇ ਵੀ ਨਾਲ ਤੁਰ ਪਏ, ਕਹਿਣ ਲੱਗੇ ਨਗਰੀ ਦਾ ਹਿੱਸਾ ਅਸੀਂ ਵੀ ਹਾਂ, ਅਸੀਂ ਬੈਕੁੰਠ ਨੂੰ ਜਾਣਾ। ਪਰ ਅੱਧ ਵਿੱਚ ਆ ਕੇ ਕਹਿੰਦੇ ਨੇ ਗਧਾ ਬੋਲ ਪਿਆ, ਹੁਣ ਗਧੇ 'ਤੇ ਬੋਲਣ ਦਾ ਕੋਈ ਟਾਈਮ ਹੈ, ਜਦੋਂ ਮਰਜ਼ੀ ਬੋਲ ਪਵੇ ਬੋਲ ਪਿਆ। ਅਤੇ ਹਰੀਚੰਦ ਨੂੰ ਗੁਮਾਨ ਹੋ ਗਿਆ ਮੇਰੇ ਵਰਗਾ ਕੌਣ ਹੈ, ਸਾਧੂ ਸੰਤ ਮਹਾਂਪੁਰਖ 'ਤੇ ਗਏ ਸਨ ਮੇਰੇ ਨਗਰ ਦੇ, ਅਤੇ ਗਧੇ ਵੀ ਜਾ ਰਹੇ ਨੇ, ਕਹਿੰਦੇ ਨੇ ਉੱਥੇ ਹੀ ਲਟਕ ਗਏ।
ਨਾ ਵਿਚਾਰੇ ਅੱਗੇ ਜੋਗੇ ਨਾ ਪਿੱਛੇ ਜੋਗੇ, ਘੱਟੋ ਘੱਟ ਥੱਲੇ ਹੀ ਆ ਜਾਓ। ਕਹਿੰਦੇ ਨੇ ਕਦੇ ਉੱਥੇ ਲਟਕ ਗਏ। ਇਹ ਕਥਾ ਕਹਾਣੀ ਕੀ ਆ? ਮੈਂ ਇਸ ਨੂੰ ਵੀ ਸਪਸ਼ਟ ਕਰਨ ਵਾਸਤੇ ਇੱਕ ਛੋਟੀ ਜਿਹੀ ਕਥਾ ਹੋਰ ਕਹਾਂ, ਤਾਂ ਕਿ ਉਤਰੀਏ ਤਾਂ ਅਸੀਂ ਜਦੋਂ ਚੱਲੀਏ ਵਾਪਸ ਤਾਂ ਗੁਰੂ ਨਾਲ ਨਾਤਾ ਜੁੜ ਗਿਆ ਹੋਵੇ, ਉਹਦੀ ਜੋਤ ਵਿੱਚ ਸਾਡੀ ਜੋਤ ਲਈ ਸਮਝੀਏ ਗੁਰੂ ਸਾਡੇ ਅੰਗ ਸੰਗ ਨਾਲ ਜਾ ਰਿਹਾ, ਇਕੱਲੇ ਨਹੀਂ ਆਏ, ਆਏ ਇਕੱਲੇ ਸਾਂ, ਜਾਣ ਲੱਗੇ ਹਾਂ ਗੁਰੂ ਦਾ ਵਿਸ਼ਵਾਸ, ਗੁਰੂ ਦਾ ਸਿੱਧਕ, ਗੁਰੂ ਦਾ ਭਰੋਸਾ, ਗੁਰੂ ਦਾ ਸ਼ਬਦ ਹਿਰਦੇ ਵਿੱਚ ਹੋਵੇ। 20 ਸਾਲ ਮਤਵਾਤਰ ਇੱਕ ਸੱਜਣ ਨਿਤ ਮੰਦਰੇ ਜਾਏ ਅਤੇ ਆਖੇ ਪ੍ਰਮਾਤਮਾ ਮੁਕਤ ਕਰ ਦੇ, ਭਗਵਾਨ ਮੈਨੂੰ ਮੁਕਤ ਕਰ ਦੇ, ਕੁਛ ਨਹੀਂ ਚਾਹੀਦਾ। ਕਹਿੰਦੇ ਨੇ ਇੱਕ ਦਿਨ ਪ੍ਰਗਟ ਹੋ ਹੀ ਗਏ, ਕਹਿਣ ਲੱਗੇ ਆ ਪਿਆਰਿਆ ਆ ਮੁਕਤ ਕਰਾਂ ਭਾਈ, 20 ਸਾਲ ਹੋ ਗਏ ਤੈਨੂੰ। ਹੁਣ ਕਹਿਣ ਲੱਗਾ ਇਹ ਤਾਂ ਸੋਚਿਆ ਹੀ ਨਹੀਂ ਸੀ, ਮੈਂ ਸੋਚਿਆ ਦੁਨੀਆਂ ਨੂੰ ਹੀ ਸੁਣਾਉਣਾ, ਲੋਕ ਆਖਣਗੇ ਬੜਾ ਭਗਤ ਹੈ, ਇਹਨੇ ਕਦੀ ਕੋਈ ਪਦਾਰਥ ਨਹੀਂ ਮੰਗਿਆ, ਮੁਕਤੀ ਮੰਗਦਾ। ਕਹਿਣ ਲੱਗਾ ਕਰੋਗੇ ਕੀ? ਪਹਿਲਾਂ ਮੈਨੂੰ ਉੱਥੇ ਹੀ ਖਲੋ ਕੇ ਦੱਸੋ। ਕਹਿਣ ਲੱਗੇ ਤੈਨੂੰ ਗੱਲ ਨਾਲ ਲਾਵਾਂਗਾ, ਜੋਤ ਮੇਰੇ 'ਚ ਲੀਨ ਹੋ ਜਾਏਗੀ ਅਤੇ ਸਵੇਰ ਹੈ ਸ਼ਾਮ ਤੱਕ ਘਰ ਦੇ ਸੰਸਕਾਰ ਕਰ ਦੇਣਗੇ, ਰਾਤ ਨਹੀਂ ਰੱਖਦੇ, ਫਿਕਰ ਨਾ ਕਰ। ਰਾਤ ਜਿਉਂਦਿਆਂ ਵਾਸਤੇ ਹੈ, ਜੇ ਟਾਈਮ ਹੋਵੇ ਨਾ ਕਾਢੋ ਕਾਢੋ ਹੋ। ਕਹਿਣ ਲੱਗਾ ਫਿਰ ਇੱਕ ਵਾਰੀ ਤਾਂ ਘਰੋਂ ਹੋ ਆਉਣ ਦਿਓ ਘੱਟੋ ਘੱਟ, ਜੇ ਹੀ ਮੁਕਤੀ ਹੈ ਤਾਂ। ਕਹਿਣ ਲੱਗੇ ਘਰੋਂ ਤਾਂ ਹੁਣੇ ਆਇਆ। ਕਹਿਣ ਲੱਗਾ ਜੀ ਆਇਆ, ਪਰ ਇਹ ਨਹੀਂ ਸੀ ਨਾ ਪਤਾ ਵੀ ਤੁਸੀਂ ਇੰਜ ਪ੍ਰਗਟ ਹੋ ਜਾਣਾ। ਗਿਆ ਸੋ ਗਿਆ, ਪਰ ਭਗਵਾਨ ਪਿੱਛਾ ਨਹੀਂ ਛੱਡਦੇ, ਤੁਰ ਗਏ। ਕਹਿਣ ਲੱਗੇ ਮਿਲ ਲਿਆ ਸਾਰਿਆਂ ਨੂੰ, ਧੀਆਂ ਪੁੱਤਰਾਂ ਨੂੰ, ਹੁਣ ਮੁਕਤ ਕਰਾਂ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਪੁੱਤਰ ਤੇ ਵਿਆਹ ਲੈਣ ਦਿਓ ਘੱਟੋ ਘੱਟ, ਫਿਰ ਕਰਿਓ। ਕਹਿਣ ਲੱਗਾ ਅੱਛਾ ਪੁੱਤਰ ਵਿਆਹ ਲੈ, ਪੁੱਤਰ ਵਿਆਹ ਆ, ਹੁਣ ਜਾਂਦੇ ਨੇ, ਕਹਿੰਦੇ ਨੇ ਹੁਣ ਕਰਦੇ ਹਾਂ। ਕਹਿਣ ਲੱਗਾ ਪੋਤਰਾ ਤੇ ਵੇਖ ਲੈਣ ਦਿਓ। ਬੰਦਾ ਜਾਣਾ ਤੇ ਚਾਹੁੰਦਾ ਪਰ ਸ਼ਰਤਾਂ ਆਪਣੀਆਂ, ਪੋਤਰਾ ਵੀ ਆ ਗਿਆ ਉਹਦੇ ਘਰ ਕਿਹੜੀ ਘਾਟ ਹੈ, ਪੋਤਰਾ ਵੀ ਆ ਗਿਆ। ਕਹਿਣ ਲੱਗੇ ਹੁਣ, ਬੜਾ ਗੁੱਸੇ 'ਚ ਆ ਕੇ ਕਹਿਣ ਲੱਗਾ ਹੱਦ ਹੋ ਗਈ ਤੈਨੂੰ, ਇੰਨੀ ਵੀ ਅਕਲ ਨਹੀਂ? ਜਦੋਂ ਮੈਂ ਤੇਰੇ ਘਰ ਨਹੀਂ ਆਉਂਦਾ ਤੂੰ ਮੇਰੇ ਘਰ ਕੇ ਲੈਣ ਵਾਸਤੇ ਆਉਂਦਾ, ਅੱਗੋਂ ਲਈ ਲੋੜ ਪਈ ਤੇ ਹੱਪੇ ਆਵਾਂਗਾ, ਨਹੀਂ ਤਾਂ ਤੂੰ ਨਾ ਆਈ ਮੇਰੇ ਘਰ ਨਾ ਆਈ, ਕੋਈ ਜ਼ਰੂਰਤ ਨਹੀਂ, ਮੈਂ ਨਹੀਂ ਮੁਕਤੀ ਮੁਕਤੀ ਮੰਗਦਾ, ਕੋਲ ਰੱਖ। ਮੈਂ ਸੋਚ ਰਿਹਾ ਸਾਂ ਬੰਦਾ ਜਾਣਾ ਤੇ ਚਾਹੁੰਦਾ ਪਰ ਸ਼ਰਤਾਂ ਆਪਣੀਆਂ, ਸਾਡੀ ਸ਼ਰਤ ਨਹੀਂ ਚੱਲੇਗੀ। ਗੁਰੂ ਸਾਹਿਬ ਜੀ ਕਹਿੰਦੇ ਨੇ ਜੋਤ ਵਿੱਚ ਜੋਤ ਤਾਂ ਮਿਲੇਗੀ ਜੋਤ ਹੋ ਕੇ ਆ, ਸਰੀਰ ਬਣ ਕੇ ਨਾ ਆ, ਪਦਾਰਥ ਬਣ ਕੇ ਨਾ ਆ, ਸੰਸਾਰ ਬਣ ਕੇ ਨਾ ਆ, ਇਹਨੂੰ ਛੱਡ ਕੇ ਆ। ਹੁਣ ਆਉਂਦੇ ਹਾਂ ਸੰਤਾਂ ਨੂੰ ਮਿਲਣ ਵਾਸਤੇ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜੈ ਕੋਏ। ਇਹ ਨਹੀਂ ਕਿਹਾ ਕਿ ਗੁਆਂਢੀ ਚਾਹੁੰਦਾ ਸਤਸੰਗ 'ਚ ਮੈਨੂੰ ਲੈ ਜਾ, ਕਾਰ ਵੇਲੀ ਜਾ ਰਹੀ ਹੈ ਅਤੇ ਉਹ ਆਖੇ ਜੀ ਨਾ ਸਾਥ ਨਾ ਲੀ ਜਾ ਕੋਈ, ਇਹ ਨਹੀਂ, ਇਹ ਗੱਲ ਹੈ ਹੀ ਨਹੀਂ। ਉੱਥੇ ਤਾਂ ਕਾਰ ਭਰ ਲੈ, ਇੱਕ ਵੱਧ ਬਿਠਾ ਲੈ, ਸਤਸੰਗ ਵਿੱਚ ਲੈ ਆ। ਸਾਥ ਨਾ ਲੀ ਜੇ ਕੋਏ ਦਾ ਅਰਥ ਹੈ ਕਿ ਜਿੰਨੀਆਂ ਵਾਸ਼ਨਾਵਾਂ ਨੇ, ਇਹ ਜਿੰਨੇ ਜੰਜਾਲ ਨੇ, ਧੰਦੇ ਨੇ, ਇਹ ਸੰਗਤ ਵਿੱਚ ਲੈ ਕੇ ਨਾ ਆ। ਇਹਨਾਂ ਤੈਨੂੰ ਸੁਣਨ ਨਹੀਂ ਦੇਣਾ, ਤੈਨੂੰ ਬੈਠਣ ਨਹੀਂ ਦੇਣਾ, ਤੈਨੂੰ ਇਕਾਗਰ ਨਹੀਂ ਹੋਣ ਦੇਣਾ। ਇੱਥੇ ਬੈਠ ਤੇ ਬੈਠ ਕੇ ਕੀ ਕਰ? ਸਭ ਤੋਂ ਪਹਿਲੇ ਗੱਲ ਇਹ ਹੈ ਕਿ ਤੇਰੇ ਜਿਹੜੇ ਵਿਚਾਰ ਨੇ, ਤੇਰੇ ਵਿਚਾਰ ਅਤੇ ਗੁਰੂ ਦੇ ਵਿਚਾਰ ਇੱਕ ਹੋ ਜਾ। ਇੰਝ ਸਮਝੋ, ਹੋਰ ਸੁਖੈਣ ਕਰਦੇ ਹਾਂ, ਸੁਣਿਆਰੇ ਕੋਲ ਜਾਂਦੇ ਹੋ ਵੀ ਆਹ ਸੋਨਾ ਵੇਖ, ਉਹਨੇ ਇੱਕ ਪੱਥਰ ਰੱਖਿਆ ਅਤੇ ਸੋਨਾ ਫੜ ਕੇ ਲੀਕ ਖਿੱਚ ਦਿੰਦਾ। ਉਹ ਕਹਿੰਦਾ ਜੀ ਇਹ 80% ਹੈ, 20% ਇਹਦੇ ਵਿੱਚ ਤਾਂਬਾ, ਜੇ ਜਾਓ ਜਿੱਥੇ ਮਰਜ਼ੀ ਲੈ ਜਾਓ। ਪਰਖਦਾ ਅਤੇ ਤੁਹਾਡੇ ਕੋਲ ਆਪਣੇ ਕਰਮ ਪਰਖਣ ਵਾਸਤੇ, ਆਪਣੇ ਵਿਚਾਰ ਪਰਖਣ ਵਾਸਤੇ, ਬਚਨ ਪਰਖਣ ਵਾਸਤੇ ਕਿਹੜੀ ਕਸਵੱਟੀ ਹੈ। ਗੁਰੂ ਕੋਲ ਲੈ ਆਉਂਦੇ ਹਾਂ, ਲੋ ਸਤਿਗੁਰੂ ਆਹ ਕੰਮ ਨੇ ਸਾਡੇ, ਤੁਹਾਨੂੰ ਪ੍ਰਵਾਨ ਨੇ ਕਿ ਨਹੀਂ? ਵੈਸੇ ਹਰ ਬੰਦਾ ਨਾ ਆਪਣੇ ਕੰਮ ਨੂੰ ਸੋਨਾ ਸਮਝਦਾ, ਆਪਣੀ ਅਕਲ ਨੂੰ ਸੋਨਾ ਸਮਝਦਾ, ਹਰ ਬੰਦਾ ਆਪਣੇ ਬੋਲਾਂ ਨੂੰ ਸੋਨਾ ਸਮਝਦਾ। ਇਹ ਮੇਰੇ ਬੋਲ ਨੇ ਵੇਖਿਓ, ਗੁਰੂ ਜਦੋਂ ਪਰਖਦਾ ਨਾ, ਗੁਰੂ ਕਿਸ 'ਤੇ ਲਾਉਂਦਾ? ਗੁਰੂ ਇਹਨਾਂ ਬਚਨਾਂ ਨੂੰ ਸਾਡਿਆਂ ਨੂੰ ਲਾਉਂਦਾ ਗੁਰਬਾਣੀ 'ਤੇ, ਗੁਰੂ ਸਾਡੇ ਕਰਮਾਂ ਨੂੰ ਲਾਉਂਦਾ ਗੁਰਬਾਣੀ 'ਤੇ,
ਕਹਿੰਦੇ ਨੇ ਜੇ ਤਾਂ ਸ਼ਬਦ ਦੇ ਅਨੁਸਾਰ ਨੇ ਤਾਂ ਠੀਕ ਨੇ, ਆਪੇ ਵੀ ਲਾ ਕੇ ਵੇਖ ਲਈ। ਜੇ ਗੁਰੂ ਦੇ ਬਚਨਾਂ ਨਾਲ ਤੇਰੇ ਬਚਨ ਰਲਦੇ ਨੇ ਪ੍ਰਵਾਨ ਨੇ, ਜੇ ਗੁਰੂ ਦੇ ਬਚਨਾਂ ਨਾਲ ਤੇਰੇ ਵਿਚਾਰ ਰਲਦੇ ਨੇ ਪ੍ਰਵਾਨ ਨੇ, ਜੇ ਗੁਰੂ ਦੇ ਕਰਮਾਂ ਨਾਲ ਤੇਰੇ ਵਿਚਾਰ ਰਲਦੇ ਨੇ ਤਾਂ ਕਰਮ ਪ੍ਰਵਾਨ ਨੇ, ਤੇਰੀ ਮੇਰੀ ਜੋਤ ਇੱਕ। ਭਾਈ ਲਹਿਣਾ ਕੋਲ ਆ ਗਿਆ ਤੇ ਕੀਤਾ ਕਿ ਸਿਰਫ ਇਕਾਗਰ ਹੋ ਗਿਆ ਜੋ ਗੁਰੂ ਬੋਲਦੇ ਸਨ ਉਹ ਸੁਣਦਾ ਸੀ। ਭਾਈ ਲਹਿਣਾ ਹੋਰ ਕੋਈ ਸੋਚ ਨਹੀਂ, ਉਹਦਾ ਮਨ ਕਦੀ ਖੰਡੂਰ ਵੀ ਨਹੀਂ ਸੀ ਆਇਆ, ਉਹ ਹਾਜ਼ਰ ਸੀ, ਕੋਲ ਸੀ। ਮੈਂ ਇਤਿਹਾਸ ਪੜ੍ਹ ਕੇ ਹੈਰਾਨ ਹੋਇਆ, ਦੋ ਚੀਜ਼ਾਂ ਲੈ ਕੇ ਗਿਆ ਖੰਡੂਰ ਤੋਂ, ਇੱਕ ਤਾਂ ਨਮਕ ਦੀ ਭੰਡ, ਨਮਕ ਦੀ ਭੰਡ ਸਿਰ 'ਤੇ ਚੁੱਕੇ, ਇੱਕ ਚਟਾਈ ਥੱਲੇ ਵਿਛਾਉਣ ਵਾਲੀ। ਅਤੇ ਸਤਿਗੁਰੂ ਨਾਨਕ ਦੇਵ ਪੁੱਛਦੇ ਨੇ, ਕਹਿੰਦੇ ਲੈਣੇ ਆ ਆਇਆ, ਚਟਾਈ ਚੁੱਕੀ ਆਇਆ, ਤੈਨੂੰ ਸੌਣ ਲਈ ਇੱਥੇ ਕੁਛ ਨਾ ਦਿੰਦੇ, ਆ ਨਮਕ ਲੈ ਆਇਆ, ਨਮਕ ਇੱਥੇ ਨਹੀਂ ਮਿਲਦਾ। ਕਹਿਣ ਲੱਗਾ ਜੀ ਇਹ ਤਾਂ ਦੋ ਯਾਦਾਂ ਲੈ ਕੇ ਆਇਆ, ਨਮਕ ਪਾਣੀ 'ਚ ਪਾ ਦਿਓ ਅਤੇ ਪਾਣੀ ਦਾ ਰੂਪ ਹੋ ਜਾਂਦਾ ਹੈ, ਮੈਨੂੰ ਯਾਦ ਕਰਾਏਗਾ, ਮੈਂ ਗੁਰੂ ਨਾਲੋਂ ਵੱਖ ਨਹੀਂ ਰਹਿਣਾ, ਮੈਂ ਗੁਰੂ ਦੇ ਵਿੱਚ ਸਮਾ ਜਾਣਾ, ਮੈਂ ਗੁਰੂ ਦੇ ਵਿੱਚ ਲੀਨ ਹੋਣਾ। ਜਿਵੇਂ ਨਮਕ ਲੀਨ ਹੁੰਦਾ, ਮੈਂ ਤਾਂ ਗੁਰੂ ਵਿੱਚ ਲੀਨ ਹੋਣ ਵਾਸਤੇ ਆਇਆ। ਚਟਾਈ ਇੱਕ ਯਾਦ ਕਰਾਏਗੀ, ਮੈਂ ਨੱਸਣਾ ਨਹੀਂ ਜਾਣਾ ਨਹੀਂ, ਮੈਂ ਟਿਕਣ ਵਾਸਤੇ ਆਇਆ, ਮੈਂ ਗੁਰੂ ਦਰ ਟਿਕਣਾ। ਗੁਰੂ ਦਰ ਆ ਕੇ ਘੁੱਟ ਕੇ ਕੰਮਾਂ ਕਰਨ ਵਾਲੇ ਹੋ, ਗ੍ਰਿਸਤੀ ਹੋ, ਜਾਣਾ ਹੈ, ਪਰ ਮਨ ਤੇ ਗੁਰੂ ਚਰਨਾਂ ਵਿੱਚ ਟਿਕਾ ਜਾਈਏ, ਮਨ ਇੱਥੇ ਟਿਕ ਜਾਏ ਔਰ ਲੀਨ ਹੋ ਜਾਈਏ। ਜਿਹੜਾ ਲੀਨ ਹੋ ਜਾਏਗਾ ਨਾ, ਉਸ ਦੀ ਇੱਕ ਨਿਸ਼ਾਨੀ ਹੈ, ਦੌੜ ਭੱਜ ਮੁੱਕ ਜਾਏਗੀ। ਪਾਈ ਲੈਣਾ ਲੀਨ ਹੋ ਗਿਆ ਇੰਜ, ਤੁਸੀਂ ਸੁਣ ਕੇ ਹੁਣ ਹੈਰਾਨ ਹੋਵੋਗੇ, ਜੋਤੀ ਜੋਤ ਐਵੇਂ ਨਹੀਂ ਸਮਾਇਆ ਜਾਂਦਾ। ਲੀਨ ਇੰਜ ਹੋ ਗਿਆ ਕਿ ਪਹਿਲੇ ਤਾਂ ਗੁਰੂ ਨਾਨਕ ਦੇਵ ਕੰਮ ਜ਼ੁਬਾਨ ਨਾਲ ਕਹਿੰਦੇ ਸਨ, ਇਹ ਕਰ, ਫਿਰ ਸਿਰਫ ਵੇਖਦੇ ਸਨ, ਵੇਖ ਦਿੰਦੇ ਸਨ ਅਤੇ ਭਾਈ ਲੈਣਾ ਉੱਠ ਕੇ ਤੁਰ ਜਾਂਦਾ ਸੀ ਕੰਮ ਕਰ, ਫਿਰ ਵੇਖਦੇ ਵੀ ਨਹੀਂ ਸਨ, ਅੰਦਰੋਂ ਧਿਆਨ ਨਾਲ ਗੱਲਾਂ ਹੁੰਦੀਆਂ ਸਨ। ਇਹ ਸਾਧੂ ਅਜੇ ਵੀ ਮੌਜੂਦ ਨੇ, ਮੈਂ ਹੈਰਾਨ ਹੋਇਆ, ਕੋਲ ਬੈਠੇ ਹਾਂ, ਇੱਕ ਨੇ ਮੈਨੂੰ ਕਿਹਾ ਜਪਾਨ ਵਿੱਚ ਗੁਰੂ ਦਾ ਮੈਸੇਜ ਸੰਦੇਸ਼ਾ ਆਇਆ, ਮੈਂ ਕੰਮ ਕਰ ਰਹਾ ਵਾਂ, ਮੈਂ ਕਿਹਾ ਕਿਵੇਂ, ਕੋਈ ਫੋਨ 'ਤੇ ਆਇਆ? ਕਹਿਣ ਲੱਗਾ ਨਹੀਂ, ਸਾਡੇ ਦਿਲ ਦੇ ਰਾਹੀਂ ਆਉਂਦੇ ਨੇ, ਦਿਲ ਦੇ ਰਾਹੀਂ ਆਉਂਦੇ ਨੇ, ਅਭਿਆਸ ਥੋੜ੍ਹਾ ਕਰੋ, ਬੈਠੋ, ਐਸਾ ਹੁੰਦਾ, ਸ਼ੁਰੂ ਕਿੱਥੋਂ ਹੋਵੇ। ਕੁਛ ਸਾਧੂਆਂ ਦੀਆਂ ਤੁਹਾਨੂੰ ਗੱਲਾਂ ਸੁਣਾ ਦਿਆਂ, ਮਹਾਂਪੁਰਖਾਂ ਦੇ ਇਸ ਅਸਥਾਨ 'ਤੇ ਬੈਠੇ ਹਾਂ, ਸੇਵਾ ਪੰਥੀਆਂ 'ਚੋਂ ਇੱਕ ਹੋਏ ਨੇ ਭਾਈ ਦਰਬਾਰੀ ਜੀ, ਇਹ ਧਰਮਸ਼ਾਲਾ ਸੀ ਇਹਨਾਂ ਦੀ ਫਗਵਾੜੇ ਵਿੱਚ। ਭਾਈ ਮੂਲਾ ਜੀ ਕੜਾਹ ਪ੍ਰਸ਼ਾਦ ਸਜਾਉਂਦੇ ਸਾਂ, ਅੱਜ ਤਾਂ ਸਮਝਣੇ ਆ ਨਾ, ਸੇਵਾਦਾਰਾਂ ਦਾ ਕੰਮ ਹੈ। ਹੁਣ ਕਿਤੇ ਆਖਿਆ ਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ, ਤੂੰ ਕੜਾਹ ਪ੍ਰਸ਼ਾਦ ਸਜਾ, ਉਹਨਾਂ ਕਹਿਣਾ ਸੇਵਾਦਾਰ ਕਿਸ ਲਈ ਰੱਖੇ? ਅਸੀਂ ਸਮਝਦੇ ਹਾਂ ਵੀ ਸੇਵਾਦਾਰਾਂ ਦਾ ਕੰਮ ਹੈ। ਪਹਿਲੇ ਵੱਡੇ ਵੱਡੇ ਮਹਾਂਪੁਰਖ ਜਿਹੜੇ ਸਨ, ਕੜਾਹ ਪ੍ਰਸ਼ਾਦ ਆਪ ਸਜਾਉਂਦੇ ਸਨ। ਕੁਛ ਐਸੇ ਸਨ, ਮੈਂ ਉਹਨਾਂ ਦਾ ਇਤਿਹਾਸ ਪੜ੍ਹਿਆ, ਉਹ ਸਵੇਰੇ ਚੱਕੀ ਵੀ ਪੀ ਕੇ ਆਟਾ ਪ੍ਰਸ਼ਾਦ ਲਈ ਆਪ ਤਿਆਰ ਕਰਦੇ ਸਨ, ਉਸੇ ਦਾ ਪ੍ਰਸ਼ਾਦ ਬਣਾਉਣਾ। ਹੁਣ ਉਹ ਆਟਾ ਪਾ ਗਿਆ ਕਿ ਉਹ 'ਚ ਤਾਂ ਦੌੜ ਕੇ ਕੋਈ ਚੀਜ਼ ਲੈਣ ਗਿਆ। ਅੱਗੋਂ ਭਾਈ ਦਰਬਾਰੀ ਜੀ ਕਹਿੰਦੇ ਨੇ, ਭਾਈ ਮੂਲਾ ਜੀ ਸਾਧੂ ਇੰਝ ਦੌੜਦਾ ਚੰਗਾ ਲੱਗਦਾ, ਆਰਾਮ ਨਾਲ ਤੁਰੋ। ਆਰਾਮ ਨਾਲ ਤੁਰੇ ਅਤੇ ਆਟੇ ਦੀ ਤਾਂ ਧੂੰਆਂ ਨਿਕਲ ਗਿਆ, ਉਹ ਸੜ ਗਿਆ। ਅੱਗ ਬਲਦੀ ਪਈ ਸੀ, ਉਹਨੂੰ ਕਹਿਣ ਲੱਗੇ ਆਟਾ ਕਿਉਂ ਸਾੜਿਆ? ਹੱਥ ਜੋੜ ਕੇ ਕਹਿਣ ਲੱਗਾ, ਜੀ ਬੜੀ ਭੁੱਲ ਹੋ ਗਈ, ਇਹ ਨਹੀਂ ਆਖਿਆ ਕਿ ਤੁਹਾਡੀ ਕਿਰਪਾ ਨਾਲ ਸੜਿਆ, ਮੈਂ ਤਾਂ ਭੱਜ ਕੇ ਆ ਜਾਣਾ ਸੀ, ਤੁਸੀਂ ਰੋਕੇ ਆ। ਪਰ ਨਹੀਂ, ਕਹਿਣ ਲੱਗੇ ਭੁੱਲ ਹੋ ਗਈ। ਜਦੋਂ ਕਿਹਾ ਨਾ ਭੁੱਲ ਹੋ ਗਈ, ਵੇਖੇ ਅੰਦਰੋਂ ਵੀ ਅੰਦਰੋਂ ਕੋਈ ਚਤਰਾਈ ਨਹੀਂ, ਸੱਚ ਹੀ ਕਹਿ ਰਿਹਾ ਭੁੱਲ ਹੋ ਗਏ। ਕਹਿਣ ਲੱਗੇ ਲੋਕ ਆਟੇ ਬਚਾ ਲੈਂਦੇ ਨੇ, ਅੰਦਰੋਂ ਆਤਮਾ ਸੜ ਜਾਂਦੀ ਹੈ। ਭਾਈ ਮੋਲਿਆ, ਤੂੰ ਆਟਾ ਸਾੜਿਆ ਪਰ ਅੰਦਰੋਂ ਬਚ ਗਏ, ਅੰਦਰੋਂ ਜੋਤੀ ਜੋਤ ਸਮਾ ਜਾਏਗਾ, ਰੱਬ 'ਚ ਰਲ ਜਾਏਗਾ। ਮਾਰਗ ਇਹੋ ਹੀ ਹੈ, ਸੱਤ ਪੁਰਸ਼ ਸੰਤੋਖੀ। ਔਰ ਵੱਡੀ ਗੱਲ, ਮਹਾਂਪੁਰਖ ਦੀ ਨਿਸ਼ਾਨੀ ਮੈਂ ਕੀ ਸਮਝਣਾ, ਹਰ ਨਗਰ ਵਿੱਚ ਚੋਰ ਤਾਂ ਮਿਲ ਜਾਣਗੇ, ਮੈਨੂੰ ਖਿਮਾ ਕਰਨਾ, ਸ਼ਰਾਬੀ ਮਿਲ ਜਾਣਗੇ, ਅਮਲੀ ਮਿਲ ਜਾਣਗੇ, ਲੇਕਿਨ ਸੰਤ ਹਰ ਨਗਰ ਵਿੱਚ ਨਹੀਂ ਲੱਭਦਾ।
ਸਾਧੂ ਹਰ ਨਗਰ ਵਿੱਚ ਨਹੀਂ ਹੁੰਦਾ, ਸੱਚਾ ਸਾਧੂ ਜਿਸ ਨਗਰ ਵਿੱਚ ਹੋਵੇ ਉਹਦੀਆਂ ਨਿਸ਼ਾਨੀਆਂ ਨੇ, ਉੱਥੇ ਵਕਾਰਮੰਦ ਹੋ ਜਾਣਗੇ, ਉੱਥੇ ਆਨੰਦ ਹੀ ਆਨੰਦ ਵਰਤੇਗਾ, ਉੱਥੇ ਪਿਆਰ ਲੋਕਾਂ ਦਾ ਜ਼ਿਆਦਾ ਹੋ ਜਾਏਗਾ, ਵਕਾਰ ਚੁੱਕ ਜਾਣਗੇ, ਝਗੜੇ ਮੁੱਕ ਜਾਣਗੇ, ਉਹ ਸਾਧੂ ਦਾ ਪ੍ਰਭਾਵ ਹੁੰਦਾ। ਸਾਧੂ ਜਿੱਥੇ ਜਾ ਕੇ ਬੈਠ ਗਏ ਉਹ ਧਰਤੀ ਭਾਗਾਂ ਵਾਲੀ ਹੋ ਗਈ। ਸਤਿਪੁਰਸ਼ਾਂ ਇਹ ਕਿਹਾ ਜਿਸ ਧਰਤੀ 'ਚੋਂ ਸੋਨਾ ਨਿਕਲਦਾ ਅਸੀਂ ਉਸਨੂੰ ਕੀਮਤੀ ਨਹੀਂ ਕਹਿੰਦੇ। ਜਿਹੜੇ ਧਰਤੀ ਸੋਨੇ ਵਰਗਾ ਅਨਾਜ ਪੈਦਾ ਕਰੇ, ਚੰਗੀ ਧਰਤੀ ਚਾਹੀਦੀ ਹੈ, ਦੁਨੀਆ ਤਾਂ ਖਾਏ, ਉਹਦੇ ਨਾਲੋਂ ਵੀ ਧਰਤੀ ਭਾਗਾਂ ਵਾਲੀ ਹੈ ਜਿੱਥੇ ਸਾਧੂ ਬੈਠਾ ਹੋਵੇ। ਜਿੱਥੇ ਬੈਠਣ ਸੰਤ ਜਨ ਸੋ ਥਾਣ ਸੋਹੰਦਾ, ਉਹ ਸੇਵਨ ਸਮਰਥ ਆਪਣਾ ਬਿਨਸੇ ਸਭ ਮੰਦਾ, ਉਹ ਆਪਣੇ ਸਮਰਥ ਪ੍ਰਭੂ ਨੂੰ ਸੇਵਦੇ ਨੇ, ਸਮਰੱਥ ਪ੍ਰਭੂ ਨੂੰ ਧਿਆਉਂਦੇ ਨੇ, ਜੀਵਨ ਵਿੱਚੋਂ ਬੁਰਿਆਈਆਂ ਮੁੱਕ ਜਾਂਦੀਆਂ ਨੇ। ਤੁਸੀਂ ਆਪਣੇ ਇਤਿਹਾਸ ਨੂੰ ਪੜ੍ਹੋ, ਬਾਣੀ ਪੜ੍ਹੋ, ਇਹ ਗੱਲਾਂ ਸਾਹਮਣੇ ਆਉਣਗੀਆਂ। ਗੁਰੂ ਸਾਹਿਬ ਕਹਿੰਦੇ ਨੇ ਮੈਂ ਐਸਾ ਹਿਰਦਾ ਲੱਭਦਾ ਫਿਰਨਾ ਜਿੱਥੋਂ ਰੱਬ ਕਦੀ ਵੀ ਨਾ ਭੁੱਲਿਆ ਹੋਵੇ। ਉਹ ਜਿੱਥੇ ਬੈਠੇਗਾ ਉਹ ਧਰਤੀ ਪਵਿੱਤਰ ਹੋ ਜਾਵੇਗੀ। ਵਿਸਰੈ ਨਾਹੀ ਜਿੱਤ ਤੋਂ ਕਬਹੋਂ ਸੋ ਥਾਣ ਤੇਰਾ ਕਿਹਾ, ਆਠ ਪੈਰ ਜਿੱਤ ਦਿਆਈ ਸੋ ਨਿਰਮਲ ਹੋਵੇ ਦੇਹਾ। ਤੁਹਾਡਾ ਇਤਿਹਾਸ ਹੀਰਿਆਂ ਪੰਨਿਆਂ ਤੋਂ ਅਮੁੱਲ ਹੈ, ਔਰ ਪੰਥ ਦਾ ਖਜ਼ਾਨਾ ਹੀਰਿਆਂ ਨਾਲ ਭਰਿਆ ਪਿਆ, ਸ਼ੁਰੂ ਇੱਥੋਂ ਹੁੰਦਾ। ਜਿਨ੍ਹਾਂ ਨਾਮ ਜਪਿਆ, ਇਹ ਬਚਨ ਵੱਲ ਮੈਂ ਖਾਸ ਤੁਹਾਡਾ ਧਿਆਨ ਦਵਾ ਰਿਹਾ, ਧਿਆਨ ਦੇਣਾ। ਜਿਨ੍ਹਾਂ ਨਾਮ ਜਪਿਆ, ਪਰ ਨਾਮ ਇੱਕ ਬੰਦਾ ਨਾਮ 'ਤੇ ਜਪਦਾ ਰਿਹਾ, ਬਾਕੀ ਗੁਣ ਨਾ ਹੋਣ 'ਤੇ ਪ੍ਰਵਾਨ ਨਹੀਂ। ਜਿਨ੍ਹਾਂ ਨਾਮ ਜਪਿਆ, ਨਾਲ ਕਿਹਾ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਵੇਖ ਕੇ ਅੰਡਿੱਠ ਕੀਤਾ, ਫਿਰ ਇੱਕ ਇੱਕ ਵਿਅਕਤੀ ਦੀ ਨਿਰੀ ਪੂਜਾ ਨਹੀਂ ਕਿਹਾ, ਗੱਲ ਬੰਦੇ ਦੀ ਪੂਜਾ ਦੀ ਨਹੀਂ, ਕੁਛ ਲੈਣ ਦੀ ਗੱਲ ਹੈ। ਉਹ ਕੀ? ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਸੱਚ ਤਾਂ ਹੈ ਕਿ ਸਾਧੂ ਨੂੰ ਮਿਲਣ ਆਇਆ ਬੰਦਾ ਆਪਣੇ ਦੁੱਖ ਲੈ ਕੇ, ਪਰ ਜਾਣ ਲੱਗਾ ਆਨੰਦ ਹੋ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਜਾਏ ਅਤੇ ਸਾਧੂ ਨੂੰ ਮਿਲ ਕੇ ਆਏ। ਆਇਆ ਸੀ ਕੋ ਵੈਰ ਲੈ ਕੇ, ਲੇਕਿਨ ਜਾਣ ਲੱਗਿਆਂ ਪ੍ਰੇਮ ਲੈ ਕੇ ਗਿਆ। ਮੈਂ ਇੱਕ ਇਤਿਹਾਸਕ ਘਟਨਾ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਇਹ ਹਰ ਨਗਰ ਵਿੱਚ ਇਹ ਵਰਤਾਰਾ ਵਰਤਣਾ ਚਾਹੀਦਾ। ਕਰਤਾਰਪੁਰ ਸੁਣ ਸਤਿਗੁਰੂ, ਬਾਬਾ ਆਇਆ ਕਰਤਾਰਪੁਰ, ਭੇਖਿਓ ਉਦਾਸੀ ਸਗਲਿਓ ਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਅਵਤਾਰ। ਸਾਧੂਆਂ ਤਾਂ ਹੀ ਤਰਕ ਕੀਤਾ ਸੀ, ਸਾਧੂ ਮੰਜੀ 'ਤੇ ਨਹੀਂ ਸੀ ਬੈਠਦਾ, ਮੰਜੀ 'ਤੇ ਬੈਠ ਕੇ ਉਪਦੇਸ਼ ਕਰਨ ਲੱਗ ਪਏ। ਇੱਕ ਦਿਨ ਜਾ ਰਹੇ ਸਨ ਅਤੇ ਭਾਈ ਮਰਦਾਨੇ ਦੀ ਨਜ਼ਰ ਪਈ, ਕਹਿਣ ਲੱਗਾ ਪਾਤਸ਼ਾਹ ਕਮਾਲ ਗੱਲ ਹੈ ਵੇਖਿਆ ਜੇ। ਕਹਿਣ ਲੱਗੇ ਕੀ ਮਰਦਾਨੇ ਆ? ਕਹਿਣ ਲੱਗਾ ਦਿਨ ਦਿਹਾੜੇ ਚੋਰੀ ਹੋ ਰਹੀ ਹੈ, ਆ ਮੈਂ ਅੱਖਾਂ ਨਾਲ ਵੇਖਣਾ, ਇੱਕ ਸੱਜਣ ਬੋਰੀਆਂ ਭਰ ਭਰ ਕੇ ਅਨਾਜ ਦੀਆਂ ਇੱਕ ਢੇਰ ਤੋਂ ਚੁੱਕ ਕੇ ਦੂਸਰੇ 'ਤੇ ਸੁੱਟਦਾ ਪਏ। ਕਹਿਣ ਲੱਗੇ ਇਹਨੂੰ ਬੁਲਾ ਲਿਆ, ਬੁਲਾਇਆ, ਕਹਿਣ ਲੱਗੇ ਚੋਰੀ ਕਰ ਰਹੇ ਹਾਂ। ਕਹਿਣ ਲੱਗਾ ਜੀ ਹੈ ਤਾਂ ਚੋਰੀ ਹੈ, ਪਰ ਸੁਣ ਕੇ ਤੁਸੀਂ ਜ਼ਰੂਰ ਖੁਸ਼ ਹੋਵੋਗੇ। ਕਹਿਣ ਲੱਗੇ ਚੋਰੀ ਸੁਣ ਕੇ ਔਰ ਮੈਂ ਖੁਸ਼ ਹੋਵਾਂਗਾ, ਬੜਾ ਭਲਾ ਕੰਮ ਹੈ, ਚੰਗਾ। ਕਹਿਣ ਲੱਗਾ ਸੁਣ ਤਾਂ ਲਓ, ਸੁਣਾ। ਕਹਿਣ ਲੱਗਾ ਜੀ ਜਿੱਥੋਂ ਚੁੱਕੀਆਂ ਨੇ ਨਾ ਬੋਰੀਆਂ, ਇਹ ਹੈ ਮੇਰਾ ਢੇਰ ਆਪਣਾ, ਅਤੇ ਜਿੱਥੇ ਸੁੱਟੀਆਂ ਨੇ ਉਹ ਮੇਰੇ ਭਰਾ ਦਾ। ਭਰਾ ਹੈ ਛੋਟਾ, ਅਤੇ ਮੈਂ ਸਮਝਿਆ ਇਹਦਾ ਕੰਮ ਦਾ ਤਜ਼ਰਬਾ ਨਹੀਂ, ਅਤੇ ਘਰ ਚਲੇਗਾ ਦਾਣੇ, ਫਿਰ ਇਮਦਾਦ ਕਰਨੀ ਮੁਸ਼ਕਲ ਹੋ ਜਾਏਗੀ, ਬਾਹਰੋਂ ਬਾਹਰ ਹੀ ਪਤਾ ਵੀ ਨਾ ਉਹਨੂੰ ਲੱਗੇ, ਅਤੇ ਭਰਾ ਦੀ ਇਮਦਾਦ ਕਰ ਜਾਵਾਂ। ਉਹ ਤਾਂ ਚਲਾ ਗਿਆ। ਸਤਿਗੁਰੂ ਇੱਥੇ ਹੀ ਸਾਨੂੰ ਦੂਸਰਾ ਆਇਆ ਜਿਹੜਾ ਛੋਟਾ ਸੀ, ਉਹਨੇ ਚੁੱਕੀ ਬੋਰੀ ਆਪਣੇ ਢੇਰ ਤੋਂ ਚੁੱਕ ਕੇ ਉਹਨੇ ਪੰਜ ਉੱਧਰ ਸੁੱਟ ਦਿੱਤੀਆਂ। ਸਤਿਗੁਰਾਂ ਨੂੰ ਵੀ ਬੁਲਾਇਆ, ਕਹਿਣ ਲੱਗਾ ਵੱਡਾ ਭਰਾ, ਇਹ ਬਾਲ ਬੱਚੇ ਜ਼ਿਆਦਾ ਨੇ, ਗ੍ਰਸਤੀ ਵੱਡੀ ਹੈ, ਮੇਰਾ ਤਾਂ ਇੰਨਾ ਖਰਚ ਨਹੀਂ, ਅਤੇ ਮੈਂ ਸੋਚਿਆ ਭਰਾ ਦੀ ਇਮਦਾਦ ਬਾਹਰੋਂ ਬਾਹਰ ਕਰ ਜਾਵਾਂ। ਕਹਿਣ ਲੱਗੇ ਮਰਦਾਨਿਆ ਘਟਿਆ ਕਿਸੇ ਦਾ ਕੁਛ ਵੀ ਨਹੀਂ, ਉੱਧਰੋਂ ਪੰਜ ਇੱਧਰ ਆਈਆਂ, ਇੱਧਰੋਂ ਪੰਜ ਬੋਰੀਆਂ ਉੱਧਰ ਗਈਆਂ, ਪਰ ਭਰਾਵਾਂ ਦਾ ਪਿਆਰ ਵਧਿਆ। ਕਹਿਣ ਲੱਗੇ ਤੁਹਾਡਾ ਪਿਆਰ ਮੁੱਢ ਤੋਂ ਇਸੇ ਤਰ੍ਹਾਂ? ਕਹਿਣ ਲੱਗੇ ਬਿਲਕੁਲ ਨਹੀਂ,
ਉਸੇ ਤਰ੍ਹਾਂ ਵੈਰ ਵਿਰੋਧ ਸਾਰਿਆਂ ਦੇ ਵੀ, ਅਸੀਂ ਕਈ ਚਿਰ ਨਹੀਂ ਸੀ ਬੋਲਦੇ। ਇਹ ਤੁਹਾਡੀ ਮਿਹਰ ਹੈ, ਤੁਸੀਂ ਇੱਥੇ ਆ ਕੇ ਡੇਰਾ ਲਾਇਆ, ਕੀਰਤਨ ਸ਼ੁਰੂ ਕੀਤਾ, ਬਾਣੀ ਅਸੀਂ ਸੁਣੀ ਅਤੇ ਸਾਨੂੰ ਧਿਆਨ ਆਇਆ ਕਿ ਗੁਰੂ ਜੋ ਕਹਿੰਦੇ ਨੇ ਅਸੀਂ ਤਾਂ ਉਸ ਤੋਂ ਉਲਟ ਕਰ ਰਹੇ ਹਾਂ। ਅਸੀਂ ਦੁਖੀ ਤਾਂ ਪਿਆਨਾਜ ਸਾਡਾ ਅਤੇ ਖਾ ਜਾਣ ਵਕੀਲ, ਬੜੀ ਮੁਸ਼ਕਿਲ ਨਾਲ ਖੂਨ ਪਸੀਨਾ ਕਰਕੇ ਬੜੀ ਮੁਸ਼ਕਿਲ ਨਾਲ ਅਤੇ ਦੇ ਆਉਂਦੇ ਹਾਂ ਜਾ ਕੇ ਲੋਕਾਂ ਨੂੰ, ਅਤੇ ਭਰਾ ਭਰਾ ਦੀ ਇਮਦਾਦ ਕਿਉਂ ਨਾ ਕਰੇ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆਂ ਹੋਰ ਰਸ ਨਾਲ ਕੀਰਤਨ ਕਰਿਆ ਕਰ। ਸਾਧੂ ਜਿਸ ਨਗਰ ਵਿੱਚ ਬੈਠੇ ਉਹ ਨਗਰ ਵਾਲਿਆਂ ਦਾ ਭਲਾ ਨਾ ਹੋਵੇ ਤਾਂ ਸਾਧੂ ਸਾਧੂ ਕੀ ਹੈ। ਉਸ ਨਗਰ ਦੀਆਂ ਬਿਮਾਰੀਆਂ ਮੁੱਕ ਜਾਣ, ਉਸ ਨਗਰ ਦੀਆਂ ਚੋਰੀਆਂ ਮੁੱਕ ਜਾਣ, ਉਸ ਨਗਰ ਦੇ ਵੈਰ ਵਿਰੋਧ ਮੁੱਕ ਜਾਣ। ਸਾਧੂ ਤਾਂ ਉਹ ਹੈ ਜਿਹੜਾ ਵਿਛੜਿਆਂ ਨੂੰ ਮਿਲ ਦੇਵੇ। ਬਾਣੀ 'ਚ ਵੀ ਐਸਾ ਕਿਹਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਟ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੇ। ਇੱਕ ਹੁਣ ਮੈਂ ਤੁਹਾਨੂੰ ਆਪਣੀ ਹੱਡਬੀਤੀ ਸੁਣਾਵਾਂ, ਜ਼ਿੰਦਗੀ 'ਚ ਹੋ ਸਕੇ ਸਾਰਿਆਂ ਨੇ ਇਸ ਤਰ੍ਹਾਂ ਜ਼ਰੂਰ ਕਰਨਾ। ਓਕੇ, ਅੱਜ ਤਾਂ 50 ਸਾਲ ਪਹਿਲੇ ਦੀ ਲਗਭਗ ਗੱਲ ਕਰ ਰਹੇ ਹਾਂ। ਇੱਕ ਸੱਜਣ ਆਇਆ, ਤੈਨੂੰ ਕਹਿੰਦਾ ਗਿਆਨੀ ਜੀ ਅਖੰਡ ਪਾਠ ਦੀ ਭੇਟਾ ਕੀ ਹੈ। ਬੜਾ ਸਸਤਾ ਯੁੱਗ ਸੀ ਉਸ ਵੇਲੇ ਵੀ, ਕਹਿੰਦੇ ਸਾਂ ਮੰਗਾਈ 10-10 ਤੰਬੜੇ ਪਾਠੀਆਂ ਨੂੰ ਮਿਲਦੇ ਸੀ, ਅਤੇ 10-10 ਨੋਟ ਬੱਚਾ ਵੀ ਲੈਣ ਲਈ ਤਿਆਰ ਨਹੀਂ। 10-10 ਪਾਠੀਆਂ ਨੂੰ ਮਿਲਣੀਆਂ ਅਤੇ 50 ਕਮੇਟੀ ਨੇ ਲੈ ਲੈਣੇ। ਮੈਨੂੰ ਕਿਹਾ 50 ਕਮੇਟੀ ਦਾ, ਉਹ ਕਹਿਣ ਲੱਗਾ ਜੀ ਕਮੇਟੀ ਦੇ ਤਾਂ ਕਮੇਟੀ ਨੂੰ ਦਿਆਂਗਾ, ਮੈਂ ਪਾਠੀਆਂ ਨੂੰ ਦਿਆਂਗਾ 100-100 ਰੁਪਈਆ, ਅਤੇ ਤੁਹਾਡੀ ਵੀ ਸੇਵਾ ਕਰਾਂਗਾ, ਇਸ਼ਨਾਨ ਪਾਣੀ ਜ਼ਰਾ ਇਹਨਾਂ ਨੂੰ ਦਹੀਂ ਨਾਲ ਕਰਾਉਣਾ। ਅਤੇ ਮੈਂ ਉਹਨੂੰ ਪੁੱਛਿਆ ਵੀ ਇਹਨਾਂ ਸਪੈਸ਼ਲ ਕਰਨਾ ਕੀ ਹੈ, ਕਹਿਣ ਲੱਗਾ ਝਗੜਾ ਪਲਾਟ ਦਾ ਅਤੇ ਮੇਰੇ ਹੱਕ 'ਚ ਹੀ ਹੋਣਾ ਚਾਹੀਦਾ, ਬਸ ਗੱਲ ਇੰਨੀ ਕੁ ਹੈ। ਕਿਹਾ ਠੀਕ ਹੈ, ਪਤਾ ਤਾਂ ਲੱਗਾ ਉਹ ਸਿਆਸਲ ਵਿੱਚ ਝਗੜਾ ਸੀ ਭਰਾਵਾਂ ਭਰਾਵਾਂ ਦਾ, ਉਹ ਦੂਸਰਾ ਵੀ ਆ ਪਹੁੰਚਿਆ, ਉਹਨੂੰ ਪਤਾ ਲੱਗਾ ਉਹ ਵੀ ਮੇਰੇ ਕੋਲ। ਗਿਆਨੀ ਜੀ ਪਾਠ ਦੀ ਭੇਟਾ, ਮੈਂ ਉਹਨੂੰ ਦੱਸਿਆ, ਕਹਿਣ ਲੱਗਾ 200-200 ਇੱਕ ਇੱਕ ਪਾਠੀ ਨੂੰ ਦਿਆਂਗਾ, ਸੇਵਾ ਕਰਾਂਗਾ ਕਮੇਟੀ ਨੂੰ, ਝਗੜਾ ਮੇਰੇ ਹੱਕ 'ਚ ਹੋਣਾ ਚਾਹੀਦਾ। ਮੈਂ ਸਤਿਗੁਰਾਂ ਦੇ ਕੋਲ ਗਿਆ, ਉਹਨੂੰ ਫੜੇ ਅੱਬਾਂ, ਮੈਂ ਕਿਉਂ ਪਾਤਸ਼ਾਹ 100-100 ਵਾਲੇ ਵੱਲ ਜਾਈਏ ਕਿ 200-200 ਵਾਲੇ ਵੱਲ, ਕੀ ਕਰੀਏ ਤੁਸੀਂ ਸਮਝਾਓ। ਹੁਣ ਮੈਂ ਕਿਹਾ ਮੇਰੇ ਵੀਰ, ਇਹ ਜਿਹੜੇ ਘਰ ਘਰ ਕਲੇਸ਼ ਪਏ ਨੇ ਗੁਰੂ ਨੂੰ ਨਾ ਇਹਦੇ ਵਿੱਚ ਖਿੱਚੋ, ਪਾਠ ਤੁਹਾਡਾ ਜ਼ਰੂਰ ਕਰਾਂਗੇ, ਇੱਕ ਪੈਸਾ ਨਹੀਂ ਲੱਗੇਗਾ, ਮੈਂ ਵੀ ਵਾਰੀ ਫਰੀ ਲਵਾਂਗਾ। ਦੋਵੇਂ ਭਰਾ ਦੁਆਦਾ ਕਰ ਲਓ ਵਾਸਤਾ ਜੇ ਗੁਰੂ ਦਾ, ਇਹ ਗੁਰੂ ਨੂੰ ਉੱਥੇ ਤੱਕ ਨਾ ਲਿਜਾਓ। ਬੰਦੇ ਦੇ ਪਾਪਾਂ ਨੇ ਕੀ ਕੀਤਾ, ਪੋਥੀਆਂ ਕਚਹਿਰੀ 'ਚ ਪਹੁੰਚ ਗਈਆਂ ਹੱਦ ਹੋ ਕੇ। ਉਹ ਕਹਿੰਦੇ ਨੇ ਨਾ ਪੋਥੀ ਨੂੰ ਹੱਥ ਲਾ, ਅਤੇ ਹੱਥ ਲਾ ਕੇ ਕਹਿੰਦਾ ਜੋ ਕਹਾਂਗਾ ਸੱਚ ਕਹਾਂਗਾ, ਸੱਚ ਦੇ ਸਿਵਾ ਕੁਛ ਨਹੀਂ ਕਹਿ। ਔਰ 100% ਹੀ ਝੂਠ ਲੋਕ ਬੋਲਦੇ ਨੇ ਪੋਥੀ ਨੂੰ ਹੱਥ ਲਾ ਕੇ। ਪੋਥੀਆਂ ਵਿਚਾਰੀਆਂ ਨੇ ਕੀ ਵਿਗਾੜਿਆ। ਬੰਦਿਆ ਤੇਰੇ ਵੱਸ ਲੱਗੇ ਨਾ, ਇੱਕ ਸਿਆਣੇ ਨੇ ਕਿਹਾ ਸੀ ਇਹ ਤਾਂ ਸਭ ਕੁਝ ਵੇਚਦਾ, ਬੰਦਾ ਤਾਂ ਰੱਬ ਨੂੰ ਵੀ ਵੇਚਦੇ ਪਏ। ਖੁਦਾਇਆ ਹਫਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਹੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ, ਰੱਬ ਨੂੰ ਵੀ ਵੇਚਣ ਤੋਂ ਫਰ। ਉਹ ਦਿਨ ਮੇਰੀ ਜ਼ਿੰਦਗੀ ਦਾ ਬੜਾ ਕਮਾਲ ਸੀ, ਮੈਂ ਨਾ ਆਨੰਦਿਤ ਅਤੇ ਪ੍ਰਸੰਨ ਹੋਇਆ, ਸਤਿਗੁਰੂ ਦਾ ਧੰਨਵਾਦ ਕਰਦਾ, ਸਿਰ ਨਾ ਚੁੱਕਾਂ, ਉਹਨਾਂ ਅੱਧਾ ਅੱਧਾ ਕਰ ਲਿਆ। ਔਰ ਉਹਨਾਂ ਨੇ ਅਖੰਡ ਪਾਠ ਹੋਇਆ ਕੀਤਾ, ਪਰ ਦੋਵਾਂ ਭਰਾਵਾਂ ਰਲ ਕੇ ਕੀਤਾ। ਮੈਂ ਕਿਹਾ ਮੈਂ ਤਾਂ ਐਵੇਂ ਬਹਾਨਾ, ਤੁਹਾਨੂੰ ਮਿਲਿਆ ਗੁਰੂ ਨੇ ਅਤੇ ਹੁਣ ਵਿਛੜਿਓ ਨਾ, ਹੁਣ ਭਰਾ ਭਰਾ ਬਣ ਕੇ ਹੀ ਰਹੇ ਹੋ। ਗੁਰੂ ਨੇ ਤੁਹਾਨੂੰ ਸਾਰਿਆਂ ਨੂੰ ਮਿਲਿਆ ਸੀ, ਕਿਹਾ ਸੀ ਉਹ ਤਾਂ ਭਰਾ ਨਹੀਂ, ਤੁਸੀਂ ਸਾਰੇ ਹੀ ਭਰਾ ਹੋ। ਹੋਏ 71 ਮਿਲੋ ਮੇਰੇ ਭਾਈ, ਆਪਣੇ ਭਰਾ ਆਖਿਆ, ਤੁਸੀਂ ਭਰਾ ਮੇਰੇ ਭਰਾ ਹੋ। ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾ, ਇਹਨੂੰ ਸੁੱਟ ਦਿਓ ਪਰਾਂ, ਬਾਹਰ ਫੈਂਕ ਆਓ। ਸਾਧ ਸੰਗ ਚਿੰਤ ਵਰਾਨੀ ਛਾਡੀ, ਅਹੋਂ ਬੁੱਧ ਮੋਹ ਮਨ ਬਾਸਨ ਦੇ ਕਰ ਗੱਢਾ ਗਾਡੀ, ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬੈਰਾਏ। ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੋਈ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜੇ ਅਸੀਂ ਇੰਝ ਪ੍ਰਤੀਤ ਕੀਤਾ, ਜਿਹੜਾ ਮੇਰੇ ਅੱਗੇ ਬੈਠਾ ਵੀ ਗੁਰੂ ਦਾ ਰੂਪ, ਸਾਈਡ 'ਤੇ ਜਿਹੜਾ ਸਿੱਖ ਬੈਠਾ ਵੀ ਗੁਰੂ ਦਾ ਰੂਪ, ਜਿਹੜਾ ਪਿੱਛੇ ਬੈਠਾ ਉਹ ਵੀ ਗੁਰੂ ਦਾ ਰੂਪ, ਇਸੇ ਤਰ੍ਹਾਂ ਬੀਬੀਆਂ ਮਹਿਸੂਸ ਕਰਨ, ਅੱਗੇ ਵੀ ਰੱਬ ਦਾ ਰੂਪ, ਪਿੱਛੇ ਵੀ ਰੱਬ ਦਾ, ਸਾਰੇ ਜੇ ਰੱਬ ਰੂਪ ਨੇ
ਤੁਹਾਨੂੰ ਉਹ ਜੋਤ ਨਜ਼ਰ ਆ ਜਾਏਗੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਨਾਲ ਜੋਤ ਦਾ ਨਾਤਾ ਬਣਾਉਣਾ ਜਾਤ ਦਾ ਨਹੀਂ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕਨ ਅੰਨ। ਪੂਰਨ ਪ੍ਰੇਮ ਪ੍ਰਤੀਤ ਸਜੇ ਬਰਤ, ਗੁਰਮੜੀ ਮਠ ਫੂਲ ਨਾ ਮਨ। ਜੇ ਕਰੇ ਅਸੀਂ ਜੋਤ ਹੋ ਜਾਈਏ, ਇਹ ਜਾਤਾਂ ਇਹ ਝਗੜੇ ਸਾਰੇ ਮਾਇਆ ਦੇ ਸਰੀਰ ਤੱਕ ਨੇ। ਪਤਾ ਲੱਗ ਜਾ ਨਾ ਬੰਦੇ ਨੂੰ ਸਵੇਰੇ ਮਰ ਜਾਣ, ਅਤੇ ਹੁਣ ਤੋਂ ਲੈ ਕੇ ਇਹ ਸਾਰੇ ਰਸ ਫਿੱਕੇ ਪੈ ਜਾਣਗੇ ਅਤੇ ਤੁਰਤੇ ਜਾਣਾ। ਹਮ ਆਦਮੀ ਹਾਂ ਇੱਕਦਮ ਹੀ, ਮੋਹਤ ਮੋਹਤ ਨਾ ਜਾਣਾ। ਨਾਨਕ ਬਿਨ ਮੈਂ ਤਿਸੇ ਸਰੇ ਵੋ, ਜਾਂਕੇ ਜੀ ਪੁਰਾਣਾ, ਅੰਧੇ ਜੀਵਨਾ ਵਿਚਾਰ, ਦੇਖ ਕੇ ਤੇ ਕਹਿ ਦੇਣਾ। ਫਿਰ ਬੰਦੇ ਨੂੰ ਜੋਤ ਨਜ਼ਰ ਆਏਗੀ, ਪਰਮਾਤਮਾ ਦੀ ਜੋਤ ਵਿੱਚ ਜੋਤ ਲੀਨ ਹੋ ਜਾਏਗੀ, ਜੀਵੇਗਾ ਇੰਝ ਜਿਵੇਂ ਪਰਮਾਤਮਾ। ਸਾਨੂੰ ਕਹਿਣਾ ਪਿਆ ਇਹ ਬੰਦਾ ਤੇ ਰੱਬ ਦਾ ਰੂਪ ਹੈ, ਇਹ ਬੰਦਾ ਤੇ ਪਰਮਾਤਮਾ ਦਾ ਰੂਪ ਹੈ, ਇਹ ਤੇ ਨੰਕਾਰ ਦਾ ਰੂਪ ਹੈ। ਪੰਜ ਸੱਤ ਮਿੰਟ ਵਿੱਚ ਇੱਕ ਬੇਨਤੀ ਕਰਕੇ ਮੈਂ ਆਪਾਂ ਸੌਖੇਮਾ ਚਾਹਾਂਗਾ। ਕਬੀਰ ਸਾਹਿਬ ਬੜਾ ਸੁੰਦਰ ਬਚਨ ਕਹਿੰਦੇ ਨੇ ਕਿ ਪੁੱਛਿਆ ਗਿਆ ਇਹ ਧਰਤੀ ਕਿਸ ਦੀ ਹੈ, ਸਾਰੀ ਧਰਤੀ ਕਿਸ ਦੀ ਹੈ। ਉਹ ਕਹਿੰਦੇ ਨੇ ਧਰਤੀ ਸਾਧੂਆਂ ਦੀ ਹੈ। ਕਮਾਲ ਗੱਲ ਕਹੀ ਉਹਨਾਂ, ਕਹਿੰਦੇ ਨੇ ਚੋਰ ਮਲ ਕੇ ਬੈਠ ਜਾਣ ਵੱਖਰੀ ਗੱਲ ਹੈ, ਕਬੀਰ ਧਰਤੀ ਸਾਧ ਕੀ ਤਸਕਰ ਬੈਸੇਗਾ। ਪਰ ਵਿਚਾਰ ਕੈਸਾ ਮਿਲਦਾ, ਗੁਰੂ ਨਾਨਕ ਦੇਵ ਵੀ ਕਹਿੰਦੇ ਨੇ, ਉਹ ਕਹਿੰਦੇ ਨੇ ਗੁਰਮੁਖ ਧਰਤੀ ਸਾਚੇ ਸਾਜੀ, ਗੁਰਮੁਖ ਬਣਨ ਵਾਸਤੇ ਧਰਤੀ ਸਾਜੀ, ਇਹ ਧਰਮਸਾਲ ਹੈ, ਇੱਥੇ ਆ ਕੇ ਬੰਦਾ ਧਰਮ ਸਿੱਖੇ, ਧਰਮ ਕਮਾਏ। ਹੁਣ ਮੈਂ ਜਿਹੜੀ ਬੇਨਤੀ ਕਰਨ ਲੱਗਾ, ਸਾਨੂੰ ਸਾਰਿਆਂ ਨੂੰ ਚੁਕੰਨੇ ਕਰੇਗੇ। ਕਈ ਵਾਰੀ ਐਸਾ ਹੁੰਦਾ ਬੰਦੇ ਦਾ ਮਨ ਥੋੜ੍ਹਾ ਜਿਹਾ ਭਿੱਜਦਾ ਤਾਂ ਹੈ, ਸੰਗਤ ਵਿੱਚ ਆ ਕੇ ਚਾਹੁੰਦਾ ਅੱਜ ਤੋਂ ਮੈਂ ਵੀ ਸੰਤੀ ਬਣ ਜਾਣ, ਮੈਂ ਵੀ ਹੁਣ ਰੱਬ ਰੂਪ ਹੀ ਹੋ ਜਾਣਾ। ਪਰ ਹਾਲਤ ਇਹਦੀ ਉਹ ਕੱਪੜੇ ਵਾਲੀ ਭਿੱਜ ਗਏ ਆ, ਅਤੇ ਜ਼ਰਾ ਸੁੱਕਣੇ ਪਾਇਆ ਫਿਰ ਉਹ ਜਿਹਾ ਹੋ ਗਏ। ਇੱਥੋਂ ਬਾਹਰ ਨਿਕਲਦੇ ਹਾਂ, ਮੈਂ ਬੇਨਤੀ ਕਰਾਂ ਜੋ ਇਕੱਠਾ ਕੀਤਾ ਜੇ ਇਹਨੂੰ ਸਾਂਭ ਕੇ ਲੈ ਜਾਓ, ਇਹ ਰਸ ਬਣਿਆ ਰਹੇ, ਇਹ ਰਸ ਟੁੱਟੇ ਨਾ। ਛੋਟੀ ਜਿਹੀ ਕਥਾ ਇਸ ਨਾਲ ਹੀ ਸਮਾਪਤੀ। ਇੱਕ ਮੁਸੱਵਰ, ਇੱਕ ਚਿੱਤਰਕਾਰ ਨੇ ਮਨ 'ਚ ਧਿਆਨ ਆਇਆ, ਚਿੱਤਰ ਮੈਂ ਬਹੁਤ ਬਣਾਏ, ਕਦੀ ਰੱਬ ਦਾ ਬਣਾਵਾਂ ਨਾ। ਅਤੇ ਫਿਰ ਗੱਲ ਬਣੇ, ਹੋਰ ਚਿੱਤਰ ਬਣਾਏ ਅਤੇ ਆਇਆ ਫਿਰ ਜੈਸੇ ਸੰਤ ਬਾਬਾ ਮੌਜੀ ਦਾਸ, ਜੋ ਸਮਾਗ ਹੈ ਬਾਬਾ ਸੰਤੋਖ ਦਾਸ, ਐਸੇ ਫਕੀਰਾਂ ਨੂੰ ਮਿਲਿਆ ਅਤੇ ਉਹਨਾਂ ਇਹ ਗੱਲ ਕਹੀ, ਰੱਬ ਦਾ ਸਰੀਰ ਨਹੀਂ, ਰੱਬ ਦਾ ਚਿੱਤਰ ਬਣਾਉਣਾ ਹੀ, ਅਤੇ ਉਹ ਬੰਦਾ ਲੱਭ ਲੈ ਜਿਹੜਾ ਇੰਨਾ ਟਿਕਿਆ ਹੋਵੇ, ਜਿਹਦੇ ਦੀਦਾਰ ਕਰਕੇ ਰੱਬ ਯਾਦ ਆ ਜਾਏ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੇ ਆ, ਜਿਹਨੂੰ ਵੇਖੇ ਅਤੇ ਮੂੰਹੋਂ ਵਾਹਿਗੁਰੂ ਨਿਕਲ ਜਾਏ, ਜਿਹਨੂੰ ਵੇਖੇ ਰੱਬ ਯਾਦ ਆ ਜਾਏ, ਉਹਦਾ ਚਿੱਤਰ ਬਣਾਇਆ। ਵਾਕਿਆ ਉਹ ਸਮਾਧੀ ਦਾ ਚਿੱਤਰ ਸੀ, ਉਹ ਚਿੱਤਰ ਐਸਾ ਸੀ ਕਿ ਜਿਵੇਂ ਰੱਬ ਬੈਠਾ ਹੁੰਦਾ। ਖਿਆਲ ਆਇਆ, ਕਹਿਣ ਲੱਗਾ ਅੱਧਾ ਕੰਮ ਹੋਇਆ, ਭਗਵਾਨ ਦਾ ਤਾਂ ਬਣ ਗਿਆ, ਸ਼ੈਤਾਨ ਦਾ ਵੀ ਬਣਾਵਾਂ। ਪਤਾ ਲੱਗੇ ਕਿ ਭਗਵਾਨ ਹੈ ਸ਼ੈਤਾਨ ਹੈ। ਫਿਰ ਫਕੀਰਾਂ ਕੋਲ ਗਿਆ, ਹੁਣ ਕੀ ਕਰਾਂ, ਕਹਿਣ ਲੱਗੇ ਜਿਹਨੂੰ ਵੇਖ ਕੇ ਰੱਬ ਭੁੱਲ ਜਾਏ, ਇਸ ਤੋਂ ਉਲਟ ਹੋਵੇ, ਜਿਹਨੂੰ ਵੇਖ ਕੇ ਮਨ 'ਚ ਸ਼ਰਾਰਤਾਂ ਆਉਣ, ਮਨ ਖਿੰਡ ਜਾਏ। ਦੋ ਤਰ੍ਹਾਂ ਦੇ ਬੰਦੇ ਮਿਲਣਗੇ ਤੁਹਾਨੂੰ, ਤੁਸੀਂ ਆ ਕੇ ਸੁਭਾਵਿਕ ਜ਼ਿੰਦਗੀ 'ਚ ਮੈਨੂੰ ਮਿਲੇ ਨੇ ਐਸੇ ਬੰਦੇ, ਅਤੇ ਬੜੇ ਟਿਕੇ ਸਾਂ, ਰਸ ਬਣਿਆ ਉਹਦੇ ਕੋਲ ਬੈਠ ਗਏ, ਮਨ ਖਿੰਡ ਗਿਆ। ਐਸੇ ਬੰਦੇ ਵੀ ਮਿਲੇ ਨੇ, ਮਨ ਪਰੇਸ਼ਾਨ ਸੀ, ਕੋਲ ਬੈਠੇ ਆ, ਟਿਕ ਗਿਆ, ਆਨੰਦ ਆਉਣਾ ਸ਼ੁਰੂ ਹੋ ਗਿਆ। ਇਹ ਉਹਦੀ ਵਾਈਬ੍ਰੇਸ਼ਨ ਹੈ, ਖਿਆਲੀ ਵਾਈਬ੍ਰੇਸ਼ਨ, ਇਹ ਉਹਦਾ ਪ੍ਰਭਾਵ ਹੈ। ਕਹਿਣ ਲੱਗੇ ਸ਼ੈਤਾਨ ਦਾ ਉਹ ਬੰਦਾ ਲੱਭ, ਹੁਣ ਉਹ ਲੁੱਭਿਆ, ਜੇਲ੍ਹਾਂ 'ਚ ਗਿਆ, ਫਿਰਿਆ ਪਾਗਲਖਾਨੇ, ਵੇਖ ਲੱਭ ਗਿਆ ਇੱਕ ਬੰਦਾ, ਉਹਦਾ ਚਿੱਤਰ ਬਣਾਇਆ ਅਤੇ ਦੋਵੇਂ ਚਿੱਤਰ ਸਾਹਮਣੇ ਰੱਖ ਦਿੱਤੇ ਲਿਆ ਕੇ। ਪਹਿਲਾਂ ਵੀ ਕਹਿਣ ਲੱਗਾ ਇਹ ਭਗਵਾਨ ਦਾ ਚਿੱਤਰ, ਇਹ ਸ਼ੈਤਾਨ ਦਾ ਚਿੱਤਰ। ਪਰ ਉਹ ਕੈਦੀ ਜਿਹੜਾ ਸੀ, ਤਾਹਾਂ ਮਾਰ ਮਾਰ ਕੇ ਉੱਚੀ ਉੱਚੀ ਰੋ ਪਿਆ, ਉਹ ਤਾਂ ਦਰੋਗੇ ਨੂੰ ਗਾਲਾਂ ਕੱਢਦਾ ਸੀ, ਉਹ ਤਾਂ ਸਭ ਨਾਲ ਲੜਦਾ ਸੀ, ਇੱਕ ਇੱਕ ਨਾਲ ਲੜਦਾ ਸੀ, ਸਭ ਨੂੰ ਗਾਲਾਂ ਦਿੰਦਾ। ਅੱਜ ਉਹਨੂੰ ਰੋਂਦਾ ਨਹੀਂ ਸੀ ਕਿਸੇ ਵੇਖਿਆ,
चित्रकार कहन लगा तू रोया क्यों? कहन लगा चित्रकार भुल गए हैं, आ 20 साल पहले जिहड़ा चित्र बनाया ही ना जिन्हों कहना भगवान का चित्र वह भलिया लोग भी मेरा ही चित्र है। 20 साल पहले मैं इन्ना चंगा सा तू मैनू रब वर्गा समझिया, 20 साल च मैं शैतान बन के बैठ गया, मेरे कर्म एडे बुरे हो गए। असी असल में इत्थे इसलिए आने शैतान वर्गे कर्म होण ते भगवान वर्गे कर्म हो जा, ते जे भगवान वर्गे हो भी जान फिर सुचेत रहना, क्योंकि डिगद इतने पता नहीं। कबीर गर्ब न के जी है रंक न हसी है कोई, अजय सुनाओ समुद्र में क्या जाना क्या होए, सुचेत होके रहना। क्षमा करना मन का भरोसा कदी ना करना, जीवन भर की तबाह ये कमाई एक क्षण में तबाह करके रख देता, इतने सुचेत रहना। जिमें बड़ी कीमती चीज होवे देर बाद बच्चा होया हो माँ किवें रखवाली करती है, पहरेदारी करती है, हीरे होण पहरेदारी करते हो, मन की पहरेदारी करनी है कि बुरा करना तो की है बुरा विचार भी ना कि आ जाए। ये दुध च कांजी पै जाएगी, जीवन का दुध फुट जाएगा। बाबा संतोख सिंह दा सी ने बैठ के इत्थे जो वंडिया वरताया प्रतख ये तुहाडा प्यार कट्ठे होके आना संत बाबा माऊ जी का। रब ने मौज बख्शी है, दुनिया दियां मौजां ते वखरियां ने, संतां दियां मौजां वो मौज है उहदा जिक्र कीता। कबीर साहब कहिंदे ने मैं भी इस मौज विच सां ते मैनू लोकी पुछदे ने की है वो जिहड़ी मौज है जिस तुसीं हो संतां दी मौज, वो कहन लगे दस्यां नहीं पता लगता, इत्थे आ जाओ ते आप मौजां लाओ। दुनिया दियां मौजां बड़ियां तुसीं लै लईआं, आ हुण नाम दियां मौजां। कबीर चरण कमल की मौज कहो, कहो कैसे अनुमान, कहबे को शोभा नहीं देखा ही प्रवान। गुरु कृपा करे ये अवस्था साडी सारिआं दी बणे, साडे फुरने ओह होण जो रब दे घर प्रवान होण, साडे बचन होण जिहड़े रब दे घर प्रवान होण, साडे कर्म ओह होण जिहड़े गुरु दे घर प्रवान होण। ये कमाई करन वास्ते आए हो, दस रहे ने निश्चन गुरु दी मत सुणाई, यतन कीता गुरु दे नेड़े होईए, गुरमत दा जीवन जीवीए फिर भी कुपुल होई होवे। आप पासो खिमा दा जाचक हाँ, आप संगतां दा खास करके गुरु कीआं बच्चियां दा इन्हां भैणां दा मातावां दा जिन्ना तुहाडा शुकराना करां। थोड़ा बड़े शांति नाल बैठ के सुनिया संत बाबा माऊ जी दा असी, मेरा दिली प्रेम इन्हां नाल। ये समागम ते नहीं साल भर ही साडा राबता बनिया रहिंदा, फोन ते हाल चाल पुछते रहने आके अनेक महापुरखों के दीदार जिन्हों के दर्शन दुर्लभ ने। श्री गुरु ग्रंथ साहब की हजूरी च बैठ के गुरमत के बचन आप नूं सुना के मन आनंदित होया। पंक्ति दे अर्थ करदे आ जो रंभ च पढ़ी सी, बर्फ बर्फ की है तो पानी पर जमी है, पानी जम जाता बर्फ बन जाता पर सूरज चढ़ता जो किरण पैंदी है पानी पानी हो जाता। साडा मन भी कठोर हो जाता पर जो गुरु सूरज दी किरणा बाणी दी पैंदियां ने टल जाता परमात्मा च लीन हो जाता। सूरज किरण मिला जल का जल हुआ राम, ज्योति ज्योत रली संपूर्ण थी आराम। जीवन पूरा हो गया रब पाउण लई आया सी उस च लीन हो गया। सतगुरु साहब नूं लीनता बख्शे फुल्लां दी खिमा, महापुरखां दा बहुत बहुत धन्नवाद। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। सिंह साहब ग्यानी जगतार सिंह जी हेड ग्रंथी हरिमंदर साहब, जो कि अपने रजेव्या भरी जिंदगी चों प्रेम का सबूत देंदे हुए साढ़े हर समागम में आण के सिख संगतां नूं दर्शन देंदे हन और गुरु की कथा कहानियां सुना के गुरु नाल जोड़दे हन, इन्हां दा बहुत बहुत धन्नवाद। डेरे वालों नगर वालों ते दास वालों उन्हां नूं जी आया आख्या जांदा है, क्योंकि अज दे सवेर दे थके भी बहुत है ते टाइम उन्होंने आदि देता, इस करके भी वो फिर बाद आराम कर लेन जिन्हें को समा आप ला सकते है उन्होंने खुल है, क्योंकि मैं टाइम की
ਬੇਨਤੀ ਗਿਣਤੀ ਨਹੀਂ ਕਰ ਸਕਦਾ। ਉਹਨਾਂ ਦੇ ਵਿਚਾਰ ਸਰਵਣ ਕਰੋ ਔਰ ਵੱਡੇ ਭਾਗਾਂ ਵਾਲੇ ਹਾਂ ਜਿਹੜੇ ਕਿ ਐਡੇ ਵਿਦਵਾਨ ਸੱਜਣ ਨਗਰਾਂ ਵਿੱਚ ਆਣ ਕੇ ਸਿੱਖ ਸੰਗਤਾਂ ਦੇ ਰੂਬਰੂ ਹੁੰਦੇ ਹਨ, ਮਹਾਂਪੁਰਸ਼ਾਂ ਦਾ ਪਿਆਰ ਦਾ ਸਬੂਤ ਹੈ। ਉਹਨਾਂ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਉਹਨਾਂ ਦੇ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਆਤਮ ਰਸ ਜਿਹੇ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧਨ 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 ਜਾਣ ਆਏ ਤੇ ਪਰਵਾਣ ਨਾਨਕ ਧਨ 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 ਜਾਣ ਆਏ ਤੇ ਪਰਵਾਣ ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੋਦ ਵਿੱਚ ਜੁੜ ਬੈਠੇ ਗੁਰੂ ਸਵਾਰੇ ਗੁਰੂ ਖਾਲਸਾ ਸਤਸੰਗ ਜੀ ਪਿਆਰ ਸਹਿਤ ਗੁਰੂ ਬਖਸ਼ੀ ਫਤਿਹ ਦੀ ਸਾਂਝ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਹਾਨ ਗੁਰਮਤਿ ਸਮਾਗਮ ਬਹੁਤ ਹੀ ਸਤਿਕਾਰਯੋਗ ਗੁਰਪੁਰ ਵਾਸੀ ਮਹਾਂਪੁਰਖ ਸੰਤ ਬਾਬਾ ਸੰਤੋਖ ਦਾਸ ਜੀ ਦੀ ਯਾਦ ਵਿੱਚ ਉਹਨਾਂ ਦੀ 11ਵੀਂ ਬਰਸੀ ਸਲਾਨਾ ਯਾਦ ਨੂੰ ਤਾਜ਼ਾ ਕਰਦਿਆਂ ਸਤਿਕਾਰਯੋਗ ਸੰਤ ਬਾਬਾ ਮੌਜ ਦਾਸ ਜੀ ਤਥਾ ਸਮੁੱਚੀ ਜਥੇਬੰਦੀ ਨੇ ਨਗਰ ਨਿਵਾਸੀ ਇਲਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਵੇਲੇ ਤੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਮਨਾਉਣਾ ਕੀਤਾ ਹੈ, ਜਿੱਥੇ ਆਪ ਜੀਆਂ ਨੇ ਬੇਅੰਤ ਹੀ ਗੁਰੂ ਕੇ ਰਾਗੀਆਂ ਪਾਸੋਂ ਕੀਰਤਨ ਸਰਵਣ ਕੀਤਾ ਔਰ ਪ੍ਰਚਾਰਕਾਂ ਦੇ ਪਾਸੋਂ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਉੱਥੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਉਹ ਵੀ ਆਪ ਜੀਆਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਹੁਣੇ ਹੀ ਸਤਸੰਗਤ ਜੀ ਆਪ ਜੀਆਂ ਨੇ ਭਾਈ ਭੁਪਿੰਦਰ ਸਿੰਘ ਜੀ ਦੇ ਜਥੇ ਪਾਸੋਂ ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ ਔਰ ਸਟੇਜ ਦੇ ਉੱਤੇ ਸਤਿਕਾਰਯੋਗ ਸੰਤ ਬਾਬਾ ਮੌਜ ਦਾਸ ਜੀ ਅਤੇ ਵੱਡੇ ਮਹਾਂਪੁਰਖਾਂ ਤੋਂ ਲੈ ਕੇ ਸੇਵਾ ਨਿਭਾਉਣ ਵਾਲੇ ਗਿਆਨੀ ਬੇਅੰਤ ਸਿੰਘ ਜੀ ਜੋ ਹਰ ਸਾਲ ਸਟੇਜ ਦੀ ਸੇਵਾ ਵੀ ਨਿਭਾਉਂਦੇ ਨੇ ਔਰ ਮਹਾਂਪੁਰਖਾਂ ਦੇ ਨਾਲ ਵਿਚਰ ਕੇ ਵੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਨੇ। ਸਤਿਕਾਰਯੋਗ ਸੰਤ ਬਾਬਾ ਸੂਬਾ ਸਿੰਘ ਜੀ ਕੁਹਾੜਕੇ ਵਾਲੇ ਮਹਾਂਪੁਰਖ ਵੀ ਸੰਗਤ ਵਿੱਚ ਆਏ ਨੇ ਜੀ ਆਇਆਂ ਨੂੰ ਸਟੇਜ 'ਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਕਲਸੀਆਂ ਉਹ ਹਾਜ਼ਰੀ ਲਵਾ ਕੇ ਗਏ ਨੇ। ਗਿਆਨੀ ਹੀਰਾ ਸਿੰਘ ਜੀ ਮਨਿਹਾਲਾ ਗਿਆਨੀ ਸੁਖਵੰਤ ਸਿੰਘ ਜੀ ਗਿਆਨੀ ਬਚਿੱਤਰ ਸਿੰਘ ਜੀ ਜੋ ਹੁਣੇ ਹੀ ਇੰਗਲੈਂਡ ਦੀ ਧਰਤੀ ਤੋਂ ਵਾਪਸ ਪਰਤੇ ਨੇ
और इस तरह सरदार बलकार सिंह जी, सो भाई गुरप्रीत सिंह जी, बहुत सारिया शख्सियत स्टेज पर सुभाई माण ने, सतसंग जी साहब सतगुरु पातशाह जी ने गुरबाणी दे अंदर दर्शाया है, आया सफलता हूँ को गनिया, जास रसन हर हर जस भनिया, उन्हां दा आया होया संसार अंदर सफला है, जिन्हां ने इस संसार दे अंदर आके अकाल पुरख वाहेगुरु परमेशर की कीरते कीते अते बेअंत जीवानू अकाल पुरख वाहेगुरु परमेशर की कीरति दे नाल जोड़ना कीता है। सो कवि जना का भी ये ख्याल है, आया ताका सफल है पर उपकारी होए, जो संसार दे अंदर आ करके पारे उपकार करते ने उन्हां दा आया सफला है परमानीक है। सतसंगत किसे कवि ने जिक्र किया है, वो कहिंदा संत विच ते पारस दे विच बहुत वड्डा अंतर है, बहुत वड्डा फर्क है। पारस जेड़ा है वो लोहे नू सोना बनाउंदा है, पर संत सतसंग जी आए हुए जग्यासु नू अपने वर्गा बना लेंदा है। पर कवियां ने यह भी जिक्र किया है कि हरेक नगर दे अंदर संत नहीं हुंदा, वो नगर वड्डियां भागां वाले हुंदे ने, जिन्हां नगरां दे विच ऐसे परमेशर दे प्यारे अकाल पुरख वाहेगुरु परमेशर दा सिमरन भजन करदे ने, जीवां दे उत्ते पारे उपकार करदे ने, सतसंगा जी वो नगर वड्डियां भागां वाले बन जांदे ने। सो जिवें हरेक पहाड़ दे विच माणक नहीं हुंदा, हरेक हाथी दे मत्थे विच मोती नहीं हुंदा, हरेक जंगल दे विच सतसंगा जी चंदन नहीं हुंदा, इस तरह हरेक नगर दे विच संत भी नहीं हुंदा। ओ बहुत नगर घट हन जिन्हां नगरां दे विच ऐसे परमेशर दे प्यारे आए ते उन्हां ने उन्हां नगरां नू सिखी दा केंद्र बना के सिखी दा भारी प्रचार किया। साहब सतगुरु पातशाह जी कहंदे धन 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 जाने आया, जिस प्रसाद सब जगत तराया, जाने आवन का यह सुवाओ, जन कै संग चित आवै नाओ, आप मुगत मुगत करै संसार, नानक तिस जन कौ सदा नमस्कार। गरीब नवाज सतगुरु पातशाह जी कहंदे ने उन्हां जनां दा, उन्हां सेवकां दा, उन्हां परमेशर दे प्यारियां दा आउणा धनता दे योग है, जिन्हां ने आप जपै अवरा नाम जपावै, आप परमेशर दी सिफत सलाह कीती, होरनां नूं भी परमेशर दी सिफत सलाह करन दा उपदेश दिता, ऐसे सन ओ महापुरख पर उपकारी संत बाबा संतोख दास जी। जिथे आए हुए रोगियों नू सतसंगत जी वो दवाई दिया करते सन, दवाई दे नाल बहुत सारे रोगी तंदुरुस्ती प्राप्त करते, उत्थे बहुत सारे ऐसे आत्मक रोगी भी महापुरखों के पास आते, जिन्हां नू ओ दवा करके
अरदास बेनती करके अकाल पुरख वाहेगुरु गुरु के चरणों में साध संगत जी तंदुरुस्ती की दात लेके दया कर दे। अज आप सारे उन्होंने महापुरखों की याद में जुड़ बैठे हाँ। साध संगत जी महापुरखों ने नगर नगर शहर शहर के और बाहरले इलाकों के विचर के भी सिखी का बहुत भारी प्रचार किया। गुरु ग्रंथ साहब सच्चे पातशाह जी की बाणी की महापुरख कथा बहुत ही रस भिन्नी करया करते सन। सो महान विद्वान महान पवित्र आत्मा महापुरख जो आज तो 11 साल पहला सत्संग जी सो इस संसार तो शरीर करके प्रभु दे विच लीन हो गए सन, उन्हां दी याद नूं महापुरखां वल्लों ताज़ा किया गया है। गरीब नवाज सतगुरु जी का फरमान है, एक है आवन फिर जोन ना आया, नानक हर कै दरस समाया। सत्संग जी महापुरख आउंदे ही पर उपकार वास्ते है, ते पर उपकार करके जीवां नूं सीधे मार्ग ते तोर के जदों अकाल पुरख वाहिगुरू का सदा आउंदा है फिर वह हसदे हसदे संसार तो चले जाते ने। जिवें भाई साहब भाई गुरदास जी ने जिक्र किया है, गुरमुख पारे उपकारी विरला आया। सतसंगत जी सारे पारे उपकारी नहीं होंगे, बहुत घट टावे टावे पारे उपकारी संसार विच आउंदे ने। पारे उपकार करन वास्ते वो जम्मण मरण तो बाहर होंदे ने, जम्मण मरणों बाहर वो परमेशर की कृपा सदका जन्म मरण तो रहत होंगे ने। सतसंगत जी महापुरख परमेशर दे प्यारे जिहड़े संसार विच आ के पारे उपकार करते ने। तो भाई साहब जी ने जिक्र किया, गुरमुख सदे जान आवण कल्या, जदों परमेशर उन्हां नूं संसार विच भेजदा है वह गुरमुख संत महापुरख संसार विच आउंदे ने। जदों सदा आ जाता है तो सतसंगत जी फिर उस संसार तो शरीर करके चले जाते ने, आत्मा करके सदा वो वाहेगुरू दे नाल एकमेक हो जाते ने। इस करके हजूर ने जिक्र किया है, निश्चल सच खुदाए एक खुदाए बंदा अविनाशी। सतसंगत जी जिथे वो खुदा परमेशर वाहेगुरु आप निश्चल है चलाए मान नहीं, उत्थे जेड़ा उहदे नाल जुड़ जाता है सतसंगत जी वह बंदा भी निश्चल हो जाता है, वह भी बिन संत रहत हो जाता है। सो ऐसे परमेशर दे प्यारे जिवें परमेशर रविया होया है इस तरह सतसंगत जी वो परमेशर दे नाल मिल के सदीव काल रवे होए ने, उन्हां दी याद विच आपां सारे जुड़ बैठे हाँ। सो महापुरखां ने सतसंगत जी गुरबाणी द्वारा गुर इतिहास द्वारा गुरसिखी का बहुत भारी प्रचार किया, सतगुरु रहमत करन अज भी उन्हां तो वरसाए हुए संत बाबा मौजदास जी ज्ञानी सिंघां नूं नाल लै के सतसंगत जी संसारी जीवां दे उत्ते पारे उपकार करदे ने। आए हुए रोगियों नूं दवाई अते जिहड़े आत्मक रोगी ने उन्हां वास्ते दुआ महापुरख करदे ने। सतगुरु रहमत करन महापुरखां दीआं यादां मनाईआं सफलीआं हुंदीआं ने। सतसंगत जी जे असीं वी महापुरखां दे जीवन तो कुछ ना कुछ सीख के अपना जीवन उन्हां महापुरखां वर्गा बनाउण दा यतन करिए तां महापुरखां दे जीवन जोड़ मेले मनाए सफले होणगे। सो अज दा ये जिहड़ा महान गुरमत समागम महान जोड़ मेला महापुरखां दी याद विच मनाया गया है सानू यही संकेत करता है जिवें महापुरख सारी जिंदगी गुरु परमेशर नाल जुड़े रहे भाई वो जोड़दे भी रहे ते अज भी उन्हां दी याद विच जोड़ मेला है असीं सारे जुड़ के बैठे हाँ। सतगुरु रहमत करन महापुरखां दे जीवन तो सेहत लै के अपने जीवन नूं सतसंगत जी ढालण दा यतन करिए। इन्नियां की ही बेनतियां प्रवान करनियां क्योंकि समा समाप्ति वाले पासे वध रहा है। दास
ਨੂੰ ਆਸ ਤਾਂ ਨਹੀਂ ਸੀ ਵੀ ਮੈਂ ਅੱਜ ਦੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾ ਸਕਾਂਗਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਤੇ ਮਹਾਂਪੁਰਖਾਂ ਦੇ ਪਿਆਰ ਨੇ ਸਤਿ ਸੰਗਤ ਜੀ ਸਮੇਂ ਵਿੱਚ ਖਿੱਚ ਕੇ ਲੈ ਜਾਂਦਾ ਹੈ। ਨਾਨਕ ਮਾਤਾ ਸਾਹਿਬ ਸੇ ਰਾਤ ਰਾਜਪੁਰੇ ਆਣ ਕੇ ਟਿਕੇ। ਸਵੇਰੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਸੰਸਕਾਰ ਸੀ ਰਾਏਕੋਟ ਦੇ ਲਾਗੇ, ਰਾਏ ਤਲਵੰਡੀ ਆ ਰਾਏ, ਉੱਥੇ ਉਹਨਾਂ ਦਾ 12:15-12:30 ਸੰਸਕਾਰ ਕਰਵਾ ਕੇ ਉੱਥੋਂ ਚੱਲੇ ਹਾਂ। ਆਪ ਸਮੂਹ ਸੰਗਤਾਂ ਨੇ, ਮਹਾਂਪੁਰਖਾਂ ਨੇ ਕਿਰਪਾ ਕੀਤੀ ਔਰ ਮਹਾਂਪੁਰਖਾਂ ਦੀ ਯਾਦ ਵਿੱਚ ਸਤਿ ਸੰਗਤ ਜੀ ਹਾਜ਼ਰੀ ਲੱਗੀ ਹੈ। ਸਤਿਗੁਰੂ ਰਹਿਮਤ ਕਰਨ, ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਕਾਰਯੋਗ ਸੰਤ ਬਾਬਾ ਮੌਜਦਾਸ ਜੀ ਔਰ ਗਿਆਨੀ ਬੇਅੰਤ ਸਿੰਘ ਜੀ ਤਥਾ ਮਹਾਂਪੁਰਖਾਂ ਦੇ ਨਾਲ ਜਿੰਨੇ ਵੀਰ ਸੇਵਾ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਸਤਿ ਸੰਗਤ ਜੀ ਅਮਰ ਛਕੋ, ਗੁਰੂ ਵਾਲੇ ਬਣੋ, ਜਿਵੇਂ ਮਹਾਂਪੁਰਖਾਂ ਨੇ ਸਾਨੂੰ ਜੋੜਿਆ ਉਸੇ ਤਰ੍ਹਾਂ ਗੁਰੂ ਕੀ ਬਾਣੀ ਨਾਲ ਵੀ ਆਪਾਂ ਜੁੜਨਾ ਹੈ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੇ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਦਰਬਾਰ ਸਾਹਿਬ, ਜਿਨ੍ਹਾਂ ਨੇ ਪ੍ਰੇਮ ਦਾ ਸਬੂਤ ਦਿੰਦੇ ਹੋਏ ਇੰਨੇ ਪੈਂਡਾ ਤੈਅ ਕਰਕੇ, ਇੱਕ ਵਾਰਾਂ ਦੀ ਮੈਨੂੰ ਗੱਲ ਚੇਤੇ ਆ ਗਈ ਕਿ ਅਸੀਂ ਅਬੋਹਰ ਦੇ ਲਾਗੇ ਬੱਲੂਆਣਾ ਪਿੰਡ ਉੱਥੇ ਖਾਣ ਪਾਠ 'ਤੇ ਗਏ ਅਤੇ ਬਾਬਾ ਜੀ ਕਹਿੰਦੇ ਵੀ ਅਸੀਂ 2-3 ਮਿੰਟ ਬੋਲਣਾ, ਸਾਡੀ ਦਾੜ ਬੜੀ ਪੀੜ ਹੁੰਦੀ ਹੈ ਅਤੇ ਮਗਰੋਂ ਤੂੰ ਸੰਭਾਲ ਲਈ। ਮੈਂ ਕਿਹਾ ਜੀ ਚਲੋ ਹੁਕਮ ਹੈ। ਜਿਉਂ ਲੈ ਕੇ ਬੋਲਣ, ਜਿਉਂ ਬੋਲਣ ਲੱਗੇ 1.25 ਘੰਟਾ ਲੱਗੇ ਰਹੇ। ਮੈਂ ਕਿਹਾ ਤੁਸੀਂ ਇਹਨਾਂ 2-4 ਮਿੰਟ ਬੋਲਣਾ ਦੇ, ਪਤਾ ਨਹੀਂ ਲੱਗਾ ਦਾੜ ਪੀੜ ਅੜ ਗਈ ਹੈ। ਸੋ ਇਹਨਾਂ ਵਿੱਚ ਕਿਵੇਂ ਨੂੰ ਮਹਿਸੂਸ ਨਹੀਂ ਕੀਤਾ, ਕੇਵਲ ਅਤੇ ਕੇਵਲ ਸੰਗਤਾਂ ਦਾ ਪ੍ਰੇਮ ਹੀ ਖਿੱਚ ਕੇ ਲਿਆ। ਇਸੇ ਤਰ੍ਹਾਂ ਪਰਮੇਸ਼ੁਰ ਕਿਰਪਾ ਕਰੇ, ਪ੍ਰੇਮ ਬਣਿਆ ਰਹੇ ਅਤੇ ਨਗਰਾਂ ਵਿੱਚ ਆਣ ਕੇ ਸੇਵਾ ਔਰ ਸਿੱਖ ਸੰਗਤਾਂ ਦਰਸ਼ਨ ਦਿੰਦੇ ਰਹਿਣ। ਇੱਕ ਵਾਰ ਫਿਰ ਉਹਨਾਂ ਨੂੰ ਸਾਰੇ ਨਗਰ ਵੱਲੋਂ, ਡੇਰੇ ਵੱਲੋਂ ਜੀ ਆਇਆਂ ਕਹਿੰਦੇ ਹਾਂ। ਬੋਲੇ ਸੋ ਨਿਹਾਲ। ਹੁਣ ਭਾਈ ਸੋਹਣ ਸਿੰਘ ਜੀ, ਜਿਹੜੇ ਕਿ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਪਿਛਲੇ ਸ਼ਹੀਦ ਬਾਬੇ ਸੁਖਾ ਸਿੰਘ ਦੇ ਮੇਲੇ 'ਤੇ ਆਏ। ਇਹਨਾਂ ਦੀ ਆਪਣੀ ਜ਼ੁਬਾਨੀ ਕਿ ਇੱਥੇ ਉਹਦੇ ਕਲੀਨ ਸ਼ੇਵ ਸਮਰਥ ਨਹੀਂ ਛੱਕਿਆ ਲਈ, ਕਹਿੰਦੇ ਇੱਕ ਥਾਂ ਗਏ ਤੋਂ ਮਾਈ ਆਉਂਦੀ ਆ, ਵੇ ਤੂੰ ਐਡਾ ਜਵਾਨ ਹੈ, ਐਡਾ ਤੂੰ ਗਿਆਨੀ ਆ, ਕਹੂੰ ਇਹ ਕਿਤਰਾ ਬਣਾਈ। ਇਹਨਾਂ ਦੀ ਆਪਣੀ ਜ਼ੁਬਾਨੀ ਹੈ। ਕਹਿੰਦੇ ਮੇਰੇ ਉਹਦੀ ਮਨ ਨੂੰ ਚੋਟ ਲੱਗੀ। ਮੇਲੇ ਤੋਂ ਮਗਰੋਂ ਜਾ ਕੇ ਇਹਨਾਂ ਨੇ 100 ਸਿੰਘ ਨਾਲ ਹੋਰ ਲੈ ਕੇ ਅੰਮ੍ਰਿਤ ਪਾਨ ਕੀਤਾ। ਹਿੰਦੂ ਫੈਮਿਲੀ ਵਿੱਚ ਜਨਮ ਲੈ ਕੇ ਸਿੱਖ ਇਤਿਹਾਸ ਦੀ ਖੋਜ ਕਰਨ ਵਾਲੇ, ਜੇ ਮੈਂ ਕਹਿ ਦਾਂ ਪਹਿਲੇ ਪੁਰਸ਼ ਨੇ, ਤਾਂ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਐਸੇ ਥਾਵਾਂ 'ਤੇ ਗਏ ਇੱਥੇ ਮੱਕੇ ਵਿੱਚ ਵੀ ਜਾ ਕੇ ਇਹਨਾਂ ਨੇ ਉੱਥੋਂ ਦਾ ਭੇਦ ਲਿਆ, ਜਿੱਥੇ ਕਿ ਗੈਰ ਸਿੱਖ ਗੈਰ ਮੁਸਲਮਾਨ ਨਹੀਂ ਜਾ ਸਕਦਾ। ਐਸੇ ਵਿਖੜੇ ਥਾਵਾਂ 'ਤੇ ਵਾਲੀ ਹੈ ਦੋ ਜਹਾਂ, ਚਵਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਓ ਸਾਰੇ ਮਿਲ ਕੇ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਸੇ ਨਰ ਅਸਲ ਖਰ, ਬਿਨ ਗੁਣ ਗਰਭ ਕਰੰਤ। ਜਿਹੜੇ ਲੋਕਾਂ ਨੇ ਅੱਖਰ ਦਾ ਭੇਦ ਨਹੀਂ ਨਾ ਪਛਾਣਿਆ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਉਹ ਅਸਲ 'ਚ ਖੋਤੇ ਉਹ ਨੇ ਜਿਨ੍ਹਾਂ 'ਚ ਗੁਣ ਤਾਂ ਹੈ ਨਹੀਂ ਪਰ ਗਰਭ ਕਰੀ ਜਾਂਦੇ ਨੇ। ਅਸੀਂ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹਾਂ ਅਤੇ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸੁਨੇਹਾ ਸਮਝ ਸਕਦੇ ਹਾਂ। ਅਧਿਆਤਮਿਕਤਾ ਮੁੱਖ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਸਮਝਾਈ ਹੋਈ ਹੈ,
पॉलिटिक्स समझाई हुई है, सोशल जिंदगी किमें जीनी है, समाज किमें विचरना समझाया होया। पर उहदे नाल ही बड़ी हैरानी हुंदी है जदों गुरु ग्रंथ साहब के अंदर अंतां दी साइंस आ, अंतां दा विज्ञान आ, धरती बनी किमें सी, जपजी साहब के अंदर दर्ज है कीता पसाओ एको कवाओ तिसते हुए लख दरियाओ। परमात्मा ने इस धरती का पसारा एक आवाज़, एक हुक्म, एक बचन दे नाल कीता है। वो जिहड़ा बचन है वह बिग बैंग आ, जिहड़ा बिग बैंग आ, बिग बैंग थ्यूरी की खोज एक अंग्रेज विद्वान जॉर्ज लमेत्रे जिहड़ा स्वीडन का रहन वाला सी उहने कीती सी। वो कहिंदा कि इत्थे एक धमाका होया, उस धमाके दे नाल हवा च पार्टिकल खिलर गए। इहनू बाबा बुले शाह जी बड़े वधिया शब्दां च बयान करदे ने, कुन कहा फैकून कहाया बेचूनी दा चून बनाया। परमात्मा ने एक पल कहा हो जा ते पल पूरा होण तो पहला हो गया, यह धरती जिहड़ी होण दे विच आ गई एक धमाके दे नाल। कुरान दे अंदर यह दर्ज है कुन फैकून कि एक पल परमात्मा ने कहा हो जा, पल पूरा होने तो पहला वह हो गया। यह धरती भी इवें होंदा ही सी। हुण जदों तुसीं बाइबल नूं पढ़दे हो, बाइबल दे अंदर यह दर्ज है कि परमात्मा ने एक दिन लिया के धरती छड़ दित्ती, दूजे दिन लिया के पानी छड़ दित्ता, तीजे दिन दरख्त छड़ दित्ते, पांच दिन च धरती पूरी करके छेवें दिन उन्हें लिया के मनुख नूं छड़ दित्ता है। जिहड़े जॉर्ज लमेत्रे की आप हुणे गल कीती है, जिन्हें 1930 दे विच कहा कि जो बाइबल कहिंदी आ उवें नहीं होया, वो गलत है। होया किवें आ, जिवें धन धन गुरु ग्रंथ साहब के अंदर दर्ज है कीता पसाओ एको कवाओ तिसते हुए लख दरियाओ, कि ये जिहड़ी धरती आ ये एक आवाज़, एक हुक्म, एक बचन तो हुई सी, उस तो फिर लखां जिंदगियां दे दरिया बगण लग पए। जदों असी कुरान की गल करते हैं, मैं किसी धर्म को निंदण नहीं लग्या, असी रियलिटी की है, असलीयत की है, उहदी गल करन लगे हाँ। मुहम्मद साहब फरमाते ने अल्लाहु अकबर, खुदा सब तो बड़ा है। कोई सिख मुनकर हो सकता? असी मुनकर नहीं होंदे, वाहेगुरु साहब है ही सब तो बड़े ने। अल्लाहु अकबर, इल्ला इलाहा, खुदा तो बगैर होर कोई ताकत नहीं है। अगली गल जी मुहम्मद साहब कहते हैं, वो कहते हैं मुहम्मद रसूल अल्लाह, मुहम्मद अल्लाह का प्रतिनिधि है। जो तुम गुरु नानक के घर आते हैं तो गुरु नानक सच्चे पातशाह जी समझाते हैं, तुमरी शरण तुम्हारी आसा तुम ही सज्जन सहेले, राखो राखण हार दयाला नानक करके गोले। असी उस घर के नौकर चाकर गोले तो हो सकते हैं पर प्रतिनिधि नहीं हो सकते, क्योंकि परमात्मा के घर के अंदर तो चंगियाइया बुरियाइया वाचा धर्म हदूर करमी आपो अपनी के नेड़े के दूर, किस असी कर्मों के नाल उस परमात्मा के लागे जा दूर होंगे हाँ, धर्मराज भी उस परमात्मा की कचहरी के जरा लेखा जोखा आ खड़ा होकर पढ़ता है। असी जो होर सिद्धांतक तौर पर गल करते हैं, जिहड़ा जीव है इस धरती ते होंद विच किवें आया, पहला पानी पैदा होया, पानी वाले जीव पहला पैदा होए, पानी दे विचों पहला एलगी पैदा हुई, एलगी तो करोड़ों साल ला के इहदा समा निश्चित नहीं किया जा सकता, क्योंकि गुरु नानक सच्चे पातशाह जी फरमाते ने जा करता सृष्टि को साजै आपे जाने सोई। कोई साइंसदान कहिंदा, एक साइंसदान कहिंदा कि जिहड़ा मनुख है वह 20 करोड़ साल पुराना, लेकिन 25 करोड़ साल पुरानी खोपड़ी सोमालिया चो मिल जाती है, साइंस अपनी गल नूं आपे कट्टी जाती। लेकिन जो तुसीं गुरु ग्रंथ साहब की शरण में आने हो, इत्थे दर्ज है गुरु ग्रंथ साहब के अंदर साचे ते पवना पाया, पवने ते जल होए, जल ते इधर पवन साजिया घट घट जोत समोए। परमात्मा ने हवा पैदा की, हवा तो पानी बनया। याद रखियो पानी के अंदर दो गैसा ने,
हाइड्रोजन जिहड़ी आ दो हिस्से आ ते ऑक्सीजन एक हिस्सा आ, इहनू मिला के इहदे अंदरों दी बिजली पास करके पानी बनाया जा सकदा दो गैसां नूं, ते इह दो ही गैसां पानी चों कढ़ियां भी जा सकदियां ने। गुरु ग्रंथ साहिब दे अंदर दर्ज आ, साचे ते पवना पया पवने ते जल होए, जल ते तर पवन साजिया घट घट जोत समोए। हुण हैरानी दी गल इह है वी इह जिहड़ा पानी दा सिधांत सी 1870 च सामने आया, लेकिन गुरु ग्रंथ साहब के अंदर तो यह सिद्धांत 500 साल पहले दर्ज है। गुरु साहब की लबोरटरी कौन सी? किसी लबोरटरी से पातशाह जी कम करते होंगे, और लबोरटरी भी जपजी साहब के अंदर दसी हुई है, मन्ने सगल भवन की सुध। जे तुसी उस परमात्मा के नाम को मन लो, मन के अपने दिल में बसा लो, वह परमात्मा तुहानू खंडा ते ब्रह्मंडा का जिहड़ा ज्ञान आ अध्यात्मक मंडल दे विच विचरदिया होया करवा दिंदा। एक गल दास जदों पिछली बारी इत्थे आया सी उदों गुरबाणी विच साइंस कित्थे कित्थे आ, जिन्नी सुमत धन धन गुरु ग्रंथ साहब ने बख्शी है उहदे अनुसार खोज करन दी कोशिश करदा सी। ते तुसी जरूर जाके घर पढ़िओ एक बारी, धन धन गुरु ग्रंथ साहब के अंग नंबर 1360 के उत्ते दर्ज है, परमाणु परजंत आकाश है दीप लोश खंडना गशेण नैन परेण नानक बिना साधु ना सिद्धते। जिहड़ा एटम, परमाणु मतलब एटम, एटम की खोज पहली बारी डेल्टन ने 1804 चो जम्मिया सी ते 1855 तक वह जींदा रहा, उन्हें शुरू की सी। एटम का मतलब दुनिया का सब तो छोटा पार्टीकल जिहड़ा अख दे नाल देखिया नहीं जा सकता। परमाणु परजंत आकाश है दीप लोश खंडना, जे कोई मनुख परमाणु जिन्ना छोटा हो जाए अख दे फरोके दे नाल, ते बिजली की गति जिहड़ी रोशनी है ये चलण की स्पीड सब तो ज़्यादा आ, 3 लाख किलोमीटर एक सेकेंट के अंदर रोशनी ट्रैवल करती है। ये परमाणु परजंत आकाश है दीप लोश खंडना गशेण नैन भरेण, अख दे फरोके नाल सारा संसार घूम लमो। तो गुरु नानक सच्चे पातशाह जी फरमाते ने, पंचम गुरु नानक फरमाते ने कि फिर भी इस संसार दे विच गुरु तो बगैर गुजारा नहीं है। जिहड़ा परमाणु 1855 च इहदी खोज शुरू हुई, 1955 दे विच इहनू पूरा किया आइनसटाइन ने, जिहड़ी खोज गुरु ग्रंथ साहब के अंदर एटमां की गल 500 साल पहला की हुई है, ये खोज जिहड़ी है 15 अगस्त 1604 तो पहला संपूर्ण हो गई सी, क्योंकि गुरु ग्रंथ साहब की संपादना 15 अगस्त 1604 तक पंचम पातशाह जी ने संपूर्ण कर दी सी, ते ये शब्द धन धन पंचम पातशाह जी का। हुण तुहानू पता है कि जिहड़ा सूरज है ना, सूरज दे कोलों चंद्रमा रोशनी उधारी लैंदा, चंद्रमा की अपनी कोई रोशनी नहीं है, वह सूरज की लाइट के नाल चमकदा। जदों तुसीं ये साइंस ने गल की लगभग 1875 तो बाद, पर जो तुसी गुरु ग्रंथ साहब की शरण चाहते हैं तो गुरु ग्रंथ साहब जी फरमा रहे हैं, चंद सूर दोए दीपक रख है सच कर सस कर सूर समाए दा, कि जिहड़ा सूरज दे कोलों चंद्रमा रोशनी लैके सस कर सूर, चंद्रमा के घर च सूरज समाया होया, ये गुरु ग्रंथ साहब के अंदर दर्ज है। अज संसार दे अंदर एक बड़ी मनुख दे उत्ते एक इस गल का वहम पिया होया कि मैं सुप्रीम हाँ, मैं सब कुछ कर सकता, पर मनुख भुलेखे ज है। जदों तुसी गुरु ग्रंथ साहब की शरण चाहते हैं, इत्थे अंधकूपां की गल की हुई है, मनुख अपनी जिंदगी दे विच उन्ना हिस्सा भी नहीं खोज पाया जिन्ना हिस्सा उन्हूं दीद है। जे तुसी आसमान दे विच चले जाओ, दूरबीना ने साडे कोल हबल ते स्कूप, इन्हां दूरबीना ने जिन्ना देख लिया उत्थे तक जे मनुख ने अज पहुँचना होवे ते 5 लाख साल का समा लगना है। जे तुसी समुंदर चले जाओ, समुंदर 32 किलोमीटर तो ज़्यादा गहरा है,
जे तुसी धरती दे अंदरली खोज करन लग जाओ ते ए धरती 6000 किलोमीटर मोटी है। जे आपां इत्थों ड्रिलिंग करन लग पईए 6000 किलोमीटर दा बोर कर लईए ते ए जिहड़ी धरती दे दूए पासे ओह बोर अमरीका जाके निकल आऊगा। पर दुनिया दा कोई साइंसदान ए दस नहीं सकदा धरती दे अंदर आ गया। धरती दे अंदर जिहड़ा पानी है वह जमीन दे उपरों बाहरों बारिश का गया होया। जिथे अग ते पानी मिलते हैं उत्थे भाप बननी चाहिए है। ज्वालामुखी फटदा तुसीं देखदे आ ते गुरु ग्रंथ साहब जी फरमा रहे ने लिख नाम सलाह लिख लिख अंत न पारावार। पारावार शब्द का शब्दी अर्थ आ कि जिस का इधरला कंडा तो दूजे पासे का कंडा पता ना होनू पारावार कहते। इस धरती के उत्ते सारा कुछ जो वापर रहा जदों तुसी गुरु ग्रंथ साहब के अंदर होर गहरिया खोजा के अंदर जाने हो तो ये अंदर साइंस के फार्मूले कमिस्ट्री के फार्मूले फिजिक्स के फार्मूले दुनिया भर दे ने क्योंकि असी अज मिस परलिस बाकी एक अमरीका की विद्वान हुई है उन्हें गुरु ग्रंथ साहब नूं पढ़ना शुरू कर दिता है। अजे उन्हें पूरा नहीं सी पढ़िया पढ़द्या उन्हें अकाल पुरख का बुलावा आ गया। उन्हें की किया रात को गुरु ग्रंथ साहब को संतोख के अपने सिर वल दे पासे रख लिया ते रख के एक सुनेहा तुहाडे लई लिख के गई है। वो लिख के गई है कि गुरु ग्रंथ साहब तो विज्ञान शुरू हुंदा है। गुरु ग्रंथ साहब तो विज्ञान शुरू हुंदा सिखा ने गुरु ग्रंथ साहब को पढ़िया जरूर आ पर गुरु ग्रंथ साहब की गल नहीं मनी अध्ययन नहीं किया। वह वीरों हाथ जोड़ के बेनती है दास जो पिछली बारी इस स्टेज पर आया सी सोन लाल सी एक साल ही होया अज पूरा एग्जैक्टली पिछली बरसी की गल आ दुनिया के सारे धार्मिक ग्रंथों की एक एक लैन पढ़न तो बाद दास खालसा होया। जदों तुसी पढ़न की गल करते हो एक गल याद रखियो औरंगजेब नू पूरी दी पूरी कुरान कंठ सी और उसे कुरान दे अंदर लिखिया होया ला इकराहा फिद्दीन के धर्म के मामले च जबरदस्ती नहीं करनी चाहिए किसी का धर्म जबरदस्ती बदलवाना नहीं चाहिए। पर औरंगजेब कर की रहा सी उन्हें कुरान नू अपने मन च नहीं सी बसाया अपनी जिंदगी कुरान के अनुसार नहीं डाली हुई सी। इमें ही माफ करना शब्द बड़े सख्त ने सिख ने भी अपनी जिंदगी गुरु ग्रंथ साहब के अनुसार नहीं ढाली हुई। जदों असी बाइबल की गल की है बाइबल के अंदर अज तक 52 तो ज़्यादा सोधा हो चुकिया ने। दुनिया के किसी महापुरख ने अपनी बाणी एकत्र करके अपने पंज भूतक शरीर के अंदर रेंद्या होया नहीं अपनी कौम नूं दित्ती। पर धन धन गुरु ग्रंथ साहब पंचम पातशाह जी ने अपने पंज भूतक शरीर के अंदर रेंद्या होया सानू संपूर्ण करके दिता सी। असी अज जिहड़े सबजैक्ट की गल करनी है वह सबजैक्ट आ कि हिंदुस्तान का पहला स्वतंत्रता सेनानी कौन है। दास आप दे सामने सारे पक्ष रखेगा तो फैसला तुसी करना कि इस हिंदुस्तान नू आजादी बख्शन वाले पहले महापुरख पहले जिहड़े रब रूप ने वह कौन होए ने। असी गल शुरू करांगे इत्थे जदों आर्यनस आए आ ते इस धरती दे उत्ते हिलजुल आरंभ हो गई। इस धरती दे उत्ते पंजाब दी धरती दे उत्ते जिहड़ियां लड़ाइयां होण लग पईआं उस ही समय दे दौरान पंजाब दी धरती दे उत्ते काब वारां रचियां गईआं। उस ही समय दे दौरान पंजाब दी धरती ते नगाड़े बने। उस ही समय दे दौरान पंजाब दे बहादुर लोकां ने हथियारां दे कारखाने भी लाए। ये इत्थे ततारी कौम आई झगड़ा होर बढ़िया ये कौम डिवेलप कर गई। फिर इत्थे महाभारत का युद्ध हो गया। महाभारत के युद्ध ने इस मुल्क के इंजीनियर्स डॉक्टर विद्वान बुद्धिजीवी योधे और सच करके जाण्यो महाभारत के अंदर 4 to 5 crore लोगों का नरसंहार होया सी। मैं समझना एडू बड़ा नरसंहार जेड़ा वो सैकंड वर्ल्ड वार के अंदर भी नहीं सी होया। हुण इत्थे इस मुल्क दे विच कमजोर पै गया मुल्क ये टुकड़े हो गए।
तीन पद इस हिस्से दे बने जिन्हों असी पंजाब कहने हैं। जदों असी पंजाब की गल करते हैं ध्यान रखियो ये अंदर हरियाणा पुराने पंजाब की गल, ये अंदर राजस्थान का कुछ हिस्सा, ये अंदर जम्मू कश्मीर का बहुता हिस्सा, ये अंदर हिमाचल का बहुता हिस्सा। हुण पंजाब दे अंदर तीन पद बन गए, एक पद बनया कुरू पद जिहड़ा कुरुक्षेत्र का एरिया है, दूजा पद बनया मदर पद जिहदा जिक्र दसम पिता गुरु गोबिंद सिंह साहब जी मदर देश हमको ले आए करते हैं वो बन गया, तो तीजा पद बन गया जिहड़ा जलंधर का सी इहनू त्रिगर्त कहिंदे आ त्रिगर्त। तो तीन पद पंजाब दे एरिए च बन गए, तो इत्थे आजादी सी लोगों के कोल, इत्थे लोक राज कायम हो गया, इत्थे औरतां नूं इन्ने हक सी कि वह अपना स्वंबर रचाउंदियां हुंदियां सी। हुण इस धरती दे उत्ते क्योंकि महाभारत का युद्ध हो के हटिया सी, दुख की गल ये है भी मिस्र तो कुछ लोग हमला करना है, हजारां की गिणती है, मिस्र पैंदा कित्थे आ पहला तां इह देखो, इतों पाकिस्तान जाओगे, पाकिस्तान तो अफगानिस्तान जाओगे, अफगानिस्तान तो ईरान जाओगे, ईरान तो इराक जाओगे, इराक तो सीरिया जाओगे, सीरिया तो अलजीरिया जाओगे, तो लाल सागर के उपरले पासे जा के जिहड़ा इह पैंदा आ मिस्र, उत्तों 6000 किलोमीटर चल के हमला कर जैतसरी आया, तो हमला करके लुट के वापस भी गया। ये पहला हमला सी, इस तो बाद इतरिस भी उत्तों आया, वो भी हमला करके वापस चला गया। 622 ईसवी ईसा तो पहला, मतलब 2014 हुण चल रहा, 2014 तो भी 622 साल पिछे महात्मा बुद्ध का जन्म होया। महात्मा बुद्ध ने एक फिलोसफी दे दी जिन्हों असी अहिंसा की फिलोसफी कहते हैं। जिहड़ी अहिंसा की फिलोसफी है ये असल दे विच इस हिंदुस्तान दे लई नरक बन गई, इह हिंदुस्तान दे लोकां दी जिंदगी नरक बना दित्ती, जिथे ये लोग लड़ाके सीगे उत्थे इहने हिंदुस्तान दे लोकां दी हिम्मत नूं तोड़ दित्ता। इत्थे जदों तुसीं इहदा इतिहास पढ़दे हो अल्पत गीन आया, सुबकत गीन आया, इत्थे महमूद गजनवी आया जिन्हें 17 हमले किए, मुहम्मद गौरी आया जिन्हें 10 हमले किए, मुगलों ने 27 हमले किए, इत्थे एहो जिहा हाल इस मुल्क का कर दिता कि इत्थों दे लोकां दी शख्सियत एहो जी बन गई कि जिस घर दे बूहे ते बारियां ना होण ते राखा कमजोर होवे जिहड़ा मर्जी आ के लुट के लै जावे कोई गल ही नहीं सी हुंदी। हुण इत्थे लड़न वाले लोग भी सी, जदों सिकंदर मकदूनिया तो पूरे संसार नूं जित्तण दा इरादा करके निकलिया, उहदा मुकाबला कीता पंजाब दे इक पुत्तर ने, पोरस ने मुकाबला कीता। पोरस इस करके नहीं सी हारिया कि वह कमजोर सी, पोरस इस करके हारिया कि सिकंदर की ताकत सी उहदी घोड़सवार सेना, ते इहदी पोरस की ताकत सी जमीन दे विच कमाना गड़ के उहना तीर चलाउंदे हुंदे सी, मीह पै गया जमीन च कमाना गड्डिया नहीं गया, चिल्ले पूरे खिचे नहीं गए, तो घोड़िया ने आके फड़ लिया तो पोरस हार गया। हुण उहदे बावजूद भी पंजाब दे बहादुर लोकां ने एक एक इंच ते पोरस की सेना का मुकाबला किया, तो पंजाब दे बहादुर लोकां ने जिहदे च माझा सब तो पहला आउंदा ब्यास क्रॉस नहीं करन दिता, तो सिकंदर की फौज हाथ खड़े कर गई कि इस मुल्क जितण नालों सानू जान ज़्यादा प्यारी है, तो वापस मुड़ गया नमोशी दे विच सिकंदर मकदूनिया वापस नहीं जे पहुँच पाया, रास्ते च ही उहदी मौत हो गई। ये पंजाब दे बहादुर लोगों की गल है। जदों मुहम्मद गौरी हमले करता सी जयपाल जिहड़ा बठिंडे का राजा उन्होंने मुकाबला किया, उहदे बेटे तरलोचनपाल ने आनंदपाल ने मुकाबला किया, पर जिद्दण वह लोग हार गए उद्दण यही मुहम्मद गौरी जाके सोमनाथ के मंदिर तक पहुँच गया, उत्थों लुट के लिया। और सच करके जाने हो उस मंदिर के नाँ के उत्ते उस वेले 30,000 पिंड से लुटन वाले 5,000 लोग से,
5000 ਲੋਕਾਂ ਨੇ ਉਹਨਾਂ ਉਸ ਮੰਦਰ ਨੂੰ ਲੁੱਟਿਆ ਜਿਹਦੇ ਮੰਦਰ ਦੀ ਫੌਜ ਦੇ ਵਿੱਚ 30,000 ਪਿੰਡ ਆਉਂਦੇ ਆ, ਔਰ ਸਵੇਰ ਨੂੰ ਜਿਹੜੇ ਉਹ 5000 ਬੰਦੇ ਸੀ ਮੰਦਰ ਦੀ ਸਰਦਲ ਦੇ ਉੱਤੇ ਪੁਜਾਰੀਆਂ ਨੂੰ ਵੱਢਣ ਲੱਗ ਗਏ। ਸ਼ਾਮ ਨੂੰ ਉਹਨਾਂ ਨੇ ਵੱਢ ਵੱਢ ਕੇ ਲਾਸ਼ਾਂ ਦੇ ਢੇਰ ਲਾ ਦਿੱਤੇ ਅਤੇ ਦੁਆਲੇ ਰੇਤੇ ਦੇ ਬੰਨ ਲਾ ਲਾ ਕੇ ਖੂਨ ਰੋਕਿਆ ਸੀ ਕਿ ਦੂਰ ਤੱਕ ਜਿੱਥੇ ਸੈਨਾ ਦੇ ਕੈਂਪ ਆ ਉੱਥੇ ਤੱਕ ਜਾਂਦੇ ਰਹੇ। ਹੁਣ 1000 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਹਿੰਦੁਸਤਾਨ ਦੇ ਲੋਕਾਂ ਦੀ ਜਦੋਂ ਗੁਲਾਮੀ ਆਉਂਦੀ ਆ, ਧਿਆਨ ਰੱਖਿਓ, ਪਹਿਲਾਂ ਰਾਜਨੀਤਿਕ ਤੌਰ 'ਤੇ ਗੁਲਾਮ ਬਣਾਇਆ ਜਾਂਦਾ, ਫਿਰ ਇਹਨਾਂ ਲੋਕਾਂ ਦੀ ਜ਼ਮੀਰ ਜਾਗ ਨਾ ਜਾਵੇ ਉਹਨਾਂ ਨੂੰ ਫਿਰ ਮਾਨਸਿਕ ਤੌਰ 'ਤੇ ਗੁਲਾਮ ਬਣਾਇਆ ਜਾਂਦਾ। ਪਰ ਜਦੋਂ ਗੁਲਾਮੀ ਕੱਟਣੀ ਹੋਵੇ, ਜਦੋਂ ਗੁਲਾਮੀ ਨੂੰ ਬਾਹਰ ਕੱਢਣਾ ਹੋਵੇ, ਉਦੋਂ ਪਹਿਲਾਂ ਮਾਨਸਿਕ ਗੁਲਾਮੀ ਤੋੜਨੀ ਪੈਂਦੀ ਹੈ। ਉਦੋਂ ਪਹਿਲਾਂ ਆਉਂਦੀ ਪੋਲੀਟੀਕਲ ਗੁਲਾਮੀ ਆ ਅਤੇ ਬਾਅਦ ਦੇ ਵਿੱਚ ਤੁਸੀਂ ਮਾਨਸਿਕਤਾ ਤੁਹਾਡੀ ਕਮਜ਼ੋਰ ਹੁੰਦੀ ਹੈ, ਪਰ ਜਦੋਂ ਗੁਲਾਮੀ ਕੱਢਣੀ ਆ ਪਹਿਲਾਂ ਮਾਨਸਿਕਤਾ ਤੋੜਨੀ ਹੈ। ਇਹ ਸਮਾਂ ਸੀ ਜਿਹਨੂੰ ਸਰ ਇਕਬਾਲ ਲਿਖਦੇ ਨੇ, ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਉਹ ਮਰਦੇ ਕਾਮਲ ਸੀ ਸਤਿਗੁਰ ਨਾਨਕ। ਮਰਦੇ ਕਾਮਲ ਦਾ ਆਗਮਨ ਹੋ ਗਿਆ ਇਸ ਧਰਤੀ ਦੇ ਉੱਤੇ। ਹੁਣ ਹਿੰਦੁਸਤਾਨ ਦੇ ਲੋਕ ਤਰ੍ਹਾਂ ਤਰ੍ਹਾਂ ਕਰਦੇ ਨੇ, ਮਾਨਸਿਕ ਤੌਰ 'ਤੇ ਗੁਲਾਮ ਨੇ। ਹਿੰਦੁਸਤਾਨੀਆਂ 'ਤੇ ਪਾਬੰਦੀ ਹੈ, ਤੁਸੀਂ ਨਵੇਂ ਬਸਤਰ ਨਹੀਂ ਪਾ ਸਕਦੇ, ਘੋੜੇ ਨਹੀਂ ਰੱਖ ਸਕਦੇ, ਹਥਿਆਰ ਨਹੀਂ ਰੱਖ ਸਕਦੇ, ਕੱਪੜਿਆਂ ਨੂੰ ਟਾਕੀਆਂ ਲਾਉਣੀਆਂ ਪੈਣੀਆਂ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆ ਕੇ ਕੀ ਸਮਝਾਇਆ ਹਿੰਦੁਸਤਾਨ ਦੇ ਲੋਕਾਂ ਨੂੰ? ਇੱਕੋ ਹੀ ਗੱਲ ਕੀਤੀ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤੈ ਕਿਸ਼ਕਾ ਹੈ। ਵੀ ਜੇ ਜੀਂਦੇ ਜੀ ਸਾਡੀ ਕਿਸੇ ਨੇ ਇੱਜ਼ਤ ਉਛਾਲੀ ਜਾਣੀ ਹੈ, ਫਿਰ ਜੀਣ ਦਾ ਕੀ ਫਾਇਦਾ? ਖਾ ਖਾ ਕੇ ਐਵੇਂ ਫਿੱਟ ਅਵੇਹਾ ਜੀਵਿਆ, ਖਾਏ ਵਧਾਇਆ ਪੇਟ, ਵੀ ਇਹੋ ਜਿਹਾ ਖਾਣ ਦਾ ਕੋਈ ਫਾਇਦਾ ਨਹੀਂ। ਦੂਜੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਹੋਰ ਸਮਝਾਈ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਫ ਸਿਓ ਮੇਲ। ਕਿ ਸਾਡੇ ਜਾਣ ਦੇ ਦਿਨ ਲਿਖੇ ਹੋਏ ਨੇ, ਉਹਨੂੰ ਨਾ ਕੋਈ ਵਧਾ ਸਕਦਾ ਅਤੇ ਨਾ ਕੋਈ ਘਟਾ ਸਕਦਾ। ਹਿੰਦੁਸਤਾਨ ਦੇ ਲੋਕਾਂ ਦੀ ਮਾਨਸਿਕਤਾ ਜਾਗ ਗਈ। ਸਿੱਖ ਇਤਿਹਾਸ ਜਦੋਂ ਇਹਨੂੰ ਅਸੀਂ ਪੜ੍ਹਦੇ ਹਾਂ ਨਾ, ਤਾਂ ਐਵੇਂ ਲੱਗਦਾ ਜਦੋਂ ਇਤਿਹਾਸ ਲਿਖਣਾ ਹੋਵੇ ਕੀ ਚਾਹੀਦਾ ਹੁੰਦਾ? ਇੱਕ ਕਲਮ ਦੀ ਲੋੜ ਪੈਂਦੀ ਹੈ, ਇੱਕ ਸ਼ਾਹੀ ਦੀ ਲੋੜ ਪੈਂਦੀ ਅਤੇ ਕਾਗਜ਼ ਦੀ ਲੋੜ ਪੈਂਦੀ। ਤਿੰਨੇ ਚੀਜ਼ਾਂ ਚਾਹੀਦੀਆਂ ਇਤਿਹਾਸ ਲਿਖਣ ਲਈ। ਪਰ ਸਿੱਖ ਇਤਿਹਾਸ ਗੁਰੂ ਸਾਹਿਬਾਨ ਨੇ ਅਤੇ ਸਿੰਘਾਂ ਨੇ ਐਵੇਂ ਲੱਗਦਾ ਆਪਣੇ ਖੂਨ ਦੇ ਨਾਲ ਲਿਖਿਆ। ਔਰ ਇੱਥੇ ਕਲਮ ਨਹੀਂ ਚਾਹੀਦੀ ਪਈ, ਇੱਥੇ ਕਲਮ ਦੀ ਜਗ੍ਹਾ ਤਲਵਾਰ ਦੀ ਨੋਕ ਇਸਤੇਮਾਲ ਹੋਈ ਹੈ। ਔਰ ਇੱਥੇ ਕਾਗਜ਼ ਵੀ ਨਹੀਂ ਚਾਹੀਦਾ ਪਿਆ, ਇੱਥੇ ਗੁਰੂ ਸਾਹਿਬਾਨ ਅਤੇ ਸਿੰਘਾਂ ਨੇ ਆਪਣੀ ਚਮੜੀ ਦੇ ਉੱਤੇ ਪਵਿੱਤਰ ਇਤਿਹਾਸ ਨੂੰ ਲਿਖਵਾਇਆ ਅਤੇ ਖੂਨ ਦੀਆਂ ਨਦੀਆਂ ਇਸ ਧਰਤੀ 'ਤੇ ਵਹਾਈਆਂ, ਇਹਨਾਂ ਜੁਰਬਾਨਿਆਂ ਨੂੰ ਇਸ ਮੁਲਕ ਤੋਂ ਕੱਢਣ ਲਈ, ਅਤੇ ਹਿੰਦੁਸਤਾਨ ਦੇ ਲੋਕਾਂ ਦੀ ਜਿਹੜੀ ਮਾਨਸਿਕਤਾ ਗੁਲਾਮ ਸੀ ਉਸ ਮਾਨਸਿਕਤਾ ਨੂੰ ਖਤਮ ਕਰਨ ਦੇ ਲਈ। ਹੁਣ ਇਤਿਹਾਸ ਦੇ ਅੰਦਰ ਤੁਹਾਨੂੰ ਇੱਕੋ ਟੱਕਰ ਯਾਦ ਆ ਜਿਹੜੀ ਬਾਬਰ ਦੇ ਨਾਲ ਐਮਨਾਬਾਦ ਦੇ ਅੰਦਰ ਹੋਈ ਸੀ। ਉਹ ਪਤਾ ਕਿਉਂ ਯਾਦ ਆ? ਉਹਨੂੰ ਕਿਸੇ ਨੇ ਕਾਹਤੇ ਨਹੀਂ ਬਦਲਵਾਇਆ। ਉਹ ਇਸ ਕਰਕੇ ਨਹੀਂ ਬਦਲਵਾਇਆ ਕਿ ਐਮਨਾਬਾਦ ਤੇ ਪਾਕਿਸਤਾਨ 'ਚ ਰਹਿ ਗਿਆ। ਪਰ ਸੱਚ ਕਰਕੇ ਜਾਣਿਓ, ਜਿਹੜੀ ਪਹਿਲੀ ਟੱਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਹੋਈ ਸੀ, ਉਹ ਦਿੱਲੀ ਦੇ ਅੰਦਰ ਸਿਕੰਦਰ ਲੋਧੀ ਦੇ ਨਾਲ ਹੋਈ ਸੀ। ਇਹ ਸਿਕੰਦਰ ਲੋਧੀ ਨੇ ਸੰਨ 1500 ਦੇ ਵਿੱਚ ਬਿਹਾਰ ਅਤੇ ਬੰਗਾਲ ਦੇ ਅੰਦਰ ਵੈਸ਼ਨਵ ਮਤ ਦੇ 4.5 ਲੱਖ ਲੋਕਾਂ ਦਾ ਧਰਮ ਬਦਲਵਾ ਕੇ ਮੁਸਲਮਾਨ ਕੀਤਾ ਸੀ ਅਤੇ 2.5 ਲੱਖ ਲੋਕਾਂ ਦਾ ਕਤਲ ਕਰਵਾਇਆ ਸੀ ਜਿਨ੍ਹਾਂ ਨੇ ਉਹਦੀ ਗੱਲ ਨਹੀਂ ਸੀ ਮੰਨੀ। ਪਹਿਲੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਪੰਜਾਬ ਦੀ ਪਵਿੱਤਰ ਧਰਤੀ ਕੁਰੂਕਸ਼ੇਤਰ, ਕਰਨਾਲ, ਕਰਨਾਲ ਤੋਂ ਗਏ ਹਰਿਦੁਆਰ। ਹਰਿਦੁਆਰ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਿਕੰਦਰ ਲੋਧੀ ਦੀਆਂ ਵਧੀਕੀਆਂ ਦਾ ਪਤਾ ਲੱਗਿਆ। ਉੱਥੋਂ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਭ੍ਰਮਣ ਜੇ ਕਰਨਾ ਚਾਹੀਦਾ ਸੀ, ਜਾਂ ਤਾਂ ਪਹਾੜਾਂ 'ਚ ਜਾਂਦੇ ਜਾਂ ਯੂਪੀ ਨੂੰ ਜਾਂਦੇ। ਇੱਥੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਾਪਸ ਆਏ, ਸਮਾਂ 1501 ਦਾ, ਧਿਆਨ ਰੱਖਿਓ। ਇੱਥੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਾਪਸ ਆਏ ਪਾਣੀਪਤ ਨੂੰ, ਪਾਣੀਪਤ ਤੋਂ ਦਿੱਲੀ ਪਧਾਰੇ। ਦਿੱਲੀ ਦੇ ਅੰਦਰ
गुरु नानक सच्चे पातशाह जी गुरु नानक नानक प्याऊ स्थान के उत्ते रुके ने ते उत्थे दे हिंदू मत दे लोकां दे सिकंदर लोधी दिल्ली सी उस वेले सिकंदर लोधी ने पाबंदी लगा दिती कि कोई भी हिंदू अपना धार्मिक कर्म करन दे लई जमुना च इशनान नहीं जे कर सकता। गुरु नानक सच्चे पातशाह जी ने पहला ते नानक प्याऊ दे स्थान दे उत्ते खूही साहब दे विचो आप जल कढ के उन्हां लोकां दी प्यास बुझाई जिहड़े लोग सिकंदर लोधी दे सताए होए सी, फिर उन्हां नूं आत्मक खुराक दे के उन्हां नूं खड़ा कीता, उन्हां दी मानसिकता उच्ची कीती ते आप गुरु नानक सच्चे पातशाह जी उन्हां लोकां नूं लैके जमुना तक गए कि इस मुल्क दे अंदर हरेक बंदे नूं धार्मिक आजादी होनी चाहीदी आ। आओ असीं अगे लगदे हां। हुण होया की सिकंदर लोधी ने पातशाह जी को जेल के अंदर बंद किया है और इतने पातशाह जी ने जेल के अंदर चक्की भी पीसी, जिथे एमनाबाद भी चक्की पीसी, दिल्ली भी चक्की पीसी। जे इनू पढ़ना है तो लाल सिंह संगरूर की तवारीख गुरु खालसा ते ट्रैवल्स ऑफ गुरु नानक जी एस जी पी सी की प्रवानित किताब आ डॉक्टर सुरेंद्र सिंह कोहली ने लिखी है, वो अंदर पढ़ के देख लो। इतने फिर गुरु नानक सच्चे पातशाह जी ने कल दाने नहीं पीसे चक्की के अंदर, हिंदुस्तान के लोगों के डर भी पी दिता, हिंदुस्तान के लोगों को बंगारिया। ऐ लोगो जे तुसी अणख दे नाल जीना चाहते हो तो मौत का डर अपने दिल चो कढ दिओ। ओ कौमां हमेशा कमजोर हो जांदियां ने जिन्हां दे दिलां च मौत का डर बैठिया होया होवे। इत्थे फिर गुरु नानक सच्चे पातशाह जी ने अणख नूं बंगारिया ते हिंदुस्तान दे लोक उठ के खड़े हो गए, एक नवा पंथ चला दिता, मारिया सिक्का जगत विच नानक निर्मल पंथ चलाया। हुण इस निर्मल पंथ ने दे जिहड़ा मुखी सी गुरु नानक सच्चे पातशाह जी, उन्हें मानसिक गुलामी जी खत्म कर दी। हुण तुसी आप फैसला करो कि हिंदुस्तान की आजादी का पहला स्वतंत्रता सेनानी धन धन गुरु नानक सच्चे पातशाह आ, जिहड़े हिंदुस्तान के लोगों की अणख नूं टुंबिया ते टुंब के जगाया तां इह मुल्क खड़ा होया। हुण मानसिक गुलामी चले गई, मानसिक गुलामी खत्म हो गई, निर्मल पंथ चल पिया, मरजीवड़िया की एक कौम गुरु नानक ने खड़ी कर दिती। उस तो बाद की चाहिए सी, हुण तुहानू वीरो मिलिटरी चाहिए है, सेना चाहिए है, और सैनिक नू की चाहिए हुंदा? जो सैनिक का टैस्ट हुंदा ते सब तो पहला की देखा जाता, सैनिक की सेहत चंगी होवे। बाबर जदों गुरु नानक साहब के सामने झुक गया तो उहदा पुत्र जिहड़ा है जिहड़ा शेर शाह सूरी तो हारिया सी, उह खडूर साहब गुरु नानक साहब की दूजी जोत के चरणा चाहुंदा। एक गल ध्यान रखियो, इत्थे आप जी नाल गल सांझी कर लवां, इतिहास नूं रोक के गुरबाणी नूं सुणन दे फायदे की है। बाबा लहणा जी, बाबा लहणा जी ने बाणी सुनी भाई जोत तो, भाई जोत तो बाणी सुन के गुरु नानक सच्चे पातशाह जी के चरणों में आया। करतारपुर साहब 7 साल सेवा की, हुक्म मन्या, शब्द नूं पछाणिया ते गुरु नानक की दूजी जोत अंगे खुद अंगद बन के बैठ गया। एक कवि बड़ा वधिया लिखदा, इश्क की भट्टी में तपाकर कुंदन कर दिया, लहणे से अंगद किया, अंगद से अल्लाह कर दिया। फिर अल्लाह का रूप ही बना दिता गुरु अंगद पातशाह जी नूं, ते दूजी जोत खडूर साहब दे विच आन खडूरे जोत जगाई। हुण जोत इत्थे आके जगा दित्ती, हमाजू पहुँच गया। हारिया होया बादशाह पातशाह जी बच्चों दीआं खेडां करा रहे ने, खड़ा हो जांदा पातशाह जी ने ध्यान नहीं कीता, हमाजू तलवार कढ लैंदा ते पातशाह जी मुस्करा के पुछदे आ, हमाजू जिहड़ी तलवार तैनू मैदाने जंग च चलाउणी चाहीदी सी फकीरां ते कढ दे नू शर्म नहीं आउंदी, तेरे अंदर किहो जिही मरदानगी है, तलवार च मैदान चो तां छड के भज आया ते फकीरां ते तलवार कढण दे आया, ते हमाजू दा सिर ते तलवार दोनों शब्दां दे वार दे नाल अंगद पातशाह जी ने चुका दित्ते। हुण एक इतिहास दे अंदर दास नू कल रात नू स्टडी करदा सी, नवी गल मिली क
कि उस वेले हमायू की भैन गुलबदन उहदे नाल सी। वह अपने तुजकी दे अंदर लिखती है उहदियां चिट्ठियां ने कि जदों असीं गुरु अंगद पातशाह जी दे दर्शन करके चले गए, गुरु अंगद पातशाह जी दे शब्द बारां दा हमायू ते इदां दा असर होया, हमायू अंदरों इन्ना हिल गया कि जदों वह सौंदा सी ते उहनूं एक बाबा दिसदा सी सोटे आला, जिहड़ा कहिंदे उहनूं बगाड़दा सी, हमायू मरदा आला काम कर, जिहड़ा मैदाने जंग तो एक बारी ते भज आया फकीरां ते कुरबान कढ़दा, पर हुण जे तैनूं गुरु नानक दे घर दी शफा चाहीदी ते मर्द बण। ਇਹ ਗੁਲਬਦਨ ਨੇ ਆਪਣੀ ਚਿੱਠੀ ਦੇ ਅੰਦਰ, ਆਪਣੀਆਂ ਲਿਖਤਾਂ ਦੇ ਅੰਦਰ ਜਿਹੜੀ ਹਮਾਜੂ ਦੀ ਸਕੀ ਭੈਣ ਹੈ ਉਹਨੇ ਲਿਖਿਆ ਹੋਇਆ। ਹੁਣ ਇੱਥੇ ਮਿਲਟਰਲੀ ਸਟਰੋਂਗ ਕਰਨ ਲਈ ਗੁਰੂ ਅੰਗਦ ਪਾਤਸ਼ਾਹ ਜੀ ਨੇ ਮੱਲ ਅਖਾੜੇ ਚਾਲੂ ਕਰਤੇ, ਬੱਚਿਆਂ ਦੀਆਂ ਖੇਡਾਂ ਚਲਾਤੀਆਂ, ਅਤੇ ਜਿਹੜੀ ਮਾਨਸਿਕ ਗੁਲਾਮੀ ਤੋਂ ਬਾਅਦ ਸਰੀਰਕ ਗੁਲਾਮੀ ਕੱਢਣ ਲਈ ਮਿਲਟਰੀ ਸੈਨਾ ਫੌਜ ਚਾਹੀਦੀ ਸੀ, ਅਤੇ ਉਹ ਯੋਧਿਆਂ ਦੀ ਨੀਂਹ ਜਿਹੜੀ ਆ ਗੁਰੂ ਅੰਗਦ ਪਾਤਸ਼ਾਹ ਜੀ ਨੇ ਰੱਖ ਦਿੱਤੀ। ਇਹਨਾਂ ਹੀ ਮੱਲ ਅਖਾੜਿਆਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਾਰੀ ਰੱਖਿਆ। ਗੁਰੂ ਨਾਨਕ ਦੇ ਘਰ ਦੀਆਂ ਦੋ ਗੱਲਾਂ ਜਿਹੜੀਆਂ ਉਹ ਦੁਨੀਆ ਤੋਂ ਅਲੱਗ ਨੇ, ਇੱਕ ਤਾਂ ਇੱਥੇ ਸ਼ਬਦ ਗੁਰੂ ਹੈ, ਜਿਹੜਾ ਪਰਮਾਤਮਾ ਆ ਉਹ ਸ਼ਬਦ ਰੂਪ ਆ, ਅਤੇ ਪਰਮਾਤਮਾ ਜਦੋਂ ਇਹ ਸ਼ਬਦ ਨੂੰ ਧਰਤੀ 'ਤੇ ਭੇਜਦਾ ਉਹ ਜੋਤ ਰਾਹੀਂ ਭੇਜਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਰੀਰ ਕਰਕੇ ਨਾ ਜਾਣਿਓ, ਉਹ ਪਰਮਾਤਮਾ ਦੀ ਜੋਤ ਹੈ, ਉਹ ਜੋਤ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਜੋਤਾਂ ਪ੍ਰਗਟ ਹੁੰਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਵੀ ਲਿਖਿਆ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ, ਵਾਹ ਪ੍ਰਗਟਿਓ ਮਰਦ ਅਗੰਮੜਾ ਬਰੇ ਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਤੇਲਾ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸਿੰਘ ਸੂਰਾ। ਇਸ ਕਰਕੇ ਜਿਹੜੀ ਜੋਤ ਆ ਉਸ ਜੋਤ ਦੇ ਰਾਹੀਂ ਇਹ ਬਾਣੀ ਮਨੁੱਖਤਾ ਦੇ ਭਲੇ ਲਈ ਇਸ ਸੰਸਾਰ ਦੇ ਉੱਤੇ ਉਸ ਪਰਮਾਤਮਾ ਦੇ ਕੋਲੋਂ ਆਈ ਹੈ। ਫਿਰ ਜੋਤ ਦਾ ਕੀ ਹੋਇਆ, ਜੋਤ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਜੀ 'ਚ ਆ ਗਈ, ਉਹੀ ਜੋਤ ਗੁਰੂ ਅਮਰਦਾਸ ਪਾਤਸ਼ਾਹ 'ਚ ਆ ਗਈ, ਅਤੇ ਦਸਾਂ ਜਾਮਿਆਂ ਦੇ ਵਿੱਚੋਂ ਇਹ ਜੋਤ ਦਾ ਵਿਕਾਸ ਹੋ ਕੇ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਹੈ। ਕਿਤੇ ਤੁਸੀਂ ਗੁਰੂਆਂ ਨੂੰ ਸਰੀਰ ਕਰਕੇ ਜਾਣਦੇ ਰਹੋ, ਉਸ ਅਕਾਲ ਪੁਰਖ ਦੀ ਜੋਤ ਹੈ। ਇੱਕ ਅੰਗਰੇਜ਼ ਵਿਦਵਾਨ ਦੇ ਸ਼ਬਦ ਮੈਨੂੰ ਯਾਦ ਆਉਂਦੇ ਆ, ਉਹ ਕਹਿੰਦਾ ਕਿ ਜਦੋਂ ਪਰਮਾਤਮਾ ਨੇ ਆ ਦੁਖੀ ਮਨੁੱਖਤਾ ਦਾ ਹਾਲ ਦੇਖਿਆ ਨਾ, ਉਹਦੀਆਂ ਅੱਖਾਂ 'ਚੋਂ ਇੱਕ ਹੰਝੂ ਡਿੱਗ ਪਿਆ। ਉਸ ਮਨੁੱਖਤਾ ਦੇ ਦੁੱਖ ਦੇ ਲਈ ਜਿਹੜਾ ਪਰਮਾਤਮਾ ਦੀਆਂ ਅੱਖਾਂ 'ਚੋਂ ਹੰਝੂ ਡਿੱਗਿਆ ਸੀ, ਉਹਨੇ ਫਿਰ ਗੁਰੂ ਨਾਨਕ ਦਾ ਰੂਪ ਧਾਰ ਲਿਆ, ਸਮੁੱਚੇ ਜਗਤ ਦਾ ਦੁੱਖ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਸੰਸਾਰ 'ਤੇ ਪ੍ਰਚਾਰ ਕੀਤਾ। ਗੁਰੂ ਨਾਨਕ ਦੇ ਘਰ 'ਚ ਜਾਤਾਂ ਹੈ ਨਹੀਂ, ਜਾਤ ਜਨਮ ਨਹਿ ਪੁੱਛੀਏ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜੇ ਇਹ ਕਰਮ ਕਮਾਏ। ਗੁਰੂ ਨਾਨਕ ਦੇ ਘਰ 'ਚ ਸਿਰਫ ਦੋ ਹੀ ਜਾਤਾਂ ਨੇ, ਇੱਕ ਚੰਗੇ ਮਨੁੱਖਾਂ ਦੀ ਜਾਤ ਅਤੇ ਇੱਕ ਮਾੜੇ ਮਨੁੱਖਾਂ ਦੀ ਜਾਤ। ਇੱਥੇ ਜਾਤ ਦੇ ਨਾਲ ਕਰਮ ਦੇ ਨਾਲ ਜਦੋਂ ਲਾਲੋ ਦੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਸੇਰਾ ਕੀਤਾ ਸੀ ਨਾ, ਉਹ ਆਪਣੇ ਆਪ 'ਚ ਬਹੁਤ ਵੱਡਾ ਇਨਕਲਾਬ ਸੀ। ਇੱਕ ਬੇਦੀਆਂ ਦੇ ਘਰੇ ਪ੍ਰਗਟ ਹੋਏ ਉੱਚ ਕੁੱਲ ਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਇੱਕ ਅਖੌਤੀ ਸ਼ੂਦਰ ਭਾਈ ਲਾਲੋ ਦੇ ਘਰ ਰੁਕਣਾ, ਇਹ ਵੀ ਆਪਣੇ ਆਪ 'ਚ ਇੱਕ ਇਨਕਲਾਬ ਸੀ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਸੀ ਲਾਲੋ ਨੂੰ, ਲਾਲੋ ਇਹ ਸਮੁੱਚਾ ਸੰਸਾਰ ਹੀ ਮੇਰਾ ਚੁੱਲ੍ਹਾ ਚੌਂਕਾ ਆ, ਤੂੰ ਕਿਹੜਿਆਂ ਚੱਕਰਾਂ 'ਚ ਪਾਈ ਜਾਂਦਾ, ਆਪਣੇ ਕਿਤੇ ਮਨ ਨੂੰ ਵੀ ਘੜ ਲੈ, ਕਿੱਲੇ ਹੀ ਘੜੀ ਜਾਣੇ ਆ। ਅਤੇ ਉਹ ਲਾਲੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਿਰਾਜਮਾਨ ਹੈ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਗੁਰੂ ਨਾਨਕ ਦਾ ਘਰ ਐਡਾ ਉੱਚਾ ਆ ਕਿ ਅਖੌਤੀ ਸ਼ੂਦਰ ਲਾਲੋ ਨੂੰ ਸਦੀਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਿਰਾਜਮਾਨ ਕਰ ਗਏ ਆ। ਹੁਣ ਮੱਲ ਅਖਾੜੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਕਾਇਮ ਰੱਖੇ, ਮਿਲਟਰਲੀ ਵਿਕਾਸ ਹੋਣ ਲੱਗ ਪਿਆ, ਸਰੀਰਕ ਤੌਰ 'ਤੇ ਵਿਕਾਸ ਹੋਣ ਲੱਗ ਪਿਆ। ਹੁਣ ਅੱਗੇ ਜਦੋਂ ਤੁਸੀਂ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਜਾਂਦਿਆਂ ਜਾਂਦਿਆਂ ਯੋਧਿਆਂ ਦੀ ਫੌਜ ਜਿਹੜੀ ਪੈਦਾ ਹੋ ਚੁੱਕੀ ਸੀ,
ਬਾਬਾ ਬੁੱਢਾ ਜੀ ਵਰਗੇ ਹਥਿਆਰਾਂ 'ਚ ਪ੍ਰਵੀਨ ਹੋ ਚੁੱਕੇ ਸੀ, ਹੋਰ ਸਿੱਖ ਹਥਿਆਰਾਂ 'ਚ ਪ੍ਰਵੀਨ ਹੋ ਚੁੱਕੇ ਸੀਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਮੌ ਸਾਹਿਬ ਫਲੌਰ ਦੇ ਲਾਗੇ ਵਿਆਹੁਣ ਗਏ ਆ ਅਤੇ ਉੱਥੇ ਉਹਨਾਂ ਨੇ ਬਕਾਇਦਾ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਸੀ। ਉਸ ਪਿੰਡ ਦੇ ਨਾਲ ਸਾਖੀ ਜੁੜੀ ਹੋਈ ਆ ਸਮਾਂ, ਕਿਉਂਕਿ ਇੱਕ ਹੀ ਘੰਟੇ ਦਾ ਬਖਸ਼ਿਆ ਸਕੱਤਰ ਸਾਹਿਬ ਨੇ ਅਤੇ ਉਹ ਸਾਖੀ ਨੂੰ ਮੈਂ ਛੱਡ ਜਾਂਦਾ। ਅਤੇ ਹੁਣ ਇਦੋਂ ਅੱਗੇ ਜਿਹੜੇ ਲੋਕਾਂ ਨੂੰ ਇਹ ਭੁਲੇਖਾ ਹੈ, ਅਕਸਰ ਗੱਲ ਕਰਦੇ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਇਸ ਕਰਕੇ ਕਰ ਦਿੱਤੀ ਗਈ ਕਿਉਂਕਿ ਉਹਨਾਂ ਨੇ ਆਪਣੇ ਬੇਟੇ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਸੀ ਲਿਆ। ਉਹ ਵੀਰੋ ਇਤਿਹਾਸ ਨੂੰ ਪੜ੍ਹ ਕੇ ਤਾਂ ਦੇਖੋ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਟਾਈਮ ਦੇ ਉੱਤੇ ਸਿੱਖਾਂ ਦੀ ਗਿਣਤੀ ਸੀ 3 ਕਰੋੜ, ਗੁਰੂ ਅਰਜਨ ਪਾਤਸ਼ਾਹ ਜੀ ਦੇ ਟਾਈਮ ਦੇ ਉੱਤੇ ਸਿੱਖਾਂ ਦੀ ਗਿਣਤੀ ਹੋ ਗਈ ਸੀ 11 ਕਰੋੜ, ਅੱਜ ਸਾਡੀ ਗਿਣਤੀ 2 ਕਰੋੜ ਰਹਿ ਗਈ ਹੈ। ਉਹਦੇ 'ਚੋਂ ਵੀ ਜੇ ਸਿੱਖ ਲੱਭਣੇ ਹੋਣ ਤਾਂ ਕੋਈ ਸ਼ਨੀ ਮੰਦਰ ਨੂੰ ਤੁਰਿਆ ਜਾਂਦਾ, ਕੋਈ ਕਿਤੇ ਨੂੰ ਤੁਰਿਆ ਜਾਂਦਾ, ਕੋਈ ਗੁਰੂ ਨਾਨਕ ਸਾਹਿਬ ਦੀ ਫੋਟੋ ਨਹੀਂ ਮੱਥਾ ਟੇਕਿਆ ਜਾਂਦਾ, ਜਿਹੜਾ ਗੁਰੂ ਨਾਨਕ ਸਾਹਮਣੇ ਬਿਰਾਜਮਾਨ ਆ ਉਹਦੇ ਸ਼ਬਦ ਦਾ ਸੁਨੇਹਾ ਅਸੀਂ ਲੈਂਦੇ ਨਹੀਂ। ਹੁਣ ਹਕੂਮਤ ਨੂੰ ਇਸ ਗੱਲ ਦਾ ਫਿਕਰ ਹੈ। ਤੁਝ ਕੇ ਜਹਾਂਗੀਰੀ ਦੇ ਅੰਦਰ ਜਹਾਂਗੀਰ ਆਪ ਲਿਖਦਾ, ਕਹਿੰਦਾ ਮੈਨੂੰ ਜਦੋਂ ਉਹ ਗੁਜਰਾਤ ਦਾ ਗਵਰਨਰ ਸੀ ਕਿ ਜਿਹੜੀ ਦੁਕਾਨੇ ਬਾਤਲ, ਉਹਦੇ ਸ਼ਬਦਾਂ 'ਚ ਝੂਠ ਦੀ ਦੁਕਾਨ 4 ਪੀੜ੍ਹੀਆਂ ਤੋਂ ਸਰਗਰਮ ਸੀ, ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਭੋਲੇ ਭਾਲੇ ਹਿੰਦੂ ਤਾਂ ਉੱਥੇ ਜਾਂਦੇ ਹੀ ਨੇ ਅਤੇ ਜਿਹੜੇ ਮੁਸਲਮਾਨ ਨੇ ਸਾਈਂ ਮੀਆਂ ਮੀਰ ਵਰਗੇ ਵੀ ਉਸ ਦੁਕਾਨੇ ਬਾਤਲ 'ਤੇ ਜਾਂਦੇ ਆ, ਅਤੇ ਮੈਂ ਇਹ ਫੈਸਲਾ ਲਿਆ ਕਿ ਜਾਂ ਤਾਂ ਇਹਨੂੰ ਬੰਦ ਕਰਵਾ ਦਿੱਤਾ ਜਾਵੇ, ਜਾਂ ਇਹਨਾਂ ਨੂੰ ਕਤਲ ਕਰਵਾ ਦਿੱਤਾ ਜਾਵੇ, ਜਾਂ ਇਹਨਾਂ ਨੂੰ ਉਮਤੇ ਇਸਲਾਮ ਦੇ ਵਿੱਚ ਲੈ ਆਂਦਾ ਜਾਵੇ। ਤੁਝ ਕੇ ਜਹਾਂਗੀਰੀ ਦੇ ਅੰਦਰ ਇਹ ਦਰਜ ਆ। ਸ਼ੇਖ ਅਹਿਮਦ ਸਰਹੰਦੀ ਜਿਹੜਾ ਬਾਕੀ ਬਿੱਲਾ ਦਾ ਚੇਲਾ ਆ, ਬਾਕੀ ਬਿੱਲਾ ਦਾ ਚੇਲਾ ਆ, ਉਹਦੀਆਂ ਲਿਖਤਾਂ ਨੇ ਜਦੋਂ ਜਹਾਂਗੀਰ ਗੱਦੀ 'ਤੇ ਬੈਠਾ ਅਤੇ ਉਦੋਂ ਉਹ ਡਾਵਾਂਡੋਲ ਸੀ, ਸ਼ੇਖ ਅਹਿਮਦ ਸਰਹੰਦੀ ਨੇ ਆਪਣੇ ਚੇਲੇ ਮੁਰਤਜ਼ਾ ਖਾਨ ਨੂੰ ਭੇਜ ਕੇ ਇਹ ਵਾਅਦਾ ਲਿਆ ਸੀ ਕਿ ਬਈ ਜੇ ਤੂੰ ਰਾਜ ਕਰਨਾ ਤਾਂ ਤੈਨੂੰ ਇੱਥੇ ਜਿਹੜਾ ਦਾਰੁਲ ਇਸਲਾਮ ਖੜਾ ਕਰਨਾ ਪੈਣਾ, ਬਈ ਇਸਲਾਮੀ ਰਾਜ ਬਣਾਉਣਾ ਪੈਣਾ, ਇਸ ਕਰਕੇ ਅਸੀਂ ਤੈਨੂੰ ਮਦਦ ਦੇਵਾਂਗੇ। ਹੁਣ ਉਹ ਸ਼ੇਖ ਅਹਿਮਦ ਸਰਹੰਦੀ ਜਿਹੜਾ ਸਰਹੰਦ ਦੇ ਵਿੱਚ 1560 'ਚ ਜੰਮਿਆ ਸੀ, ਇਹਨੇ ਆਪਣੇ ਆਪ ਨੂੰ ਅਨਾਊਂਸ ਕਰ ਦਿੱਤਾ ਮੁਜ਼ਦਿਦ ਅਲਫਸਾਨੀ। ਮੁਜ਼ਦਿਦ ਅਲਫਸਾਨੀ ਹੁੰਦਾ ਇਸਲਾਮ ਦੇ ਵਿੱਚ ਨਵੇਂ ਧਰਮ ਦਾ ਰਾਖਾ, ਨਵੇਂ ਯੁੱਗ 'ਚ ਧਰਮ ਦਾ ਰਾਖਾ। ਇਹਦੀਆਂ ਲਿਖਤਾਂ ਨੇ ਮਕਤੂਬਾ ਤੇ ਇਮਾਮ ਰਬਾਨੀ, ਜਿਹੜੀਆਂ ਚਿੱਠੀਆਂ ਇਹਨੇ ਆਪਣੇ ਚੇਲੇ ਮੁਰਤਜ਼ਾ ਖਾਨ ਨੂੰ ਲਿਖੀਆਂ ਨੇ, ਉਹਦੇ ਅੰਦਰ ਇਹ ਲਿਖਦਾ ਕਿ ਬਈ ਅੱਜ ਮੈਂ ਬੜਾ ਖੁਸ਼ ਹਾਂ ਕਿਉਂਕਿ ਗੋਇੰਦਵਾਲਾ ਵਾਲਾ ਜਿਹੜਾ ਲਾਂਟੀ ਹਿੰਦੂ, ਉਹਦੇ ਸ਼ਬਦਾਂ 'ਚ ਉਹਨੂੰ ਖਤਮ ਕਰ ਦਿੱਤਾ ਗਿਆ। ਇਹ ਉਹਦੀ ਚਿੱਠੀ ਨੰਬਰ 93 'ਚੋਂ ਕਤਲ ਦੀ ਗੱਲ ਲਿਖਦਾ, ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਲਿਖਦਾ। ਚਿੱਠੀ ਨੰਬਰ 52, 53 ਦੇ ਵਿੱਚ ਉਹ ਗੁਰੂ ਨਾਨਕ ਦੇ ਘਰ ਦੇ ਪਸਾਰੇ ਤੋਂ ਦੁਖੀ ਹੈ। ਹੁਣ ਜਿਹੜਾ ਯਾਸਾ ਕਾਨੂੰਨ ਹੈ ਜਿਹੜਾ ਚੰਗੇਜ਼ ਖਾਨ ਨੇ ਬਣਾਇਆ ਸੀ, ਚੰਗੇਜ਼ ਖਾਨ ਦਾ ਬੇਟਾ ਸੀ ਉਰਦੇਈ ਖਾਨ, ਉਹਦਾ ਬੇਟਾ ਸੀ ਉਗੋਦੇਈ ਖਾਨ, ਉਹ ਤੋਂ ਅੱਗੇ ਕੁਬਲੀ ਖਾਨ, ਕੁਬਲੀ ਖਾਨ ਤੋਂ ਤਮੂਰ ਲੰਗ ਤੋਂ ਬਾਬਰ ਤੱਕ ਆ ਕੇ ਜਿਹੜਾ ਕਾਨੂੰਨ ਯਾਸਾ ਸੀ, ਜਿਹਦਾ ਅਰਥ ਇਹ ਬਣਦਾ ਕਿ ਸ਼ਹੀਦ ਵੀ ਕਰਨਾ ਅਤੇ ਖੂਨ ਵੀ ਧਰਤੀ 'ਤੇ ਡਿੱਗਣ ਨਹੀਂ ਦੇਣਾ। ਉਹਦਾ ਕਾਰਨ ਹੈ ਜਿਹੜਾ ਚੰਗੇਜ਼ ਖਾਨ ਸੀ ਇਹਦਾ ਕਬੀਲਾ ਸੀਗਾ ਸ਼ਮਨ ਕਬੀਲਾ। ਸ਼ਮਨ ਕਬੀਲੇ ਦਾ ਇਹ ਭੂਤਾਂ ਪ੍ਰੇਤਾਂ 'ਚ ਵਿਸ਼ਵਾਸ ਕਰਦਾ ਸੀ। ਇਹਨਾਂ ਦਾ ਵਿਸ਼ਵਾਸ ਸੀ ਕਿ ਜੇ ਕਿਸੇ ਧਾਰਮਿਕ ਵਿਅਕਤੀ ਦਾ ਖੂਨ ਜ਼ਮੀਨ 'ਤੇ ਡੁੱਲ ਜਾਵੇ ਉਹਦੇ ਅੰਦਰੋਂ ਜਿਹੜੀਆਂ ਆਤਮਾਵਾਂ ਪੈਦਾ ਹੁੰਦੀਆਂ ਨੇ ਉਹ ਸ਼ਮਨ ਕਬੀਲੇ 'ਤੇ ਭਾਰੂ ਪੈ ਸਕਦੀਆਂ। ਇਸ ਕਾਨੂੰਨ ਦੇ ਤਹਿਤ ਜਿਹੜੇ ਉਹਦੇ ਧਾਰਮਿਕ ਆਗੂ ਸੀ ਉਹਨੇ ਕਿਤਾਬ ਲਿਖੀ ਸੀ ਜਿਹਨੂੰ ਬਲੀਕ ਕਹਿੰਦੇ ਆ, ਬਲੀਕ ਦੰਡਾਵਲੀ, ਜਿਹੜੇ ਉਹਨੇ 1206 ਤੋਂ ਲਿਖਣੀ ਸ਼ੁਰੂ ਕੀਤੀ ਅਤੇ 1218 ਦੇ ਵਿੱਚ ਪੂਰੀ ਕੀਤੀ। 1218 'ਚ ਪੂਰੀ ਕਰਕੇ ਉਹਨੂੰ ਲਾਗੂ ਕੀਤਾ ਅਤੇ ਉਸ ਕਾਨੂੰਨ ਦੇ ਤਹਿਤ ਪਾਤਸ਼ਾਹ ਦੀ ਸ਼ਹਾਦਤ ਕਰਨੀ ਸਿੱਧਾ ਹਕੂਮਤ ਦਾ ਹੱਥ ਆ। ਜਿਹੜਾ ਮੁੱਖ ਕਾਰਨ ਸੀ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਉਹ ਇਹ ਸੀ ਕਿ ਇੱਥੇ ਰਾਜ ਤਾਂ ਮੁਸਲਮਾਨਾਂ ਦਾ ਹੋਵੇ ਪਰ
ਪਸਾਰਾ ਗੁਰੂ ਨਾਨਕ ਦੇ ਸੱਚ ਦੇ ਧਰਮ ਦਾ ਹੋਵੇ। ਹਕੂਮਤ ਇਸ ਗੱਲ ਨੂੰ ਕਦੋਂ ਬਰਦਾਸ਼ਤ ਕਰਦੀ ਹੈ ਕਿ ਮੁਸਲਮਾਨ ਵੀ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਗੁਣ ਗਾਉਣ, ਅਤੇ ਫਿਰ ਜਦੋਂ ਹਕੂਮਤ ਦਾ ਬਸ ਨਹੀਂ ਚੱਲਦਾ ਉਹ ਸ਼ਹਾਦਤਾਂ ਵੱਲ ਨੂੰ ਤੁਰਦੀ ਹੈ, ਉਹ ਕਤਲਾਂ ਵੱਲ ਨੂੰ ਤੁਰਦੀ ਹੈ। ਇੱਥੇ ਜਦੋਂ ਸਾਡੇ ਲਈ ਦੁੱਖ ਦੀ ਗੱਲ ਹੈ, ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਸਾਡੇ ਲਈ ਫਖਰ ਦੀ ਗੱਲ ਵੀ ਇਹ ਹੈ ਕਿ ਪਹਿਲੀ ਵਾਰੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਮੁਸਲਮਾਨਾਂ ਨੇ ਕਿਸੇ ਗੈਰ ਮੁਸਲਮਾਨ ਪੈਗੰਬਰ ਨੂੰ, ਗੁਰੂ ਨੂੰ ਧਾਰਮਿਕ ਆਗੂ ਮੰਨ ਲਿਆ, ਤਾਂ ਹੀ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਆ ਯਾਸਾ ਕਾਨੂੰਨ ਦੇ ਤਹਿਤ ਕੀਤੀ ਹੈ, ਕਿਉਂਕਿ ਯਾਸਾ ਦੇ ਤਹਿਤ ਧਾਰਮਿਕ ਵਿਅਕਤੀ ਨੂੰ ਹੀ ਸਜ਼ਾ ਦਿੱਤੀ ਜਾ ਸਕਦੀ ਸੀ ਕਿ ਉਹਦਾ ਖੂਨ ਜ਼ਮੀਨ 'ਤੇ ਨਾ ਡੁੱਲੇ। ਫਖਰ ਦੀ ਗੱਲ ਹੈ ਸਾਡੇ ਲਈ ਕਿ ਪਹਿਲੀ ਵਾਰੀ ਮੁਸਲਮਾਨਾਂ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਕਿ ਅਧਿਆਤਮਿਕਤਾ ਗੁਰੂ ਨਾਨਕ ਦੇ ਘਰ ਦੇ ਅੰਦਰ ਆ, ਜਿੱਥੇ ਮੀਰੀ ਅਤੇ ਪੀਰੀ ਦਾ ਸੰਮੇਲ ਵੀ ਹੈ। ਇਹ ਨਾ ਸਮਝਿਓ ਕਿ ਮੀਰੀ ਅਤੇ ਪੀਰੀ ਦਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦਿੱਤਾ, ਉਹਨਾਂ ਨੇ ਪ੍ਰਗਟ ਕੀਤਾ। ਮੀਰੀ ਅਤੇ ਪੀਰੀ ਦਾ ਸਿਧਾਂਤ ਤਾਂ ਗੁਰੂ ਨਾਨਕ ਨੇ ਦੇ ਦਿੱਤਾ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ, ਉੱਥੋਂ ਇਹ ਸਿਧਾਂਤ ਸ਼ੁਰੂ ਹੋ ਗਿਆ। ਮੀਰੀ ਅਤੇ ਪੀਰੀ ਸੰਤ ਅਤੇ ਸਿਪਾਹੀ ਗੁਰੂ ਨਾਨਕ ਨੇ ਮਾਨਸਿਕ ਤੌਰ 'ਤੇ ਬਲਵਾਨ ਕਰ ਦਿੱਤੇ। ਕੋਟੀ ਹੂ ਪੀਰ ਵਰਜ ਰਹਿਆ, ਜਾਂ ਮੀਰ ਸੁਣਿਆ ਧਾਇਆ, ਬਾਬਰ ਨੂੰ ਮੀਰ ਲਿਖਣ ਦਾ ਮਤਲਬ ਆ ਉਹਦੇ ਕੋਲ ਪੀਰੀ ਹੈ ਨਹੀਂ ਸੀ। ਹੁਣ ਇੱਥੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ ਜਦੋਂ ਲਾਹੌਰ ਨੂੰ ਜਾਣਾ ਸੀ, ਇਹਦੇ ਵਿੱਚੋਂ ਚੰਦੂ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਇਸ ਗੱਲ ਦਾ ਧਿਆਨ ਰੱਖਿਓ, ਕਿਤੇ ਕਿਸੇ ਨੂੰ ਭੁਲੇਖਾ ਪੈ ਜਾਵੇ। ਜਿਹੜੇ ਮੁੱਖ ਕਾਰਨ ਨੇ, ਇਸਲਾਮ ਨੂੰ ਗੁਰੂ ਨਾਨਕ ਦੇ ਘਰ ਤੋਂ ਖਤਰਾ ਪੈਦਾ ਹੋ ਗਿਆ ਸੀ, ਆ ਸ਼ੇਖ ਫਤਿਹ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਾਨਾ ਪੀਲੂ ਸ਼ੱਜੂ, ਜਿਹੜਾ ਕਾਨਾ ਚੰਦੂ ਦਾ ਰਿਸ਼ਤੇਦਾਰ ਸੀ, ਇਹ ਸਾਰੇ ਵੀ ਬਰਾਬਰ ਦੇ ਜਿਹੜੇ ਦੋਖੀ ਨੇ, ਇਹ ਬਰਾਬਰ ਦਾ ਰੋਲ ਰਿਹਾ। ਸ਼ਖੀ ਸਰਵਰੀਆਂ ਦਾ ਜਿਹੜਾ ਇੱਥੋਂ ਪੂਰਾ ਤਰਨ ਤਾਰਨ ਦੇ ਲਾਗਿਓਂ, ਜੇ ਕਿਤੇ ਪਤਾ ਕਰ ਲਓ ਜਾ ਕੇ ਅਗਾੜਾ ਪਛਾੜਾ ਸਾਹਿਬ ਕਿੰਨੇ ਪਿੰਡਾਂ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਗਏ ਨੇ, ਅਤੇ ਇੱਥੇ ਹੀ ਜਿਹੜੀ ਝੂਠ ਦੀ ਦੁਕਾਨ ਕਬਰਾਂ ਨੂੰ ਪੂਜਣ ਵਾਲਿਆਂ ਦੀ ਚੱਲਦੀ ਸੀ, ਉਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੱਚ ਦਾ ਉਪਦੇਸ਼ ਦੇ ਕੇ ਬੰਦ ਕਰਵਾ ਦਿੱਤੀ ਸੀ ਵੀਰੋ। ਪਰ ਅੱਜ ਦੁੱਖ ਦੀ ਗੱਲ ਇਹ ਹੈ, ਜਦੋਂ ਸਾਡੇ ਇਲਾਕੇ 'ਚੋਂ ਟ੍ਰੇਨ ਆਉਂਦੀ ਹੈ ਨਾ, ਅੰਮ੍ਰਿਤਧਾਰੀ ਸਿੰਘ ਸ੍ਰੀ ਸਾਹਿਬ ਪਾਏ ਹੋਣ ਅਤੇ ਡੋਲੂ ਹੱਥ ਨੂੰ ਲੈ ਕੇ ਉਸ ਫੱਤੇ ਵਾਲੇ ਦੇ ਨੂੰ ਤੁਰੇ ਹੁੰਦੇ ਨੇ ਜਿਹੜਾ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਲਈ ਜ਼ਿੰਮੇਵਾਰ ਹੈ। ਇਸ ਲਈ ਸਾਡੇ ਕੋਲ ਤਾਂ ਸਿੱਧਾ ਸਿੱਧਾ ਸਿਧਾਂਤ ਹੈ, ਸ਼ਗਨ ਅਪਸ਼ਗਨ ਤਿਸਕੋ ਲਗੇ ਜਿਸ ਚੀਤ ਨਾ ਆਵੇ। ਸ਼ਗਨ ਤੇ ਬੁਰੇ ਸ਼ਗਨ ਤਾਂ ਉਹਨੂੰ ਲੱਗਣੇ ਆ ਜਿਹੜਾ ਪਰਮਾਤਮਾ ਨੂੰ ਭੁੱਲ ਜਾਵੇ। ਜੇ ਤੁਹਾਡੀ ਡਿਆਰੀ ਸ਼ਹਿਰ ਦੇ ਥਾਣੇਦਾਰ ਨਾ ਹੋਵੇ ਤਾਂ ਹੌਲਦਾਰ ਦਾ ਕੋਈ ਡਰ ਹੈ? ਜੇ ਤੁਹਾਡੀ ਯਾਰੀ DSP ਨਾ ਹੋਵੇ ਤਾਂ ਪੂਰੇ ਇਲਾਕੇ 'ਚ ਕਿਸੇ ਦਾ ਡਰ ਹੈ? ਜੇ ਤੁਹਾਡੀ ਯਾਰੀ SSP ਨਾ ਹੋਵੇ ਤਾਂ ਪੂਰੇ ਜ਼ਿਲ੍ਹੇ ਦੇ ਮਾਲਕ ਤੁਸੀਂ ਉਹ ਬਣ ਗਏ? ਪਰ ਅਸੀਂ ਤੇ SSPਾਂ ਦੇ ਵੀ, ਜਿਹੜੇ SSP DGP ਉਹਨਾਂ ਦੇ ਵੀ ਉੱਪਰ ਬੈਠੇ ਆ, ਸਾਡੀ ਤੇ ਯਾਰੀ ਗੁਰੂ ਨਾਨਕ ਦੇ ਨਾਲ ਆ। ਫਿਰ ਸਾਨੂੰ ਇਹਨਾਂ ਟੂਣਿਆਂ ਦਾ, ਚੇਲਿਆਂ ਦਾ, ਭੂਤਾਂ ਤੇ ਪ੍ਰੇਤਾਂ ਦਾ ਕੀ ਡਰ ਆ? ਸੱਚ ਕਰਕੇ ਜਾਣਿਓ, ਇਹ ਅਧਿਆਤਮਿਕਤਾ ਇੱਡੀ ਉੱਚੀ ਆ ਗੁਰੂ ਨਾਨਕ ਦੇ ਘਰ ਲਈ, ਇੰਨਾ ਕੋਈ ਲੜ ਨਹੀਂ ਜੇ ਸਕਿਆ, ਇਹਦੇ ਸਾਹਮਣੇ ਖੜਾ ਨਹੀਂ ਹੋ ਸਕਿਆ। ਫਿਰ ਉਹਨਾਂ ਨੇ ਦੂਜਾ ਰਸਤਾ ਕੱਢ ਲਿਆ। ਦੂਜਾ ਰਸਤਾ ਕੀ ਕੱਢਿਆ? ਪੰਜਾਬ ਦੇ ਅੰਦਰ 5400 ਕਰੋੜ ਦੀ ਸ਼ਰਾਬ ਅਸੀਂ ਸਾਲ 'ਚ ਪੀ ਜਾਂਦੇ ਹਾਂ, ਸਿੱਖਿਆ ਪੀਣ ਵਾਲਾ 10,800 ਕਰੋੜ 'ਚ ਸਾਲ ਦਾ ਚਿੱਟਾ ਪੀ ਜਾਂਦੇ ਆ ਪੰਜਾਬ ਦੇ ਲੋਕ। 8,000 ਕਰੋੜ ਰੁਪਈਆ ਸਾਲ ਦਾ ਵਿਆਹਾਂ 'ਤੇ ਲਾ ਦਿੰਦੇ ਹਾਂ, 4500 ਕਰੋੜ ਰੁਪਈਆ ਸਾਲ ਦਾ ਤੁਹਾਡੇ ਕੋਲੋਂ ਜੋਤਸ਼ੀ ਲੈ ਜਾਂਦੇ ਆ, ਅਤੇ ਦੂਜੇ ਪਾਸੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਤੁਹਾਡੇ ਕੋਲੋਂ ਲੈਂਦੇ ਕੁਛ ਨਹੀਂ, ਦਿੰਦੇ ਹੀ ਦਿੰਦੇ ਆ। ਉਹ ਜੇ ਤੁਸੀਂ ਉਹਨਾਂ ਦੇ ਮਗਰ ਤੁਰੇ ਫਿਰਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਲੱਗਣਾ, ਫੈਸਲਾ ਤੁਹਾਡੇ ਹੱਥਾਂ ਦੇ ਵਿੱਚ ਆ। ਨਹੀਂ ਤੇ ਸੱਚ ਕਰਕੇ ਜਾਣਿਓ, ਦੁਨੀਆਂ ਦੇ ਅੰਦਰ ਬੜੇ ਧਰਮ ਨੇ, ਕੁਛ ਲੋਕ ਤੁਹਾਨੂੰ ਕੇਸਾਧਾਰੀ ਹਿੰਦੂ ਬਣਾਉਣ 'ਤੇ ਤੁਲੇ ਹੋਏ ਨੇ। ਭੁੱਲ ਜਾਓ ਮੂਰਤੀ ਪੂਜਾ ਨੂੰ, ਤੁਹਾਡਾ ਗੁਰੂ ਇੱਕੋ ਹੀ ਇੱਕ ਹੈ, ਸ਼ਬਦ ਗੁਰੂ ਹੈ। ਮੇਰੇ ਵਰਗਾ ਬੰਦਾ ਜਿਹੜਾ ਪਿਛਲੀ ਵਾਰੀ ਇਸ ਸਟੇਜ 'ਤੇ ਆਇਆ ਸੀ, ਰੋਜ਼ ਮੂੰਹ 'ਤੇ ਉਸ ਤਰ੍ਹਾਂ ਫੇਰਦਾ ਸੀ, ਉਹਨੂੰ ਜਦੋਂ ਗੁਰੂ ਨਾਨਕ ਨੇ ਸਮਝਾਇਆ, ਅੱਜ ਤੁਹਾਡੇ ਸਾਹਮਣੇ ਬੈਠਿਆ, ਮੇਰੇ ਵਰਗੇ ਕਮੀਨ ਤੇ ਨੀਚ ਤੇ ਜਿਹੜਾ ਚਮਾਰਾਂ ਦੇ ਘਰੇ ਪੈਦਾ ਹੋਇਆ, ਉੱਥੇ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਤੀ, ਤੇ ਤੁਹਾਡੇ ਜੋ ਤਾਂ ਬਹੁਤਿਆਂ ਦਾ ਜਨਮ ਹੀ ਸਿੱਖ ਪਰਿਵਾਰਾਂ ਦੇ ਵਿੱਚ ਹੋਇਆ। ਖਾਲਸਾ ਜੀ, ਇੱਕ ਵਾਰੀ ਗੌਰ ਕਰਨ ਦੀ ਲੋੜ ਹੈ, ਅਸੀਂ ਕਿੱਧਰ ਨੂੰ ਜਾ ਰਹੇ ਹਾਂ।
ਅਸੀਂ ਗੱਲ ਕਰਦੇ ਸੀ ਇਤਿਹਾਸ ਦੀ, ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚ ਰਿਸ਼ਤੇ ਨਾਤੇ ਕੋਈ ਮਹਿਨਾ ਨਹੀਂ ਰੱਖਦੇ, ਇੱਥੇ ਸ਼ਬਦ ਪ੍ਰਧਾਨ ਆ ਅਤੇ ਹੁਕਮ ਮੰਨਣਾ ਗੁਰੂ ਦਾ, ਦੋ ਹੀ ਗੱਲਾਂ ਨੇ। ਪਿਰਥੀ ਚੰਦ ਦਾ ਬੇਟਾ ਮਿਹਰਬਾਨ, ਮਿਹਰਬਾਨ ਦਾ ਬੇਟਾ ਹਰਜੀ, ਹਰਜੀ ਦਾ ਬੇਟਾ ਕੌਲ ਸੋਢੀ, ਕੌਲ ਸੋਢੀ ਦਾ ਬੇਟਾ ਕਵਲ ਨੈਣ, ਕਵਲ ਨੈਣ ਦਾ ਬੇਟਾ ਅਭੇ ਚੰਦ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਢਿੱਲਵਾਂ ਪਿੰਡ 'ਚ ਅੰਮ੍ਰਿਤ ਛਕਾ ਕੇ ਮਾਫ਼ ਕਰ ਦਿੱਤਾ ਸੀ, ਗੁਰੂ ਨਾਨਕ ਦਾ ਘਰ ਬਖਸ਼ਣ ਹਾਰ ਆ, ਇਹ ਭੁੱਲਿਆਂ ਨੂੰ ਬਖਸ਼ ਦਿੰਦਾ, ਬਸ਼ਰਤੇ ਅਗਲੇ ਗੁਨਾਹਾਂ ਤੋਂ ਤੋਬਾ ਕਰ ਲਓ। ਉਹ ਵੀਰੋ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਆ ਜਾਓ, ਇਸ ਸੰਸਾਰ ਦੇ ਵਿੱਚ ਇੱਜੂ ਉੱਡਾ ਕੋਈ ਧਰਮ ਨਹੀਂ ਹੈ। ਅਸੀਂ ਗੱਲ ਕਰਦੇ ਸੀ ਇਤਿਹਾਸ ਦੀ, ਅਤੇ ਹੁਣ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਤੁਰਨ ਲੱਗੇ ਨਾ ਸ਼ਹਾਦਤ ਦੇਣ ਲਈ, ਹਦਾਇਤਾਂ ਦੇ ਕੇ ਗਏ ਨੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਉਹ ਹਦਾਇਤਾਂ ਨੇ, ਬੇਟਾ ਜੇ ਹਕੂਮਤ ਹੁਣ ਵੀ ਨਾ ਸੁਧਰੀ, ਤੁਸੀਂ ਹਥਿਆਰ ਰੱਖਣੇ ਨੇ, ਤੁਸੀਂ ਫੌਜਾਂ ਰੱਖਣੀਆਂ ਨੇ। ਅਤੇ ਇੱਕ ਟੈਸਟ ਹੋਇਆ ਪਾਤਸ਼ਾਹ ਜੀ ਦਾ, ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਆ ਬੇਟਾ ਆਪਣੀ ਹੱਥ ਦੀ ਇੱਕ ਉਂਗਲੀ ਵੱਢ ਕੇ ਸਾਨੂੰ ਦੇ ਦੇ। ਜਿਵੇਂ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਟਾਰ ਚੱਕੀ ਅਤੇ ਗੁੱਟ ਫੜ ਲਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ, ਸਾਬਤ ਹੋ ਗਿਆ ਕਿ ਇਹ ਬੇਟਾ ਹੁਕਮ ਮੰਨਦਾ, ਗੁਰੂ ਨਾਨਕ ਦੀ ਗੱਦੀ ਦਾ ਛੇਵਾਂ ਵਾਰਸ ਬਣਨ ਦੇ ਕਾਬਲ ਆ। ਹੁਣ ਇਤਿਹਾਸ ਦੇ ਅੰਦਰ ਅਕਾਲ ਤਖ਼ਤ ਸਾਹਿਬ ਨੂੰ ਪ੍ਰਗਟ ਕਰ ਦਿੱਤਾ, ਜਿਹੜੇ ਪਹਿਲੇ ਯੋਧੇ ਸਿੱਖਾਂ ਦੇ ਵਿੱਚੋਂ ਨਿਕਲੇ ਸੀ ਸੱਚ ਕਰਕੇ ਜਾਣਿਓ। ਜਦੋਂ ਪਾਤਸ਼ਾਹ ਜੀ ਨੇ ਪੁੱਛਿਆ ਵੀ ਤਨਖਾਹ ਕੀ ਚਾਹੀਦੀ ਹੈ, ਪਾਤਸ਼ਾਹ ਸਾਲ 'ਚ ਦੋ ਜੋੜੇ ਦੇ ਦਿਆ ਕਰੀ ਅਤੇ ਦੋ ਵੇਲੇ ਰੋਟੀ ਦੇ ਦਿਆ ਕਰੀ, ਬਸ ਸਿਰ 'ਤੇ ਹੱਥ ਰੱਖਦੇ ਅਸੀਂ ਲੜਾਂਗੇ। ਪਾਤਸ਼ਾਹ ਜੀ ਨੇ ਚਾਰ ਜੰਗਾਂ ਲੜੀਆਂ, ਚਾਰ ਦੀਆਂ ਚਾਰ ਜੰਗਾਂ ਜਿੱਤੀਆਂ, ਚਾਰ ਦੀਆਂ ਚਾਰ ਜੰਗਾਂ 'ਚ ਸੁਰਖਰੂ ਹੋ ਕੇ ਨਿਕਲੇ। ਜਿਹੜੀ ਅੰਮ੍ਰਿਤਸਰ ਦੀ ਜੰਗ ਸੀ ਨਾ, ਉਹਦੇ 'ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਅੰਮ੍ਰਿਤਸਰ ਦੀ ਜੰਗ ਗਮਟਾਲੇ ਦੀ ਜੂਹ ਦੇ ਵਿੱਚ, ਰੱਖ ਦੇ ਵਿੱਚ, ਮੁਗਲ ਸਿਪਾਹੀ ਵੀ ਸ਼ਿਕਾਰ ਖੇਡਦੇ ਸੀ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿੱਖ ਵੀ ਸ਼ਿਕਾਰ ਖੇਡਦੇ ਸੀ। ਇੱਕ ਸ਼ਾਹੀ ਬਾਜ਼ ਆਇਆ, ਸਿੱਖਾਂ ਨੇ ਫੜ ਲਿਆ। ਰਿਵਾਜ ਹੁੰਦਾ ਸੀ ਕਿ ਦੂਜਿਆਂ ਦਾ ਬਾਜ ਵਾਪਸ ਨਹੀਂ ਜੇ ਕੀਤਾ ਜਾਣਾ, ਬਾਜ ਵਾਪਸ ਨਹੀਂ ਹੋ ਸਕਦਾ। ਹੁਣ ਬਾਜ ਵਾਪਸ ਨਹੀਂ ਹੋ ਸਕਦਾ, ਸਿਪਾਹੀਆਂ ਨੇ ਆ ਕੇ ਧਮਕੀ ਮਾਰੀ, ਸਾਡਾ ਬਾਜ ਵਾਪਸ ਕਰੋ। ਗੁਰੂ ਦੇ ਸਿੱਖਾਂ ਨੇ ਚਾਰ ਪੌਲੇ ਝਾੜ ਦਿੱਤੇ, ਉਹ ਛਿੱਤਰ ਖਾ ਕੇ ਚਲੇ ਗਏ ਅਤੇ ਜਾ ਕੇ ਮੁਖਲਿਸ ਖਾਨ ਨੂੰ ਕਹਿੰਦੇ ਆ, ਅੱਜ ਤੇ ਸਿੱਖਾਂ ਨੇ ਬਾਜ ਨੂੰ ਹੱਥ ਪਾਇਆ, ਕੱਲ੍ਹ ਨੂੰ ਤਾਜ ਨੂੰ ਵੀ ਹੱਥ ਪਾਉਣਗੇ। ਹੁਣ ਮੈਦਾਨੇ ਜੰਗ ਦੇ ਅੰਦਰ ਜਦੋਂ ਮੁਖਲਿਸ ਖਾਨ ਪਾਤਸ਼ਾਹ ਦੇ ਸਾਹਮਣੇ ਆਇਆ ਨਾ, ਅਤੇ ਉੱਥੇ ਪਾਤਸ਼ਾਹ ਜੀ ਇੱਕ ਗੱਲ ਕਹਿੰਦੇ ਨੇ, ਤਾਜ ਬਾਜ ਤੁਮਰੇ ਸਭ ਲੀਨੇ, ਇਨ ਸਿੱਖਣ ਕੋ ਅਬ ਹੈ ਦੀਨੇ। ਔਰ ਇਸੇ ਹੀ ਬਾਜ ਦੀ ਲੜਾਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ 84 ਜਾਂ 85 ਸਾਲ ਤੋਂ ਬਾਅਦ ਤਾਜ ਦੀ ਲੜਾਈ ਦੇ ਵਿੱਚ ਬਦਲ ਦਿੱਤਾ ਸੀ। ਮਤ ਸੋਚਿਓ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਲੜਾਈ ਸੀ, ਹਰਗੋਬਿੰਦ ਸਾਹਿਬ ਦੀ, ਹਰਗੋਬਿੰਦਪੁਰ ਦੀ ਲੜਾਈ ਸੀ ਜਾਂ ਮਹਾਰਾਜ ਦੀ ਲੜਾਈ ਸੀ, ਇਹ ਲੜਾਈ ਅਸਲ ਦੇ ਵਿੱਚ ਬਾਜ ਦੀ ਲੜਾਈ ਤੋਂ ਲੈ ਕੇ ਤਾਜ ਦੀ ਲੜਾਈ ਤੱਕ ਪਾਤਸ਼ਾਹਾਂ ਨੇ ਬਚਾਉਣੀ ਸੀ। ਹੁਣ ਕੁਛ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਗੁਰੂ ਹਰਿਰਾਏ ਸਾਹਿਬ ਦਾ ਜਿਹੜਾ ਸਮਾਂ ਸੀ ਨਾ, ਉਹ ਸ਼ਾਂਤੀਪੂਰਨ ਸਮਾਂ ਸੀ। ਔਰ ਅੱਜ ਪ੍ਰੋਬਲਮ ਕੀ ਹੈ, ਸਿੱਖ ਇਤਿਹਾਸ ਵੀ ਉਹੀ ਸੁਣਨਾ ਚਾਹੁੰਦਾ ਜਿਹੜਾ ਉਹਨੂੰ ਆਉਂਦਾ। ਜੇ ਕੋਈ ਗਰੀਬ ਬੰਦਾ ਨਵੀਂ ਖੋਜ ਕਰਕੇ ਲੈ ਆਵੇ, ਉਹਨੂੰ ਪੈਂਦੇ ਵੀ ਹੈ ਵੀ ਤੂੰ ਇਹ ਗੱਲ ਕਿੱਥੇ ਗਈ ਹੈ, ਕਿੱਥੋਂ ਲਈ ਹੈ। ਇਤਿਹਾਸ ਗਵਾਹ ਆ, ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ 'ਤੇ 3 ਹਮਲੇ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਹਿਲੀ ਵਾਰੀ ਦਿੱਲੀ ਤੋਂ ਇੱਕ ਜਰਨੈਲ ਨੂੰ ਭੇਜਿਆ ਜਿਹਦਾ ਨਾਂ ਜ਼ਾਲਮ ਖਾਨ ਸੀ। ਉਹਨੇ ਕੁਰੂਕਸ਼ੇਤਰ ਦੇ ਲਾਗੇ ਆ ਕੇ ਸ਼ਿਕਾਰ ਕੀਤਾ, ਕੱਚਾ ਮਾਸ ਖਾ ਲਿਆ, ਵਿੱਚ ਦਾ ਸ਼ਿਕਾਰ ਹੋ ਗਿਆ, ਮਰ ਗਿਆ ਅਤੇ ਫੌਜ ਪਿੱਛੇ ਮੁੜ ਗਈ। ਦੂਜੀ ਵਾਰੀ ਕਾਬਲ ਦੇ ਗਵਰਨਰ ਨੂੰ ਭੇਜਿਆ, ਉੱਥੇ ਦੇ ਜਰਨੈਲ ਨੂੰ ਕਿਹਾ, ਉਹਦਾ ਨਾਂ ਸੀ ਦੁਰੀਦੇ ਖਾਨ, ਕਿ ਤੂੰ ਹਮਲਾ ਕਰ ਜਾ ਕੇ। ਉਹ ਜਦੋਂ ਫਗਵਾੜਾ ਕ੍ਰੋਸ ਕੀਤਾ, ਫਗਵਾੜੇ ਦੇ ਲਾਗੇ ਉਹਦੇ ਸਿਪਾਹੀ ਆਪਸ ਵਿੱਚ ਲੜ ਪਏ ਅਤੇ ਉਹਨਾਂ ਦੇ ਦਰਮਿਆਨ ਆਉਂਦਾ ਜਿਹੜਾ ਦੁਰੀਦੇ ਖਾਨ ਸੀ ਉਹ ਮਾਰਿਆ ਗਿਆ। ਤੀਜੀ ਵਾਰੀ ਹਮਲਾ ਕਰਨ ਲਈ ਨਾਹਰ ਖਾਨ ਨੂੰ ਭੇਜਿਆ ਸਹਾਰਨਪੁਰ ਤੋਂ, ਜਦੋਂ ਉਹਨੇ ਅੰਬਾਲਾ ਕ੍ਰੋਸ ਕੀਤਾ, ਅੰਬਾਲਾ ਕ੍ਰੋਸ ਕਰਦਿਆਂ ਹੀ ਫੌਜ ਦੇ ਵਿੱਚ ਬਿਮਾਰੀ ਪੈ ਗਈ, ਪਲੇਗ ਦਾ ਸ਼ਿਕਾਰ ਹੋ ਗਈ ਫੌਜ, ਅਤੇ ਉਹ ਵੀ ਫੌਜ ਪਿੱਛੇ ਮੁੜ ਗਈ। ਹੁਣ ਬਾਲਾ ਪ੍ਰੀਤਮ ਤਨ ਤਨ ਹਰਕ੍ਰਿਸ਼ਨ ਪਾਤਸ਼ਾਹ ਜੀ 3.5 ਸਾਲ ਦੇ ਨੇ ਅਤੇ ਯਾਤਰਾ ਲਈ ਨਿਕਲਦੇ ਨੇ ਗੁਰੂ ਹਰਿਰਾਏ ਸਾਹਿਬ। ਜਦੋਂ ਉਹ
ਨਨਕਾਣਾ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਬਾਬਾ ਬਕਾਲੇ ਦੀ ਯਾਤਰਾ ਕਰਕੇ ਵਾਪਸ ਜਾਂਦੇ ਆ। ਫਗਵਾੜੇ ਪੜਾਹੀ ਦੇ ਲਾਗੇ ਹਯਾਤ ਖਾਨ, ਇਹ ਉਹੀ ਹਯਾਤ ਖਾਨ ਪੋਤਾ ਆ ਉਸੇ ਮੁਖਲਿਸ ਖਾਨ ਦਾ, ਜਿਹਦਾ ਸਿਰ ਕਲਮ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਕੀਤਾ ਸੀ। ਉਹਦਾ ਪੋਤੇ ਨੂੰ ਲੱਗਿਆ ਵੀ ਬੜਾ ਚੰਗਾ ਮੌਕਾ, ਮੈਂ ਬਦਲਾ ਲੈ ਸਕਦਾ ਆਪਣੇ ਦਾਦੇ ਦਾ, ਅਤੇ ਹਯਾਤ ਖਾਨ ਨੇ ਹਮਲਾ ਕਰ ਦਿੱਤਾ। ਹੁਣ ਗੁਰੂ ਦਾ ਇੱਕ ਸਿੱਖ ਭਾਈ ਭਗਤਾ, ਉਹਦਾ ਪੋਤਾ ਭਾਈ ਗੋਰਾ, ਪਾਤਸ਼ਾਹ ਅੱਗੇ ਨੇ ਪਿੱਛੇ ਉਹ ਹੈ, ਉਹ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ, ਪਾਤਸ਼ਾਹ ਤੁਹਾਨੂੰ ਮੈਦਾਨੇ ਜੰਗ 'ਚ ਆਉਣ ਦੀ ਲੋੜ ਨਹੀਂ ਹੈ, ਗੁਰੂ ਦਾ ਸਿੱਖ ਹੀ ਕਾਫੀ ਹੈ, ਬਸ ਆਪਣਾ ਸਿਰ 'ਤੇ, ਮੇਰੇ ਸਿਰ 'ਤੇ ਆਪਣਾ ਹੱਥ ਰੱਖ ਦਿਓ। ਇੱਥੇ ਭਾਈ ਭਗਤੇ ਦਾ ਪੋਤਾ ਭਾਈ ਗੋਰਾ ਜਿਹੜਾ ਉਹ ਮੁਕਾਬਲਾ ਕਰਦਾ ਹਯਾਤ ਖਾਨ ਦਾ, ਜਿਹੜਾ ਮੁਖਲਿਸ ਖਾਨ ਦਾ ਪੋਤਾ ਹੈ, ਅਤੇ ਮੈਦਾਨੇ ਜੰਗ 'ਚੋਂ ਭਜਾ ਦਿੰਦਾ। ਔਰ ਇਹੀ ਭਾਈ ਭਗਤਾ ਜਿਹੜਾ ਆ, ਇਸੇ ਹੀ ਪਰਿਵਾਰ ਨੇ ਕੈਥਲ ਦੇ ਉੱਤੇ ਰਾਜ ਕੀਤਾ, ਇਹ ਕੈਥਲ ਦੇ ਰਾਜੇ ਬਣੇ ਨੇ ਗੁਰੂ ਹਰਿਰਾਏ ਸਾਹਿਬ ਦੇ ਆਸ਼ੀਰਵਾਦ ਦੇ ਨਾਲ, ਅਤੇ ਸੰਤੋਖ ਸਿੰਘ ਚੂੜਾਮਣੀ ਨੇ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਉਹ ਕੈਥਲ 'ਚ ਰਹਿ ਕੇ ਪੂਰਾ ਕੀਤਾ ਸੀ। ਇਹ ਇਤਿਹਾਸ ਆ। ਹੁਣ ਔਰੰਗਜ਼ੇਬ ਨੂੰ ਹਜ਼ਮ ਨਹੀਂ ਹੋਇਆ, ਉਹ ਸੁਨੇਹਾ ਭੇਜਦਾ ਕਿ ਸਾਨੂੰ ਆ ਕੇ ਮਿਲੋ ਹਰਿਰਾਏ ਸਾਹਿਬ ਨੂੰ। ਹਰਿਰਾਏ ਸਾਹਿਬ ਜਿਹੜਾ ਸੁਨੇਹਾ ਭੇਜਦੇ ਨੇ ਉਹ ਬਹੁਤ ਵਧੀਆ। ਸੁਨੇਹੇ 'ਚ ਕਹਿੰਦੇ ਨੇ, ਹਮ ਸੋ ਤੁਮ ਸੋ ਨਹੀਂ ਕਿਛ ਕਾਮ, ਰਾਖੇ ਨਹੀਂ ਮੁਲਕ ਦੇਣੇ ਨਹੀਂ ਦਾਮ। ਪਾਤਸ਼ਾਹ ਮੈਨੂੰ ਤੇਰੇ ਨਾਲ, ਤੂੰ ਝੂਠਾ ਬਾਦਸ਼ਾਹ, ਮੈਨੂੰ ਤੇਰੇ ਨਾਲ ਕੋਈ ਕੰਮ ਨਹੀਂ, ਨਾ ਤੇ ਮੈਂ ਤੇਰੀ ਜ਼ਮੀਨ 'ਚ ਰਹਿੰਦਾ, ਜਿਸ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਮੈਂ ਰਹਿ ਰਿਹਾ, ਮੇਰੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁੱਲ ਲੈ ਕੇ ਜ਼ਮੀਨ ਸ਼ਹਿਰ ਵਸਾਇਆ ਸੀ। ਹਮ ਸੋ ਤੁਮ ਸੋ ਨਹੀਂ ਕੁਛ ਕਾਮ, ਰਾਖੇ ਨਹੀਂ ਮੁਲਕ ਦੇਣੇ ਨਹੀਂ ਦਾਮ, ਮੈਂ ਨਹੀਂ ਆ ਸਕਦਾ, ਜੋ ਤੂੰ ਕਰਨਾ ਕਰ ਲੈ। ਹੁਣ ਇੱਥੇ ਅਗਲੀ ਚਾਲ ਚੱਲਦਾ ਔਰੰਗਜ਼ੇਬ। ਔਰੰਗਜ਼ੇਬ ਇਹ ਸੁਨੇਹਾ ਭੇਜਦਾ ਕਿ ਤੁਹਾਡੇ ਨਾਲ ਧਾਰਮਿਕ ਚਰਚਾ ਕਰਨੀ ਹੈ। ਗੁਰੂ ਨਾਨਕ ਦੇ ਘਰ ਦੀ ਅਧਿਆਤਮਿਕਤਾ ਜਿਹੜੀ ਇਸ ਸੰਸਾਰ ਦਾ ਚਾਨਣ ਮੁਨਾਰਾ ਆ, ਅਧਿਆਤਮਿਕ ਜਿਹੜੀ ਗੱਲ ਕਰਨ ਤੋਂ, ਅਧਿਆਤਮਿਕ ਵਿਚਾਰ ਕਰਨ ਤੋਂ ਗੁਰੂ ਨਾਨਕ ਦਾ ਘਰ ਭੱਜਦਾ ਨਹੀਂ, ਅਤੇ ਗੁਰੂ ਹਰਿਰਾਏ ਸਾਹਿਬ ਨੇ ਫੈਸਲਾ ਲੈ ਲਿਆ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜਣ ਦਾ, ਅਤੇ ਹਦਾਇਤਾਂ ਵੀ ਦਿੱਤੀਆਂ। ਰਾਮ ਰਾਏ ਡੋਲ ਗਿਆ, ਅਤੇ ਡੋਲਣ ਤੋਂ ਬਾਅਦ ਉਹਨੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕੀਤੀਆਂ। ਪਾਤਸ਼ਾਹ ਜੀ ਨੇ ਮਾਫ਼ ਕਰਤਾ, ਕੋਈ ਗੱਲ ਨਹੀਂ, ਕਰਾਮਾਤਾਂ ਦਿਖਾਲਦਾ। ਪਰ ਜਿਸ ਦਿਨ ਗੁਰਬਾਣੀ ਦੀ ਗੱਲ ਆਈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਜਦੋਂ ਮੁਲਾਣਿਆਂ ਨੇ ਇਹ ਪੁੱਛਿਆ ਕਿ ਇਸਲਾਮ ਦੇ ਖਿਲਾਫ਼ ਲਿਖਿਆ ਹੋਇਆ, ਅਤੇ ਰਾਮ ਰਾਏ ਨੇ ਕੀ ਸੋਚਿਆ ਕਿ ਬੜੀ ਮੁਸ਼ਕਲ ਦੇ ਨਾਲ ਤਾਂ ਖੁਸ਼ ਕੀਤਾ ਔਰੰਗਜ਼ੇਬ ਨੂੰ, ਹੁਣ ਕਿਤੇ ਗੱਲ ਵਿਗੜ ਨਾ ਜਾਵੇ, ਜ਼ੁਬਾਨੀ ਗੁਲਾਮੀ ਲਿਖ ਕੇ ਨਹੀਂ ਬਦਲੀ ਬਾਣੀ, ਲਿਖ ਕੇ ਬਾਣੀ ਬਦਲ ਕੇ ਇੰਨੀ ਗੱਲ ਕਹੀ ਜੀ ਅਸਲ 'ਚ ਮਿੱਟੀ ਮੁਸਲਮਾਨ ਕੀ ਨਹੀਂ ਹੈ, ਇਹ ਰਾਈਟਰ ਦੀ ਗਲਤੀ ਦੇ ਨਾਲ ਹੋਇਆ, ਲਿਖਾਰੀ ਦੀ ਗਲਤੀ ਦੇ ਨਾਲ ਹੋਇਆ, ਇੱਥੇ ਸ਼ਬਦ ਹੈ ਮਿੱਟੀ ਬੇਈਮਾਨ ਕੀ, ਸਿਰਫ ਜ਼ੁਬਾਨੀ ਸ਼ਬਦ ਬਦਲਿਆ। ਔਰ ਪਾਤਸ਼ਾਹ ਜੀ ਨੂੰ ਜਦੋਂ ਪਤਾ ਲੱਗਦਾ ਦਿੱਲੀ ਦੇ ਸਿੱਖਾਂ ਕੋਲੋਂ ਸੁਨੇਹਾ ਭੇਜਦੇ ਆ, ਸੁਨੇਹਾ ਕੀ ਹੈ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ, ਜਿਹਦੇ ਦਿਲ ਦੇ ਵਿੱਚ ਬਾਣੀ ਦਾ ਭੈ ਨਹੀਂ, ਬਾਣੀ ਦੀ ਕਦਰ ਨਹੀਂ ਹੈ, ਉਹ ਮੇਰਾ ਸਿੱਖ ਹੋ ਹੀ ਨਹੀਂ ਸਕਦਾ, ਚਾਹੇ ਉਹ ਮੇਰਾ ਆਪਣਾ ਬੇਟਾ ਹੀ ਕਿਉਂ ਨਹੀਂ ਹੈ, ਫਿਰ ਸਿੱਖ ਤੁਹਾਡਾ ਕਿਹੜਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਮੇਰਾ ਸਿੱਖ ਉਹ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਹੜਾ ਗੁਰੂ ਨਾਨਕ ਨੂੰ ਸਭ ਤੋਂ ਵੱਡਾ ਮੰਨਦਾ, ਮੇਰਾ ਸਿੱਖ ਉਹ ਹੈ, ਅਤੇ ਸੁਨੇਹਾ ਭੇਜ ਦਿੱਤਾ ਮੱਥੇ ਨਾ ਲੱਗਣਾ। ਜਦੋਂ ਗੁਰਗੱਦੀ ਦੇਣ ਦੀ ਵਾਰੀ ਆਈ, ਰਾਮ ਰਾਏ ਨੂੰ ਵਾਂਝਾ ਕਰ ਦਿੱਤਾ, ਗੁਰਗੱਦੀ ਨਹੀਂ ਮਿਲੀ। ਗੁਰੂ ਨਾਨਕ ਦੇ ਘਰ ਦੇ ਵਿੱਚ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ, ਰਿਸ਼ਤੇ ਅਤੇ ਨਾਤਿਆਂ ਨੂੰ ਕੋਈ ਜਗ੍ਹਾ ਨਹੀਂ। ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਸ਼ਬਦ ਅਤੇ ਹੁਕਮ ਪ੍ਰਧਾਨ ਆ। ਇੱਥੇ ਜਦੋਂ ਸ਼ਬਦ ਅਤੇ ਹੁਕਮ ਦੀ ਗੱਲ ਆਈ ਹੈ, ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਗੱਦੀ 'ਤੇ ਬਿਰਾਜਮਾਨ ਨੇ। ਇਤਿਹਾਸਕ ਕੁਛ ਹਵਾਲੇ ਲੈ ਕੇ ਆਪਾਂ ਅੱਜ ਦੀ ਕਥਾ ਸਮਾਪਤ ਕਰਾਂਗੇ। ਹੁਣ ਜਦੋਂ ਇਤਿਹਾਸ ਦੀ ਗੱਲ ਕਰਦੇ ਆ ਨਾ, ਇਤਿਹਾਸ ਦੇ ਅੰਦਰ ਆਉਂਦਾ, ਬੱਚੇ ਭਗਤ ਵੀ ਹੋਏ ਨੇ, ਧਰੂ ਭਗਤ ਹੋਇਆ, ਬੱਚੇ ਬ੍ਰਹਮ ਗਿਆਨੀ ਵੀ ਹੋਏ ਨੇ, ਬਾਬਾ ਬੁੱਢਾ ਜੀ 6 ਸਾਲ ਦੀ ਉਮਰ 'ਚ ਬ੍ਰਹਮ ਗਿਆਨੀ ਨੇ, ਬੱਚੇ ਸ਼ਹੀਦ ਵੀ ਹੋਏ ਨੇ,
ਜਿਹੜਾ ਤਾਰੂ ਪੋਪਟ ਆ ਉਹ ਬਚਪਨ ਦੇ ਵਿੱਚ ਸ਼ਹੀਦ ਹੋਇਆ, ਸਿੱਖ ਧਰਮ ਦਾ ਪਹਿਲਾ ਸ਼ਹੀਦ ਹੈ। ਪਰ ਪਹਿਲੀ ਵਾਰੀ ਕਿਸੇ ਬੱਚੇ ਨੇ ਕਿਸੇ ਕੌਮ ਦੀ ਬਾਗ ਡੋਰ ਸੰਭਾਲੀ ਆ। ਭਾਈ ਗੁਰਦਾਸ ਜੀ ਜਿਹੜੇ ਨੇ ਨਾ, ਉਹ ਲਿਖਦੇ ਨੇ ਧਰੂ ਭਗਤ ਦੇ ਬਾਰੇ 'ਚ, ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ। ਬਈ ਮਾਂ ਨੇ, ਜਿਹੜੀ ਮਤਰੇਈ ਮਾਂ ਸੀ, ਉਹਨੇ ਬਾਹੋਂ ਫੜ ਕੇ ਪਾਸੇ ਕਰ ਦਿੱਤਾ। ਡੁੱਡ ਹਿਲਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ, ਫਿਰ ਉਹ ਧਰੂ ਮਾਂ ਨੂੰ ਸਵਾਲ ਕਰਦਾ ਇਹ ਮੇਰੀ ਮਾਤਾ ਤੂੰ ਨੌਕਰਾਣੀ ਹੈ ਕਿ ਰਾਣੀ ਹੈ, ਮੈਨੂੰ ਇਸ ਗੱਲ ਦੀ ਸਮਝਾ ਦੇ। ਮਾਂ ਫਿਰ ਕੀ ਜਵਾਬ ਦਿੰਦੀ ਹੈ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਲੜੀਤਾ, ਸੀ ਤਾਂ ਮੈਂ ਰਾਣੀ ਪਰ ਕਰਮਾਂ ਕਰਕੇ, ਕਿਉਂਕਿ ਮੈਂ ਪਰਮਾਤਮਾ ਨੂੰ ਅਰਾਧਿਆ ਨਹੀਂ, ਇਸ ਕਰਕੇ ਮੈਂ ਨੌਕਰਾਣੀ ਬਣ ਗਈ ਹਾਂ। ਅਗਲਾ ਸਵਾਲ ਬਹੁਤ ਵਧੀਆ ਕਰਦਾ ਧਰੂ, ਕਿਸ ਉੱਦਮ 'ਤੇ ਰਾਜ ਮਿਲੇ ਹੈ, ਕਿਸ ਉੱਦਮ 'ਤੇ ਰਾਜ ਮਿਲੇ ਹੈ, ਸ਼ਤਰੂ 'ਤੇ ਸਭ ਹੋਵੜ ਮੀਤਾ। ਧਰੂ ਇਹ ਨਹੀਂ ਕਹਿੰਦਾ ਮਾਤਾ ਮੈਨੂੰ ਉਹ ਗੁਰ ਦੱਸ ਦੇ ਜਿਹਦੇ ਕਰਕੇ ਮੈਂ ਆਪਣੇ ਦੁਸ਼ਮਣਾਂ ਨੂੰ ਮਾਰ ਦੇਵਾਂ, ਕਹਿੰਦਾ ਮੈਨੂੰ ਇਹ ਸਮਝਾ ਕਿ ਮੈਂ ਕਿਹੜਾ ਉੱਦਮ ਕਰਾਂ ਜਿਹਦੇ ਕਰਕੇ ਮੇਰੇ ਦੁਸ਼ਮਣ ਜਿਹੜੇ ਉਹ ਵੀ ਮਿੱਤਰ ਬਣ ਜਾਣ। ਅਗਲਾ ਜਵਾਬ ਇੱਕ ਲਾਈਨ 'ਚ ਦਿੰਦੀ ਧਰੂ ਦੀ ਮਾਤਾ, ਪਰਮੇਸ਼ਰ ਅਰਾਧੀ ਹੈ ਜਿੱਤੂ ਹੋਏ ਪਤਤ ਪਨੀਤਾ, ਸਿਰਫ ਪਰਮਾਤਮਾ ਦਾ ਇੱਕੋ ਹੀ ਇੱਕ ਨਾਂ ਆ ਜਿਹੜਾ ਤੁਹਾਨੂੰ ਪਤਿਤ ਤੋਂ ਪਵਿੱਤਰ ਬਣਾ ਸਕਦਾ, ਤੇ ਉਹੀ ਧਰੂ ਨੂੰ ਉਹਦਾ ਪਿਓ ਆਪ ਜੰਗਲਾਂ 'ਚੋਂ ਲੈਣ ਗਿਆ ਸੀ ਕਿ ਆ ਕੇ ਰਾਜ ਸੰਭਾਲ ਲੈ। ਸੁਕਰਾਤ ਭਟਕਿਆ ਹੋਇਆ, ਸੁਕਰਾਤ ਮਹਾਨ ਵਿਦਵਾਨ ਆ, ਤੁਰਿਆ ਜਾਂਦਾ ਇੱਕ ਗੱਲ ਨੂੰ ਸੋਚਦਾ ਕਿ ਪਰਮੇਸ਼ਰ ਬੜਾ ਵੱਡਾ ਹੈ, ਮੇਰਾ ਦਿਮਾਗ ਬੜਾ ਛੋਟਾ ਹੈ, ਇਸ ਪਰਮੇਸ਼ਰ ਨੂੰ ਆਪਣੇ ਦਿਮਾਗ 'ਚ ਕਿਵੇਂ ਪਾਵਾਂ। ਤੁਰਿਆ ਜਾਂਦਾ ਇੱਕ ਭਿਖਾਰੀ ਬੱਚਾ ਆ ਕੇ ਥੱਲਿਓਂ ਉਹਦਾ ਕੱਪੜਾ ਖਿੱਚਦਾ ਕਿ ਹੇ ਸੁਕਰਾਤ ਮੈਨੂੰ ਕੁਛ ਪੈਸੇ ਦੇ ਦੇ। ਅੱਛਾ ਕੀ ਕਰਨੇ ਆ ਪੈਸੇ? ਕਹਿੰਦਾ ਮੈਂ ਇੱਕ ਪਿਆਲਾ ਲੈਣਾ। ਅੱਛਾ ਪਿਆਲਾ ਲੈ ਲਾ। ਪਰ ਫਿਰ ਸੁਕਰਾਤ ਸੋਚਦਾ ਹੈ ਕਿ ਬੱਚਾ ਆ ਇਹਨਾਂ ਕੋਈ ਹੇਰਾ ਫੇਰੀ ਕਰ ਲਊਗਾ, ਇਹਨੂੰ ਪਿਆਲਾ ਆਪ ਲੈ ਦਿੰਦੇ ਹਾਂ। ਦੁਕਾਨ 'ਤੇ ਜਾਂਦਾ ਪਿਆਲਾ ਲੈ ਦਿੰਦਾ, ਬੱਚਾ ਸੁਕਰਾਤ ਦੇ ਨਾਲ ਤੁਰ ਪੈਂਦਾ। ਸਮੁੰਦਰ ਦੇ ਕਿਨਾਰੇ ਦੋਨੋਂ ਤੁਰੇ ਜਾਂਦੇ ਆ ਅਤੇ ਅਚਾਨਕ ਉਹ ਬੱਚਾ ਸੁਕਰਾਤ ਨੂੰ ਕਹਿੰਦਾ ਸੁਕਰਾਤ ਆ ਪਿਆਲੇ ਦੇ ਵਿੱਚ ਆ ਸਮੁੰਦਰ ਚੱਕ ਕੇ ਪਾ ਦੇ। ਹੁਣ ਸੁਕਰਾਤ ਕਹਿੰਦਾ ਬੇਟਾ ਇਹ ਤਾਂ ਹੋ ਨਹੀਂ ਸਕਦਾ। ਕਹਿੰਦਾ ਸੁਕਰਾਤ ਬੱਚੇ ਨੇ ਇੱਕ ਪਲ ਮੇਰੇ ਵੱਲ ਦੇਖਿਆ ਅਤੇ ਵਗਾ ਕੇ ਮਾਰਿਆ ਪਿਆਲਾ ਸਮੁੰਦਰ ਦੇ ਅੰਦਰ। ਕਹਿੰਦਾ ਮੈਂ ਸੋਚਿਆ ਬੱਚਾ ਨਿਰਾਸ਼ ਹੋ ਗਿਆ, ਬੱਚਾ ਨਾਰਾਜ਼ ਹੋ ਗਿਆ, ਬੱਚੇ ਨੂੰ ਗੁੱਸਾ ਆ ਗਿਆ। ਸੁਕਰਾਤ ਕਹਿੰਦਾ ਮੈਂ ਬੱਚੇ ਨੂੰ ਸਵਾਲ ਕੀਤਾ ਬੇਟਾ ਤੂੰ ਅਜਿਹਾ ਕਿਉਂ ਕੀਤਾ? ਕਹਿੰਦਾ ਜੇ ਇਹ ਪਿਆਲਾ ਸਮੁੰਦਰ ਦੇ ਵਿੱਚ ਨਹੀਂ ਸਮਾ, ਸਮੁੰਦਰ ਪਿਆਲੇ 'ਚ ਨਹੀਂ ਸਮਾ ਸਕਦਾ ਤੇ ਪਿਆਲਾ ਤੇ ਸਮੁੰਦਰ ਵਿੱਚ ਸਮਾ ਸਕਦਾ? ਸੁਕਰਾਤ ਕਹਿੰਦਾ ਜ਼ਿੰਦਗੀ ਦੇ ਮਹਿਨੇ ਮੈਨੂੰ ਉਸ ਦਿਨ ਸਮਝ ਆਇਆ ਕਿ ਜੇ ਬ੍ਰਹਮ ਮੇਰੇ ਦਿਮਾਗ 'ਚ ਨਹੀਂ ਵੜ ਸਕਦਾ ਤੇ ਮੈਂ ਤੇ ਬ੍ਰਹਮ ਦੇ ਵਿੱਚ ਸਮਾ ਸਕਦਾ। ਉਹੀ ਸੁਕਰਾਤ ਫਿਰ ਮਹਾਨ ਵਿਦਵਾਨ ਬਣ ਗਿਆ। ਸ਼ੇਖ ਸ਼ਾਦੀ ਬਹੁਤ ਵੱਡਾ ਫਿਲੋਸਫਰ ਹੋਇਆ ਅਰਬਾਂ ਦਾ, ਇਰਾਨ ਦਾ। ਉਹ ਸ਼ੇਖ ਸ਼ਾਦੀ ਗੱਲ ਕਰਦਾ ਹੈ, ਕਹਿੰਦਾ ਮੈਂ ਅਧਿਆਤਮਿਕ ਟੂਰ 'ਤੇ ਨਿਕਲਿਆ। ਅਧਿਆਤਮਿਕ ਟੂਰ 'ਤੇ ਜਦੋਂ ਨਿਕਲਿਆ ਤਾਂ ਸਾਡੇ ਕੋਲ ਪੈਸੇ ਮੁੱਕ ਗਏ, ਇੱਕ ਟਕਾ ਬਚ ਗਿਆ ਮੇਰੇ ਕੋਲ। ਉਹ ਜਿਹੜਾ ਟਕਾ ਆ ਉਸ ਟਕੇ ਦੇ ਨਾਲ ਅਸੀਂ ਤਿੰਨ ਜਣੇ ਸੀ, ਕਹਿੰਦਾ ਇੱਕ ਮੈਂ ਸੀ, ਇੱਕ ਮੇਰਾ ਖੋਤਾ ਸੀ ਅਤੇ ਇੱਕ ਮੇਰੇ ਕੋਲ ਮੁਰਗਾ ਸੀ। ਤਿੰਨਾਂ 'ਚੋਂ ਇੱਕ ਟਕੇ ਨਾਲ ਇੱਕੋ ਜਿਹੜਾ ਰੋਟੀ ਖਾ ਸਕਦਾ ਸੀ। ਹੁਣ ਸ਼ਾਦੀ ਕੀ ਸੋਚਦਾ ਹੈ ਕਿ ਜੇ ਮੈਂ ਰੋਟੀ ਖਾਂਦਾ ਖੋਤਾ ਤੇ ਮੁਰਗਾ ਭੁੱਖੇ ਆ, ਖੋਤਾ ਸਾਨੂੰ ਚੁੱਕ ਕੇ ਲਿਜਾਂਦਾ ਹੈ, ਜੇ ਖੋਤਾ ਖਾਂਦਾ ਤੇ ਮੁਰਗਾ ਮੈਨੂੰ ਸਵੇਰੇ ਜਗਾਉਂਦਾ ਆ, ਜੇ ਮੈਂ ਰੋਟੀ ਨਹੀਂ ਖਾਂਦਾ ਤੇ ਮੈਂ ਭੁੱਖਾ ਮਰ ਜਾਣਾ। ਪਰੇਸ਼ਾਨੀ 'ਚ ਖੜਾ, ਕਹਿੰਦਾ ਇੱਕ ਬੱਚਾ ਮੇਰੇ ਕੋਲ ਆਇਆ, ਕਹਿੰਦਾ ਬਜ਼ੁਰਗੋ ਤੁਹਾਡੀ ਤਬੀਅਤ ਬੜੀ ਸੁਫੀਆਨਾ ਲੱਗਦੀ ਹੈ ਪਰ ਚਿਹਰੇ ਦੇ ਉੱਤੇ ਪਰੇਸ਼ਾਨੀ ਦਾ ਆਲਮ ਹੈ। ਸ਼ਾਦੀ ਕਹਿੰਦਾ ਮੈਂ ਬੱਚਾ ਸਮਝ ਕੇ ਜਵਾਬ ਨਹੀਂ ਦਿੱਤਾ ਅਤੇ ਬੱਚਾ ਦੁਬਾਰਾ ਕਹਿੰਦਾ ਬਜ਼ੁਰਗੋ ਦੱਸੋ ਤਾਂ ਸਹੀ ਤੁਹਾਡੇ ਚਿਹਰੇ ਦੇ ਉੱਤੇ ਪਰੇਸ਼ਾਨੀ ਦਾ ਆਲਮ ਕਿਉਂ ਹੈ? ਕਹਿੰਦਾ ਫਿਰ ਮੈਨੂੰ ਲੱਗਿਆ ਕਿ ਬੱਚਾ ਗੰਭੀਰ ਹੈ। ਕਹਿੰਦਾ ਮੈਂ ਕਿਹਾ ਬੇਟਾ ਮੇਰੇ ਕੋਲ ਇੱਕ ਟਕਾ ਆਇਆ, ਹੈਗੇ ਅਸੀਂ ਤਿੰਨ ਜਣੇ, ਇਹਦੇ ਨਾਲ ਇੱਕੋ ਜਣਾ ਰੋਟੀ ਖਾ ਸਕਦਾ, ਮੈਂ ਇਹ ਸੋਚਦਾ ਕਿ ਸਾਡੇ ਤਿੰਨਾਂ 'ਚੋਂ ਕੋਈ ਵੀ ਨਾ ਭੁੱਖਾ ਰਹੇ। ਕਹਿੰਦਾ ਬੱਚਾ ਕਹਿੰਦਾ ਬਜ਼ੁਰਗੋ ਬਜ਼ੁਰਗ ਹੋ ਕੇ
ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ। ਸ਼ੇਖ ਸ਼ਾਦੀ ਕਹਿੰਦਾ ਮੈਂ ਆਪਣੇ ਆਪ ਨੂੰ ਦੁਨੀਆਂ ਦਾ ਵੱਡਾ ਵਿਦਵਾਨ ਸਮਝਦਾ ਸੀ ਤੇ ਧਰਮ ਦਾ ਅਧਿਐਨ ਕਰਨ ਨਿਕਲਿਆ ਸੀ, ਇੱਕ ਛੋਟਾ ਬੱਚਾ ਮੇਰੇ ਸਾਹਮਣੇ ਖੜਾ ਹੋ ਕੇ ਮੈਨੂੰ ਕਹਿ ਰਿਹਾ ਕਿ ਬਜ਼ੁਰਗੋ ਬਜ਼ੁਰਗ ਹੋ ਕੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ। ਕਹਿੰਦਾ ਮੈਂ ਬੱਚੇ ਨੂੰ ਪੁੱਛਿਆ, ਸਵਾਲੀਆ ਨਜ਼ਰ ਨਾਲ ਦੇਖਿਆ ਤੇ ਬੱਚੇ ਨੇ ਜਵਾਬ ਦਿੱਤਾ, ਕਹਿੰਦਾ ਬਜ਼ੁਰਗੋ ਸਾਡੇ ਸ਼ਹਿਰ 'ਚ ਤਰਬੂਜ ਬੜੇ ਸਸਤੇ ਆ, ਤੁਸੀਂ ਤਰਬੂਜ ਖਰੀਦ ਲਓ, ਉਹਦਾ ਲਾਲ ਹਿੱਸਾ ਗੁੱਦਾ ਤੁਸੀਂ ਖਾ ਲਿਓ, ਉਹਦੇ ਛਿੱਲੜ ਆਪਣੇ ਖੋਤੇ ਨੂੰ ਪਾ ਦਿਓ ਤੇ ਜਿਹੜੇ ਉਹਦੇ ਬੀਜ ਆ ਉਹ ਆਪਣੇ ਮੁਰਗੇ ਨੂੰ ਖਿਲਾ ਦਿਓ, ਤੁਹਾਡੇ ਤਿੰਨਾਂ ਦਾ ਪੇਟ ਭਰ ਜਾਊਗਾ। ਤੇ ਸ਼ੇਖ ਸ਼ਾਦੀ ਕਹਿੰਦਾ ਮੈਂ ਧਰਤੀ ਨੂੰ ਮੱਥਾ ਟੇਕਿਆ, ਇਹ ਪਰਮਾਤਮਾ ਤੇਰੀ ਕੁਦਰਤ ਬੇਅੰਤ ਆ ਜਿਹਦੇ ਵਿੱਚ ਸਮਝਾਉਣ ਨੂੰ ਸ਼ੇਖ ਸ਼ਾਦੀ ਵਰਗੇ ਵਿਦਵਾਨ ਨੂੰ ਇੱਕ ਬੱਚਾ ਸਾਹਮਣੇ ਆਇਆ। ਸ਼ੇਖ ਸ਼ਾਦੀ ਨੇ ਬਹੁਤੇ ਖੜਾ ਹੋ ਗਿਆ ਕਿ ਸ਼ੇਰ ਲਿਖਿਆ, ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾਲ, ਅਮੀਰੀ ਬਾ ਦਿਲ ਅਸਤ ਕੇ ਨਾ ਬਮਾਲ। ਕਿ ਅਕਲ ਦਾ ਸੰਬੰਧ ਬਜ਼ੁਰਗੀ ਨਾਲ ਨਹੀਂ, ਚਿੱਟੇ ਵਾਲਾਂ ਦੇ ਨਾਲ ਨਹੀਂ, ਛੋਟਾ ਬੱਚਾ ਵੀ ਸਲਾਹ ਦੇ ਸਕਦਾ। ਇਵੇਂ ਹੀ ਧੰਨ ਧੰਨ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਕਿਉਂਕਿ ਉਹ ਗੁਰੂ ਨਾਨਕ ਦੀ ਜੋਤ ਆ ਤੇ ਗੁਰੂ ਨਾਨਕ ਦੀ ਜਿਹੜੀ ਜੋਤ ਆ ਉਹ ਟਰੈਵਲ ਕਰਦੀ ਆ ਪਰਮਾਤਮਾ ਤੋਂ ਲੈ ਕੇ। ਆਪਾਂ ਪਹਿਲਾਂ ਗੱਲ ਕੀਤੀ, ਇੱਥੇ ਉਮਰ ਦਾ ਕੋਈ ਸੰਬੰਧ ਥੋੜ੍ਹੀ ਆ, ਇੱਥੇ ਕੋਈ ਨੌਕਰੀ ਥੋੜ੍ਹੀ ਆ ਕਿ 18 ਸਾਲ ਦੀ ਉਮਰ 'ਚ ਮਿਲਣੀ ਆ, 60 ਸਾਲ ਦੀ ਉਮਰ 'ਚ ਰਿਟਾਇਰ ਹੋਣਾ। ਰਾਮ ਰਾਜ ਨੇ ਹੁਕਮ ਮੰਨਿਆ ਨਹੀਂ ਤੇ ਗੱਦੀ ਤੋਂ ਵਾਂਝੇ ਰਹਿ ਗਏ। ਧੰਨ ਧੰਨ ਬਾਲਾ ਪ੍ਰੀਤਮ ਨੇ ਜਿਹੜਾ ਉਹ ਗੁਰੂ ਦਾ ਹੁਕਮ ਮੰਨਿਆ ਤੇ ਗੁਰੂ ਪਿਤਾ ਨੂੰ ਗੁਰੂ ਕਰਕੇ ਮੰਨਿਆ ਤੇ ਗੁਰਗੱਦੀ 'ਤੇ ਬਿਰਾਜਮਾਨ ਹੋ ਗਏ। ਹੁਣ ਅਸੀਂ ਜਿਹੜੀ ਇਹ ਗੱਲ ਕੀਤੀ ਸੀ ਸਾਰੀ ਗੱਲ ਪੂਰੀ ਨਹੀਂ ਹੋ ਸਕਦੀ ਕਿਉਂਕਿ 2.5-3 ਘੰਟੇ ਦੀ ਗੱਲ ਸੀ। ਮੈਂ ਇਹਨੂੰ ਲਾਗੇ ਮੁਕਾ ਦਵਾਂ। ਪੰਘਾਣੀ ਦੇ ਯੁੱਧ ਤੋਂ ਬਾਅਦ ਔਰੰਗਜ਼ੇਬ ਨੇ ਪਹਿਲਾ ਹੁਕਮ ਜਾਰੀ ਕੀਤਾ, ਉਹ ਹੁਕਮ ਸੀ ਕਿ ਕੋਈ ਵੀ ਹਿੰਦੁਸਤਾਨੀ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਵੀ ਹਿੰਦੁਸਤਾਨੀ ਹਥਿਆਰ ਨਹੀਂ ਰੱਖ ਸਕਦਾ, ਕੋਈ ਵੀ ਹਿੰਦੁਸਤਾਨੀ ਨਵੇਂ ਬਸਤਰ ਨਹੀਂ ਪਹਿਨ ਸਕਦਾ, ਕੋਈ ਵੀ ਹਿੰਦੁਸਤਾਨੀ ਦਸਤਾਰ ਉਹੀ ਬੰਨੂਗਾ ਜਿਹਨੂੰ ਔਰੰਗਜ਼ੇਬ ਦੇ ਦਰਬਾਰ ਤੋਂ ਬਖਸ਼ਿਸ਼ ਹੋਵੇ। ਪਰ ਪਾਤਸ਼ਾਹ ਜੀ ਨੇ ਘੋੜ ਸਵਾਰੀ ਵੀ ਕੀਤੀ, ਹਥਿਆਰਬੰਦ ਪ੍ਰੈਕਟਿਸ ਵੀ ਕਰਵਾਈ, ਸਭ ਕੁਛ ਕੀਤਾ। 1696 'ਚ ਦੂਜਾ ਹੁਕਮ ਭੇਜਦਾ ਵਜ਼ੀਰ ਖਾਨ ਨੂੰ ਕਿ ਗੋਬਿੰਦ ਦਾਸ ਸਾਬੇ ਕਮਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ 'ਤੇ ਚਿੱਠੀ ਕੱਢਦਾ, ਵਜ਼ੀਰੇ ਨੂੰ ਲਿਖਦਾ, ਕਿਉਂਕਿ ਉਦੋਂ ਖਾਲਸਾ ਪ੍ਰਗਟ ਸੀ ਹੋਇਆ, ਗੁਰੂ ਸਾਹਿਬ ਗੋਬਿੰਦ ਰਾਏ ਸੀ, ਗੋਬਿੰਦ ਦਾਸ ਨੂੰ ਕਹਿ ਦਿਓ ਜਮੀਅਤ ਨਾ ਕਰੇ, ਮਤਲਬ ਜਮਾਵੜਾ ਨਾ ਕਰੇ, ਫੌਜਾਂ ਨਾ ਰੱਖੇ, ਜੰਗੀ ਅਭਿਆਸ ਨਾ ਕਰੇ, ਝਰੋਖੇ 'ਚੋਂ ਬੈਠ ਕੇ ਦਰਸ਼ਨ ਨਾ ਦੇਵੇ, ਨਹੀਂ ਤੇ ਅਨੰਦਪੁਰ ਨੂੰ ਨੇਸ ਤੋਂ ਨਬੂਤ ਕਰ ਦਿੱਤਾ ਜਾਏਗਾ। ਪਾਤਸ਼ਾਹ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਜਿਹੜੀ ਖਾਲਸੇ ਦੀ ਪ੍ਰਕਿਰਿਆ ਸੀ ਉਹਨੂੰ ਜਾਰੀ ਰੱਖਿਆ। 1698 ਦੇ ਵਿੱਚ ਪਾਤਸ਼ਾਹ ਜੀ ਨੇ ਜਦੋਂ ਰਵਾਲਸਰ ਦੇ ਵਿੱਚ ਵਿਸਾਖੀ ਵਾਲੇ ਦਿਨ ਪਹਾੜੀ ਰਾਜਿਆਂ ਨਾਲ ਮੀਟਿੰਗ ਵੀ ਕੀਤੀ ਸੀ ਕਿ ਜਦੋਂ ਇੱਥੇ ਔਰੰਗਜ਼ੇਬ ਦੀਆਂ ਫੌਜਾਂ ਆਉਂਦੀਆਂ ਨੇ ਤੁਸੀਂ ਥਰ ਥਰ ਕੰਬਦੇ ਹੋ, ਆਓ ਅਸੀਂ ਅੱਗੇ ਲੱਗਦੇ ਹਾਂ, ਤੁਸੀਂ ਪਿੱਛੇ ਲੱਗਿਓ, ਜੇ ਖੂਨ ਵਹੂਗਾ ਤਾਂ ਪਹਿਲਾਂ ਸਾਡਾ ਵਹੂਗਾ, ਅਸੀਂ ਤੁਹਾਨੂੰ ਆਜ਼ਾਦੀ ਲੈ ਕੇ ਦਿੰਦੇ ਹਾਂ, ਪਰ ਤੁਸੀਂ ਇੱਕ ਵਾਰੀ ਸਾਡੀ ਗੱਲ ਮੰਨ ਲਓ। ਪਰ ਅਕਿਰਤ ਕਣ ਪਹਾੜੀਆਂ ਨੇ ਪਾਤਸ਼ਾਹ ਜੀ ਦੀ ਗੱਲ ਨਹੀਂ ਮੰਨੀ ਅਤੇ 30 ਮਾਰਚ 1699 ਨੂੰ ਪਾਤਸ਼ਾਹ ਜੀ ਨੇ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕਰ ਦਿੱਤਾ। ਹੁਣ 1703 ਦੇ ਵਿੱਚ ਪਾਤਸ਼ਾਹ ਜੀ ਨੇ ਇੱਕ ਕਮਾਲ ਇਹ ਵੀ ਕੀਤਾ ਸੀ, ਕੁਰੂਕਸ਼ੇਤਰ ਉਹ ਤੋਂ ਬਾਅਦ ਹਰਿਦੁਆਰ ਤੱਕ ਇੱਕ ਜਥਾ ਲੈ ਕੇ 400-500 ਸਿੰਘਾਂ ਦਾ ਹਥਿਆਰਬੰਦ ਜਥਾ ਲੈ ਕੇ, ਇਹ ਖੁੱਲ੍ਹਾ ਬੰਗਾਰ ਸੀ ਔਰੰਗਜ਼ੇਬ ਨੂੰ ਕਿ ਆ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਨਿਰਭੈ ਹੋ ਕੇ ਇਸ ਧਰਤੀ ਦੇ ਉੱਤੇ ਘੁੰਮ ਰਿਹਾ ਅਤੇ ਇੱਥੋਂ ਫਿਰ ਹਿੰਦੁਸਤਾਨ ਦੀ ਆਜ਼ਾਦੀ ਦੀ ਨੀਂਹ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰੱਖੀ ਸੀ ਉਹ ਫਿਰ ਸੰਪੂਰਨਤਾ ਵੱਲ ਨੂੰ ਤੁਰ ਪਈ ਅਤੇ ਉਸੇ ਗੁਰੂ ਦੇ ਇੱਕ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਜਿਹੜੀ ਹਕੂਮਤ ਸਮਝਦੀ ਸੀ ਕਿ ਸਾਨੂੰ ਜਿੱਤਿਆ ਨਹੀਂ ਜਾ ਸਕਦਾ, ਫਿਰ ਹਿੰਦੁਸਤਾਨ ਦੇ ਅੰਦਰ ਹਿੰਦੁਸਤਾਨ ਦੇ ਲੋਕਾਂ ਦੀ ਖੰਡੇ ਦੀ ਧਾਰ ਦੇ ਵਿੱਚੋਂ ਜਿਹੜੀ ਹਕੂਮਤ ਉਹ ਸਾਹਮਣੇ ਲਿਆ ਦਿੱਤੀ ਸੀ। ਮੈਂ ਹੁਣ ਇਹ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਹਿੰਦੁਸਤਾਨ ਦਾ ਪਹਿਲਾ ਸੁਤੰਤਰਤਾ ਸੈਨਾਨੀ ਕੌਣ ਸੀ ਅਤੇ ਹਿੰਦੁਸਤਾਨ ਨੂੰ ਆਜ਼ਾਦੀ ਬਖਸ਼ਣ ਵਾਲਾ ਇੱਕੋ ਹੀ ਇੱਕ ਗੁਰੂ ਨਾਨਕ ਦਾ ਘਰ ਸੀ। ਅੱਜ ਦੀ ਹਾਜ਼ਰੀ ਜਿਹੜੀ ਇਹਨਾਂ ਸ਼ਬਦਾਂ ਦੇ ਨਾਲ ਹੀ ਪ੍ਰਵਾਨ ਕਰੋ। ਅਤੇ ਦਾਸ ਬੱਚਾ ਅਜੇ ਅੱਜ ਉਮਰ ਲਗਭਗ ਖਾਲਸੇ ਦੇ ਘਰ 1 ਸਾਲ ਦੀ ਹੋਈ ਹੈ ਅਤੇ ਖਾਲਸਾ ਅਤੇ ਗੁਰੂ ਸਾਹਿਬ ਬਖਸ਼ਣਹਾਰ ਨੇ ਜੀ,
ਬਖਸ਼ ਲੈਣਾ ਖਾਲਸਾ ਜੀ ਜੇ ਕੋਈ ਭੁੱਲ ਹੋ ਗਈ ਹੋਵੇ ਅੱਜ ਦੀ ਹਾਜ਼ਰੀ ਇੰਨੀ ਪ੍ਰਵਾਨ ਕਰੋ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।